ਇੱਕ ਰੀਲ ਇੰਸਟਾਗ੍ਰਾਮ ਤੇ ਕਾਫੀ ਵਾਇਰਲ ਹੁੰਦੀ ਹੈ। ਹੈਲੋ ਗਾਇਸ ਵੀਰੇ, ਇਹ ਕੁੜੀ ਹਮੇਸ਼ਾ ਹੱਸਦੀ ਰਹਿੰਦੀ ਹੈ, ਪਰ ਇਹ ਹੱਸਦੇ ਚਿਹਰੇ ਪਿੱਛੇ ਕਿੰਨਾ ਕੁ ਦਰਦ ਲੁਕਿਆ ਹੋਇਆ ਹੈ, ਇਹ ਕਹਾਣੀ ਅੱਜ ਤੁਹਾਨੂੰ ਦਿਖਾਵਾਂਗੇ। ਮੇਰਾ ਹੈ 18 ਸਾਲ ਦੀ ਉਮਰ 'ਚ ਵਿਆਹ ਕਰਤਾ ਸੀ, ਸਾਲ ਕੀ ਰਹੀ ਆ, ਇੱਕ ਸਾਲ ਰਹੀ ਆ, ਬੇਟਾ ਹੋਇਆ ਤੇ ਫਿਰ ਉਹਨਾਂ ਨੇ ਮੈਨੂੰ 6ਵੇਂ ਮਹੀਨੇ ਕੱਢਤਾ ਸੀ ਮੁੰਡਾ ਹੋਣ ਵਾਲਾ ਸੀ, ਵੀ ਅਸੀਂ ਇਹਦਾ ਖਰਚਾ ਨਹੀਂ ਚੱਕ ਸਕਦੇ ਬੱਚੇ ਦਾ, ਹੋਸਪਿਟਲ ਦਾ। ਮੇਰੇ ਬਾਹਰ 'ਚ ਇੱਦਾਂ ਮੈਨੂੰ ਛੱਡ ਕੇ ਚਲੇ ਗਏ ਰੋਂਦੀ ਨੂੰ। ਮੈਂ ਫੋਨ ਕਰਨੇ ਤੇ ਉਹਨਾਂ ਨੇ ਅੱਗੋਂ ਫੋਨ ਨਾ ਚੱਕਣਾ। ਮੇਰੇ ਪਾਪਾ ਕਹਿੰਦੇ ਪੁੱਤ ਤੂੰ ਨਾ ਪਿੱਛਾ ਕਰੀ ਜਾ, ਵੀ ਜਦੋਂ ਉਹਨੂੰ ਤੇਰੀ ਜ਼ਰੂਰਤ ਹੀ ਨਹੀਂ। ਜੇ ਮੈਂ ਫੋਨ ਕਰ ਲੈਣਾ, ਉਹਨਾਂ ਨੇ ਫੋਨ ਅੱਗੋਂ ਗਾਣੇ ਗੱਡੀ ਚਲਾਉਂਦਾ ਸੀ, ਗਾਣਿਆਂ ਮੂਹਰੇ ਲਾ ਦੇਣਾ। ਉਹ ਮੇਰਾ ਮੁੰਡਾ ਸੀਗਾ, ਸਾਲ ਡੇਢ ਸਾਲ ਦਾ ਸੀਗਾ ਸੀ ਜਦੋਂ ਤਲਾਕ ਹੋ ਗਿਆ। ਮੰਮੀ ਹੁਣਾਂ ਨੇ ਇੱਧਰ ਰਿਸ਼ਤਾ ਦੇਖਿਆ, ਇਹ ਵਿਚੋਲੇ ਨੇ ਸਾਨੂੰ ਇਹਨਾਂ ਦੇ ਚਾਚੇ ਤਾਇਆਂ ਦਾ ਜ਼ਮੀਨ ਦਿਖਾਤੀ ਉਹਨਾਂ ਨੇ, ਵੀ ਇਹਨਾਂ ਦੀ ਆ, ਅਤੇ ਜਿੱਥੇ ਤੀਕ ਹੱਥ ਗਿਆ ਹੱਥ ਕਰਤਾ, ਕਹਿੰਦੇ ਸਾਰੀ ਇਹਨਾਂ ਦੀ ਆ। ਬਾਹਰ ਕਿਸੇ ਦੀ ਗੱਡੀ ਖੜੀ ਸੀ, ਟਰਾਲਾ ਘੋੜਾ ਕਹਿ ਦਿੰਦੇ ਆ ਪਿੰਡਾਂ 'ਚ, ਕਹਿੰਦੇ ਇਹ ਘੋੜਾ ਵੀ ਇਹਨਾਂ ਦਾ ਹੀ ਆ, 50,000 ਮਹੀਨੇ ਦਾ ਆਉਂਦਾ। ਮੇਰੇ ਮੰਮੀ ਡੈਡੀ ਨੂੰ ਲਾਲਚ ਹੋ ਗਿਆ। ਮੰਮੀ ਡੈਡੀ ਤਾਂ ਮੇਰੇ ਇੰਨੇ ਖੁਸ਼ ਸੀ ਮੈਨੂੰ ਆ ਕੇ, ਕਹਿੰਦੇ ਮੀਨੂੰ ਤੂੰ ਬਹੁਤ ਸੌਖੀ ਰਹੇਂਗੀ, ਵੀ ਤੇਰੇ ਸਮਰ ਦੀ ਜ਼ਿੰਦਗੀ। ਮੈਨੂੰ ਆਪਣਾ ਨਹੀਂ ਸੀਗਾ, ਮੈਨੂੰ ਇਹ ਸੀ ਮੇਰੇ ਸਮਰ ਦੀ ਜ਼ਿੰਦਗੀ ਬਣ ਜੀ। ਤੁਹਾਡਾ ਬੇਟਾ? ਹਾਂਜੀ ਵੱਡਾ, ਦੱਸਤਾ ਸੀਗਾ ਵੀ ਪਹਿਲਾਂ ਬੇਟਾ ਆ, ਹਨਾ। ਕਹਿੰਦੇ ਵੀ ਚਲੋ ਸਾਨੂੰ ਪੋਤਾ ਮਿਲ ਗਿਆ। ਮੇਰੀ ਸੱਸ ਕਹਿੰਦੀ ਵੀ ਸਾਡੇ, ਅਸੀਂ ਤਾਂ ਪੋਤੇ ਨੂੰ ਤਰਸਦੇ ਸੀ, ਸਾਨੂੰ ਪਲਿਆ ਪਲਾਇਆ ਮਿਲ ਗਿਆ। ਫਿਰ ਜਦੋਂ ਇੱਥੇ ਮੈਂ ਵਿਆਹ ਕੇ ਆਈ ਤੇ ਉਹਨੂੰ ਹਫ਼ਤੇ ਬਾਅਦ ਅਸੀਂ ਲਿਆਂਦਾ, ਉਹਨੂੰ ਤਾਂ ਪਤਾ ਹੀ ਨਹੀਂ ਸੀ ਮੇਰਾ ਡੈਡੀ ਕਿਹੜਾ। ਉਹਨੂੰ ਇਹੀ ਦੱਸਿਆ ਸੀ ਵੀ ਇਹ ਤੇਰਾ ਡੈਡੀ ਆ, ਉਹਨੂੰ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਵੀ ਇਹ ਤੇਰਾ ਬਾਪ ਨਹੀਂ ਗਾ, ਉਹਨੂੰ ਬਜਣੀ ਖਿਲਾਫ ਕਰਤਾ ਇਹਨਾਂ ਦੇ। ਕਈ ਤਾਂ ਇਹ ਵੀ ਕਹਿ ਦਿੰਦੇ ਸੀ, ਹੁਣ ਮੈਂ ਜਾਤ ਪਾਤ ਤਾਂ ਕਹਿਣਾ ਨਹੀਂ ਚਾਹੁੰਦੀ, ਕਹਿੰਦੇ ਤੂੰ ਪਤਾ ਨਹੀਂ ਕਿਹਦਾ ਆ ਕਿਹਦਾ ਨਹੀਂ, ਐਂ ਵੀ ਕਹਿ ਦਿੰਦੇ ਸੀਗੇ। ਅਤੇ ਉਹ ਰੋਂਦਾ ਹੀ ਰਹਿੰਦਾ ਸੀ, ਇੱਥੇ ਖੁੰਜੇ 'ਚ ਕਿਤੇ ਕਿਸੇ ਖੁੰਜੇ 'ਚ ਬਹਿ ਕੇ ਰੋਣ ਲੱਗ ਜਾਂਦਾ ਸੀ, ਕਿਤੇ ਕਿਸੇ ਖੁੰਜੇ 'ਚ। ਘਰਦੇ ਵੀ ਕਹਿ ਦਿੰਦੇ ਸੀ ਵਿੱਚੋਂ ਇਹ ਤੇਰਾ ਡੈਡੀ ਨਹੀਂ ਗਾ, ਤੇਰਾ ਡੈਡੀ ਪਿੱਛੇ ਛੱਡ ਕੇ ਆਈ, ਉਹ ਵੀ ਕਹਿ ਦਿੰਦੇ ਸੀ ਵੀਰੇ। ਅਤੇ ਮੈਂ ਇਹਨਾਂ ਨੂੰ ਪੁੱਛਿਆ ਗੱਲਾਂ ਕਰਦੇ ਕਰਦੇ, ਮੈਂ ਕਿਹਾ ਵੀ ਤੁਸੀਂ ਤਾਂ ਕਹਿੰਦੇ ਸੀ ਜ਼ਮੀਨ ਆ, ਮੈਨੂੰ ਜ਼ਮੀਨ ਤਾਂ ਦਿਖਾਓ, 7 ਕਿੱਲੇ ਜ਼ਮੀਨ ਕਿਹੜੀ ਆ? ਇਹ ਕਹਿੰਦੇ ਕਿਹੜੀ 7 ਕਿੱਲੇ ਜ਼ਮੀਨ, ਇਹ ਕਹਿੰਦੇ ਵੀ 7 ਕਿੱਲੇ ਜ਼ਮੀਨ ਨਹੀਂ। ਮੈਂ ਕਿਹਾ ਗੱਡੀ ਕਿੱਥੇ ਆ ਜਿਹੜੀ ਖੜੀ ਸੀ ਬਾਹਰ? ਟਰਾਲਾ, ਟਰਾਲਾ ਘੋੜਾ। ਮੈਂ ਕਿਹਾ ਉਹ ਘੋੜਾ ਕਿੱਥੇ ਆ ਜਿਹੜਾ ਉੱਦੇ ਖੜਾ ਸੀ? ਕਹਿੰਦੇ ਇਹ ਕਹਿੰਦੇ ਕਿਹੜਾ ਘੋੜਾ? ਮੈਂ ਕਿਹਾ ਜਿਹੜਾ ਤੁਸੀਂ ਬਾਹਰ 'ਚ ਖੜਾ ਸੀ, ਮੰਮੀ ਉਹਨਾਂ ਨੂੰ ਦਿਖਾਇਆ ਸੀ। ਇਹ ਕਹਿੰਦੇ ਵੀ ਜ਼ਮੀਨ ਹੈ ਨਹੀਂ ਆਪਣੇ ਕੋਲੇ, ਇਹਨਾਂ ਨੇ ਮੈਨੂੰ ਸਾਫ਼ ਦੱਸਤਾ। ਹੁਣ ਇਹ ਕਹਿੰਦੇ ਦੇਖ ਲਾ ਹੁਣ ਤੂੰ ਵੀ ਕੀ ਕਰਨਾ। ਮੈਂ ਫਿਰ ਆਪਣੀ ਕਿਸਮਤ ਸਮਝ ਲਈ, ਪਰ ਜਦੋਂ ਫਿਰ ਮੈਨੂੰ ਪਤਾ ਲੱਗ ਗਿਆ ਵੀ ਸ਼ਰਾਬ ਵੀ ਪੀਂਦੇ ਆ। 1 ਮਹੀਨਾ ਇਹਨਾਂ ਨੇ ਖਾਲੀ ਮਹੀਨਾ ਹੀ ਛੱਡੀ ਰੱਖੀ ਆ, ਇਹਨਾਂ ਨੇ ਉਹ ਵੀ ਸ਼ੁਰੂ ਕਰਤੀ ਵੀਰੇ। ਇਹਨਾਂ ਨੇ ਸਵੇਰੇ ਪੀ ਲੈਣੀ, ਇਹਨਾਂ ਨੇ ਪੀ ਕੇ ਇੱਕ ਪਾਸੇ ਪਏ ਰਹਿਣਾ, ਉਲਟੀਆਂ ਕਰੀ ਜਾਣੀਆਂ। ਮੈਂ ਕਈ ਵਾਰ ਰਾਤ ਨੂੰ ਮੀਂਹ ਪੈਂਦਾ ਹੋਣਾ, ਮੈਂ ਮੁੰਡੇ ਨੂੰ ਲੈ ਕੇ ਬਾਹਰ ਖੜ ਜਾਣਾ, ਦੁਕਾਨ 'ਚ ਜਾ ਕੇ ਬਹਿ ਜਾਣਾ, ਫਿਰ ਇਹਨਾਂ ਨੇ ਮੈਨੂੰ ਬਹਿਣ ਵੀ ਨਾ ਕਿਤੇ ਦੇਣਾ, ਫਿਰ ਇਹਨਾਂ ਨੇ ਮੈਨੂੰ ਮਾਰਨਾ ਵੀ ਤੂੰ ਬਾਹਰ ਕਿਉਂ ਖੜੀ ਆ, ਜੇ ਕਿਸੇ ਦੇ ਘਰੇ ਚਲ ਜਾਣਾ ਉੱਥੇ ਮਗਰ ਆ ਕੇ ਤਾਂ ਰੋੜੇ ਮਾਰਨੇ ਵੀ ਨਹੀਂ, ਘਰੇ ਵੜ ਘਰੇ ਆ। ਮੈਂ ਡਰਦੀ ਕਿਤੇ ਆਂਢ ਗੁਆਂਢ ਬਹਿ ਜਾਂਦੀ, ਫਿਰ ਉਹਨਾਂ ਨੂੰ ਗਾਲਾਂ ਕੱਢਦੇ ਸੀ। ਫਿਰ ਪਤਾ ਲੱਗਿਆ ਇਹਨਾਂ ਨੂੰ ਪੈ ਗਿਆ ਰਾਤ ਨੂੰ ਦੌਰਾ, ਮੈਨੂੰ ਨਹੀਂ ਸੀ ਪਤਾ ਵੀ ਇਹਨਾਂ ਨੂੰ ਦੌਰਾ ਪੈਂਦਾ ਆ, ਇਹਨਾਂ ਦੀ ਅੱਖਾਂ ਉੱਖਾਂ ਐਂ ਹੋ ਗਈਆਂ, ਮੈਂ ਡਰ ਗਈ ਦੇਖ ਕੇ। ਫਿਰ ਇਹਨਾਂ ਨੇ ਮੈਨੂੰ ਦੱਸਿਆ, ਕਹਿੰਦੇ ਮੈਨੂੰ ਇੱਦਾਂ ਹੁੰਦਾ ਆ। ਮੈਂ ਕਿਹਾ ਫਿਰ ਤੁਸੀਂ ਇਹ ਵੀ ਮੇਰੇ ਤੋਂ ਸੱਚ ਲੁਕੋਇਆ, ਤੁਸੀਂ ਮੈਨੂੰ ਦੱਸ ਦਿੰਦੇ ਮੈਂ ਤੁਹਾਨੂੰ ਛੱਡਣਾ ਥੋੜ੍ਹੀ ਸੀ। ਉਸ ਦਿਨ ਤਾਂ ਹੱਦ ਹੋ ਗਈ, ਇਹਨਾਂ ਨੇ ਕੀ ਕੀਤਾ, ਮੈਨੂੰ ਜ਼ਿੰਦਾ ਲਾਤਾ ਕਮਰੇ 'ਚ, ਉੱਪਰੋਂ ਲਾਈਟ ਕੱਟਤੀ। ਮੈਂ ਇਹਨੂੰ ਕਿਹਾ, ਮੈਂ ਬਾਰੀ 'ਚੋਂ, ਮੈਂ ਕਿਹਾ ਜੇ ਤੂੰ ਨਾ ਸਾਰਾ ਕੁਛ ਕੀਤਾ ਮੈਂ ਅੰਦਰ ਸਿਲੰਡਰ ਖੋਲ੍ਹ ਦੇਣਾ, ਮੈਂ ਨਾ ਬੱਚੇ ਵੀ ਮਰਨਗੇ ਮੈਂ ਵੀ। ਜਦੋਂ ਮੈਂ ਵੀਰੇ ਬਾਹਰ ਆਈ ਨਾ, ਇਸ ਬੰਦੇ ਨੇ ਅੰਦਰ ਆ ਕੇ ਮੈਨੂੰ ਇੰਨਾ ਮਤਲਬ ਕਮਰੇ 'ਚ ਲਿਜਾ ਕੇ ਘੜੀਸ ਕੇ ਮੈਨੂੰ ਮਾਰਿਆ। ਉਸ ਟਾਈਮ ਮੇਰੇ ਮੂੰਹ ਮਾਂ 'ਚ ਖੂਨ ਆ ਗਿਆ ਸੀਗਾ, ਸਾਰਾ ਮੇਰਾ ਬਲੱਡ ਨਾਲ ਕੱਪੜੇ ਭਿੱਜ ਗਏ, ਕਿਉਂਕਿ ਦਾਰੂ ਨਾਲ ਰੱਜੇ ਸੀ ਇਹਨਾਂ ਨੂੰ, ਤਾਂ ਹੋਸ਼ ਨਹੀਂ ਸੀਗੀ। ਮੈਂ ਕਰਤ ਕਰਿਆ ਸੀ 181 'ਤੇ ਫੋਨ ਲਾਤਾ, ਮੈਂ ਆਪਣੀ ਜਾਨ ਤਾਂ ਬਚਾਉਣੀ ਸੀ। ਪੁਲਿਸ ਆ ਗਈ, ਉਹ ਜਦੋਂ ਪੁਲਿਸ ਆਈ ਸਾਰਾ ਪਿੰਡ ਇਕੱਠਾ ਹੋ ਗਿਆ, ਵਿੱਚ ਮੈਨੂੰ ਪਿੰਡ ਦੇ ਵੀ ਸਾਡੇ ਇਹਨਾਂ ਦੀ ਭੂਆ ਵੀ ਸਾਰੇ ਕਹਿਣ ਤੂੰ ਕੋਈ ਜਨਾਨੀ ਆ, ਤੂੰ ਕੋਈ ਬੰਦਾ ਆਪਣਾ ਪੁਲਿਸ ਨੂੰ ਫੜਾਉਣੀ ਪਈ ਆ। ਫਿਰ ਮੈਂ ਡੈਡੀ ਨੂੰ ਕਿਹਾ, ਡੈਡੀ ਕਹਿੰਦੇ ਤੂੰ ਫਿਰ ਨਹੀਂ ਹਟਦੀ, ਤੂੰ ਖਹਿੜਾ ਨਹੀਂ ਛੱਡਦੀ ਉਹਦਾ। ਮੈਂ ਕਿਹਾ ਡੈਡੀ ਕੁਛ ਵੀ ਆ, ਤੁਸੀਂ ਉਹਨੂੰ ਅੰਦਰ ਨਾ ਕਰਾਇਓ, ਜੇ ਉਹਨੂੰ ਕਿਸੇ ਨੇ ਪੁਲਿਸ ਵਾਲੇ ਨੇ ਹੱਥ ਲਾਇਆ, ਮੈਂ ਕਿਹਾ ਮੇਰੇ ਤੋਂ ਬਰਦਾਸ਼ਤ ਨਹੀਂ ਹੋਣਾ ਹੈਗਾ। ਜੇ ਉਹਨੂੰ ਕਿ ਮੈਂ ਕਿਹਾ ਜਿਵੇਂ ਵੀ ਆ, ਚਾਹੇ ਉਹਨੇ ਮੇਰੇ ਮਾਰਿਆ ਹੀ ਆ, ਮੈਂ ਕਿਹਾ ਨਹੀਂ ਹੁਣ ਉਹੀ ਆ ਸਭ ਕੁਛ।
ਸਾਰੇ ਕਹਿੰਦੇ, ਮੰਮੀ ਡੈਡੀ ਵੀ ਕਹਿ ਦਿੰਦੇ ਸੀ, ਮੰਮੀ ਵੀ ਮੇਰੇ ਮੰਮੀ ਡੈਡੀ ਨੇ ਕਹਿਣਾ ਪੁੱਤ ਤੂੰ ਛੱਡ ਦੇ, ਤੂੰ ਔਖੀਆਂ ਤਾਂ ਤੂੰ ਛੱਡ ਪਰੇ। ਵੀ ਮੈਂ ਕਹਿ ਦਿੰਦਾ ਨਹੀਂ ਮੰਮੀ ਪਾਪਾ ਤੁਸੀਂ ਮੇਰਾ ਦੂਜੀ ਵਾਰ ਕੀਤਾ ਹਨਾ, ਇਹੀ ਕੰਮ ਥੋੜ੍ਹੀ ਰਹਿ ਗਿਆ, ਮੈਂ ਇਹਨੂੰ ਹੀ ਸੁਧਾਰੂੰਗੀ। ਮੈਂ ਬੜਾ ਗੁਰਦੁਆਰੇ ਮੱਥੇ ਟੇਕਣੇ, ਪਾਠ ਸ਼ੁਰੂ ਕੀਤਾ, ਮੈਂ ਜਪਜੀ ਸਾਹਿਬ ਦਾ ਕਰਨਾ ਰਹਿ ਰਸਦਾ। ਮੈਂ ਕਿਹਾ ਤੁਸੀਂ ਹੁਣ ਨਹੀਂ ਛੱਡਣੀ, ਮੈਂ ਕਿਹਾ ਇੱਦੀ ਪੀਓਂਗੇ ਤੁਸੀਂ ਸਾਰੀ ਉਮਰ ਦਾਰੂ। ਮੈਂ ਕਿਹਾ ਵੀ ਇੰਨੀ ਜ਼ਿੰਦਗੀ ਲੰਘ ਗਈ, ਆਪਾਂ ਇੰਨੇ ਦੁੱਖ ਦੇਖੇ ਆ। ਸ਼ਾਮ ਨੂੰ ਅਸੀਂ ਐਂ ਤੁਰੇ ਜਾਂਦੇ ਸੀ ਇੱਦਾਂ ਹੀ ਰੋਡ 'ਤੇ, ਆਹੀ ਸੜਕ 'ਤੇ ਉੱਤਰਲੇ। ਹਾਂਜੀ, ਅਤੇ ਉਸ ਦਿਨ ਇਹਦੀ ਪੀਤੀ ਹੋਈ ਸੀਗੀ, ਉਹਦੇ ਹੱਥ 'ਚ ਸ਼ਰਾਬ ਦੀ ਬੋਤਲ, ਮੈਨੂੰ ਕਹਿੰਦਾ ਲੈ ਸੁੱਟ ਤੀ, ਕਹਿੰਦਾ ਹੁਣ ਨਹੀਂ ਪੀਂਦਾ। ਮੂੰਹ ਨੂੰ ਬੋਤਲ ਲਾਈ ਥੋੜ੍ਹੀ ਜਿਹੀ ਜਿੰਨੀ ਸੀ ਪੀ ਕੇ, ਕਹਿੰਦਾ ਆਹ ਲੈ ਸੁੱਟ ਤੀ। ਉਸ ਤੋਂ ਬਾਅਦ ਇਹਨਾਂ ਨੇ ਦਾਰੂ ਨਹੀਂ ਪੀਤੀ। ਕਦੇ ਤੁਹਾਨੂੰ ਇਹਨਾਂ 'ਤੇ ਤਰਸ ਆਇਆ ਹੈ ਨਹੀਂ ਗਾ ਬਈ ਉਹ ਮਾਸੂਮ ਸੀ, ਇੱਕ ਛੋਟਾ ਜਿਹਾ, ਇੱਕ ਇਹ ਸੀਗੇ? ਨਹੀਂ, ਤਰਸ ਤਾਂ ਮੈਨੂੰ ਬਹੁਤ ਆਉਂਦਾ ਸੀ ਯਾਰ, ਪਰ ਮੈਂ ਜਦੋਂ ਪੀ ਲੈਂਦਾ ਸੀ ਉਦੋਂ ਤਰਸ ਨਹੀਂ ਆਉਂਦਾ ਸੀ। ਜਦੋਂ ਮੇਰੇ ਲੈ ਜਾਂਦੇ ਸੀ ਉਦੋਂ ਮੈਂ ਫਿਰ ਬਹੁਤ ਇਹਨੂੰ ਕਹਿੰਦਾ ਸੀ ਵੀ ਨਹੀਂ ਜਾਣ ਨਹੀਂ ਮੇਰੀ ਤੋਂ। ਅਸਲ 'ਚ ਮੈਂ ਡੈਡੀ ਦੀ ਮੰਮੀ ਨੇ ਕਹਿਣਾ ਲੈ ਦੇਖ ਲਾ ਹਨਾ, ਤੂੰ ਮਾੜਾ ਜਿਹਾ ਆਉਂਦਾ ਆ ਤੂੰ ਫਿਰ ਮੈਨੂੰ ਉਹਦੀ ਬਣ ਜਾਂਦੀ ਆ। ਕਹਿੰਦੇ ਕਹਿਣਾ ਫਿਰ ਕੋਈ ਨਹੀਂ, ਸਾਨੂੰ ਨਾ ਫੋਨ ਕਰੀ ਤੂੰ, ਸਾਨੂੰ ਨਾ ਫੋਨ ਲਾ ਕੇ ਦੱਸੀ ਵੀ ਤੈਨੂੰ ਇਹਨੇ ਮਾਰਿਆ ਜਾਂ ਇਹਨੇ ਕੁਛ ਕਿਹਾ। ਮੈਂ ਕਿਹਾ ਮੈਂ ਤੁਹਾਨੂੰ ਨਹੀਂ ਕਹਿੰਦੀ, ਫਿਰ ਮੈਂ ਇਹਨਾਂ ਨੂੰ ਕਹਿਣਾ ਵੀ ਛੱਡਤਾ। ਅੱਛਾ, ਫਿਰ ਇਹਨੇ ਜੇ ਮੈਨੂੰ ਮਾਰਨਾ ਵੀ ਤਾਂ ਮੈਂ ਕਹਿਣਾ ਹੀ ਹਟ ਗਈ। ਮੈਨੂੰ ਮੇਰੇ ਮੰਮੀ ਡੈਡੀ ਜੇ ਮੈਂ ਜਾਵਾਂ ਨਾ, ਮੇਰੇ ਮੰਮੀ ਡੈਡੀ ਭਾਵੇਂ ਮੈਨੂੰ ਕਹਿ ਦੇਣਗੇ ਵੀ ਤੂੰ ਇੰਨੀ ਦੇਰ ਤੱਕ ਸੁੱਤੀ ਪਈ ਆ, ਉੱਠਦੀ ਨਹੀਂ, ਇਸ ਬੰਦੇ ਨੇ ਮੈਨੂੰ ਅੱਜ ਤੀਕ ਨਹੀਂ ਆਵਾਜ਼ ਮਾਰੀ ਸੁੱਤੀ ਪੀ ਨੂੰ, ਇਹਨਾਂ ਚਾਹ ਵੀ ਮੈਨੂੰ ਬਣਾ ਕੇ ਬੈੱਡ 'ਤੇ ਦੇਣੀ ਹੈ। ਗਲਤੀ ਮੈਂ ਮੰਨਦਾ ਹੁਣ, ਅੱਜ ਵੀ ਮੈਂ ਭਾਂਡੇ ਮਾਂਜਦਾ ਕਿਉਂਕਿ ਉਹ ਤੋਂ ਕੰਮ ਨਹੀਂ ਹੁੰਦਾ। ਜੋ ਵੀ ਕੰਮ ਆ ਸਾਰਾ ਬੋਕਰ ਝਾੜੂ ਸਭ ਮੈਂ ਕਰਦਾ। ਲੋਕ ਮੈਨੂੰ ਝੇਡਾਂ ਕਰਦੇ ਆ ਵੀ ਯਾਰ ਇਹ ਜਨਾਨੀ ਤੋਂ ਕੰਮ ਨਹੀਂ ਕਰਾਉਂਦਾ ਆਪਣਾ। ਮੈਂ ਕਿਹਾ ਵੀ ਉਹਦੇ ਪ੍ਰੇਸ਼ਨ ਨੂੰ ਆਏ ਉਹ ਕਰਨ ਜੋਗੀ ਕੁਛ ਨਹੀਂ ਗੀ। ਸ਼ਰਾਬ ਇਹਨਾਂ ਨੇ ਛੱਡਤੀ, ਵਧੀਆ, ਚਲੋ ਅਸੀਂ ਰਹਿਣ ਲੱਗ ਗਏ ਹਨਾ। ਉਸ ਤੋਂ ਬਾਅਦ ਇੱਥੋਂ ਤਾਂ ਮੈਂ ਸੌਖੀ ਹੋ ਗਈ, ਮਤਲਬ ਮੇਰੇ ਪੇਕਿਆਂ 'ਚੋਂ ਨਾ ਮੈਂ ਬਹੁਤ ਉੱਥੋਂ ਵੀ ਦੁੱਖ ਦੇਖਿਆ ਵਾ। ਮੇਰੀ ਭਾਬੀ ਦੀ ਡੈਥ ਹੋ ਗਈ, ਭਰਜਾਈ ਮੇਰੀ ਕਰੋਨਾ 'ਚ ਪੂਰੀ ਹੋ ਗਈ, ਉਹਦੇ ਦੋ ਬੱਚੇ ਆ ਛੋਟੇ ਛੋਟੇ। ਫਿਰ ਉਸ ਤੋਂ ਬਾਅਦ ਭਾਬੀ ਦੇ 2 ਸਾਲ ਬਾਅਦ ਉਸੇ ਮਹੀਨੇ 'ਚ ਮਈ 'ਚ ਮੇਰਾ ਭਰਾ ਦਾ ਐਕਸੀਡੈਂਟ ਹੋ ਗਿਆ। ਹਾਂ ਵੀ ਉਹ ਚਲਾ ਗਿਆ, ਮੇਰੇ ਤੋਂ ਛੋਟਾ ਸੀਗਾ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਮੈਂ ਨਾਮ ਵੀ ਨਹੀਂ ਲੈ ਸਕਦੀ, ਮੈਂ ਉਹਦਾ ਨਾਮ ਵੀ ਲੈਂਦੀ। ਮੈਨੂੰ ਬਹੁਤ ਪਿਆਰਾ ਸੀ ਉਹ, ਹੁਣ ਵੀ ਉਹਦੀਆਂ ਗੱਲਾਂ ਮੇਰੀਆਂ ਕੰਨਾਂ 'ਚ ਗੂੰਜਦੀਆਂ ਨੇ। ਉਹਨੇ ਜ਼ਿਆਦਾ ਮੈਨੂੰ ਹਰਾਤ, ਉਸ ਤੋਂ ਬਾਅਦ ਹੀ ਮੈਨੂੰ ਮਤਲਬ ਡਿਪਰੈਸ਼ਨ ਦੀ ਦਵਾਈ ਚੱਲਣ ਲੱਗ ਗਈ ਮੇਰੀ। ਚੌਲ ਖਾਂਦੀ ਖਾਂਦੀ ਨੇ ਮੇਰੇ ਦਿਮਾਗ 'ਚ ਆਇਆ, ਮੈਂ ਗਾਇਸ ਗਾਇਸ ਤਾਂ ਕਹਿੰਦੀ ਸੀ, ਮੈਂ ਕਿਹਾ ਗਾਇਸ ਗਾਇਸ ਹੈਲੋ ਗਾਇਸ ਗਾਇਸ ਵੀਰੇ, ਵੀਰਾ ਨਿਕਲ ਗਿਆ ਮੂੰਹ 'ਚ ਮੇਰੇ। ਮੈਂ ਤਾਂ ਮੈਂ ਵੀਰਾ ਮੈਨੂੰ ਵਧੀਆ ਲੱਗਦਾ ਕਿਉਂਕਿ ਮੇਰਾ ਭਰਾ ਹੈ ਨਹੀਂ ਹਨਾ, ਮੈਨੂੰ ਵੀਰਾ ਕਹਿਣਾ ਵਧੀਆ ਲੱਗਦਾ, ਅਤੇ ਮੈਂ ਕਹਿਣਾ ਗਾਇਸ ਵੀਰੇ ਚੌਲ ਖਾ ਲਓ। ਉਹ ਵੀਡੀਓ ਵਾਇਰਲ ਹੋ ਗਈ, ਉਹ ਜਦੋਂ ਮੈਂ ਚੈੱਕ ਕੀਤੀ ਰੀਲ, ਮੈਨੂੰ ਸਾਰਿਆਂ ਨੇ ਸੈਂਡ ਕੀਤੀਆਂ, ਰੋਸਟ ਕੀਤੀਆਂ ਹੋਈਆਂ। ਜਦੋਂ ਮੈਂ ਦੇਖਿਆ 5 ਮਿਲੀਅਨ। ਹੈਲੋ ਗਾਇਸ ਗਾਇਸ, ਦੇਖੋ ਮੈਂ ਮਟਰ ਵਾਲੇ ਚੌਲ ਬਣਾਏ ਗਾਇਸ ਵੀਰੇ, ਗਾਇਸ ਵੀਰੇ ਚੌਲ ਖਾਣੇ ਕਿਸੇ ਨੇ। ਪਹਿਲਾਂ ਤਾਂ ਸ਼ੁਰੂ ਤੋਂ ਆਪਣੇ ਪਰਿਵਾਰ ਦੀ ਕਹਾਣੀ ਦੱਸ ਤੂੰ, ਕਿੰਨੇ ਸਾਲ ਦੀ ਉਮਰ 'ਚ ਤੁਹਾਡਾ ਪਹਿਲਾ ਵਿਆਹ ਹੁੰਦਾ, ਕਿੰਨੇ ਤੁਸੀਂ ਭੈਣ ਭਰਾ ਹੁੰਦੇ ਹੋ ਅਤੇ ਪਰਿਵਾਰ ਦੇ ਹਾਲਾਤ ਕਿਹੋ ਜਿਹੇ ਹੁੰਦੇ ਆ? ਅਸੀਂ ਵੀਰੇ 4 ਭੈਣ ਭਰਾ ਆਏ ਸੀਗੇ, ਅਤੇ ਮੇਰੇ ਪਾਪਾ ਲੇਬਰ ਕਰਦੇ ਸੀਗੇ, ਅਤੇ ਮੰਮੀ ਵੀ ਬਿਮਾਰ ਰਹਿੰਦੇ ਸੀਗੇ, ਅਤੇ ਫਿਰ ਮੰਮੀ ਨੇ ਕਿਹਾ ਵੀ ਇਹਨਾਂ ਨੂੰ ਆਪਾਂ ਕੁੜੀਆਂ ਨੂੰ, ਕੁੜੀਆਂ ਦਾ ਵਿਆਹ ਕਰ ਦਿੰਦੇ ਹਾਂ, ਤੋਰ ਦਿੰਦੇ ਇਹਨਾਂ ਨੂੰ, ਆਪੋ ਆਪਣੇ ਘਰੇ ਚੱਲ। ਅਸੀਂ 3 ਭੈਣਾਂ ਸੀ ਅਤੇ 1 ਭਰਾ, ਅਤੇ ਭਰਾ ਮੇਰੇ ਤੋਂ ਛੋਟਾ ਸੀਗਾ। ਅਤੇ ਜਦੋਂ ਮਤਲਬ ਮੇਰੇ ਪਹਿਲਾਂ ਮੇਰੇ ਵੱਡੀ ਭੈਣ ਦਾ ਵਿਆਹ ਕੀਤਾ, ਫਿਰ ਉਸ ਤੋਂ ਬਾਅਦ 2 ਸਾਲ ਬਾਅਦ ਉਹਨਾਂ ਨੇ ਮੇਰਾ ਵਿਆਹ ਕਰਤਾ। ਮੇਰਾ 18 ਸਾਲ ਦੀ ਉਮਰ 'ਚ ਵਿਆਹ ਕਰਤਾ ਸੀਗਾ ਮੰਮੀ ਉਹਨਾਂ ਨੇ। ਅਤੇ ਮਤਲਬ ਪਹਿਲਾਂ ਉਹ 2 ਕੁ ਮਹੀਨੇ ਤਾਂ ਵਧੀਆ ਰਹੇ ਮੇਰੇ ਨਾਲ ਉੱਥੇ, ਅਤੇ 2 ਕੁ ਮਹੀਨੇ ਬਾਅਦ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਮੈਨੂੰ ਰੋਟੀ ਪਾਣੀ ਵੀ ਦੇਣਾ ਬੰਦ ਕਰਤਾ ਸੀ 1 ਸਾਲ ਦਾ।
ਉਹਨਾਂ ਦਾ ਬਸ ਉਹਨਾਂ ਨੇ ਜਿੰਦਾ ਲਾ ਜਾਂਦੇ ਸੀ ਰਸੋਈ ਨੂੰ, ਜਿਹੜੀ ਮੇਰੀ ਸੱਸ ਸੀਗੀ ਹੈ ਨਾ ਨਨਾਣਾ, ਉਹਨਾਂ ਨੇ ਜਿੰਦਾ ਲਾ ਜਾਣਾ, ਫੈਕਟਰੀ ਜਾਂਦੀਆਂ ਸੀ ਉਹ ਜਿੰਦਾ ਲਾ ਜਾਂਦੀਆਂ ਸੀ ਰਸੋਈ ਨੂੰ। ਫਿਰ ਮੈਂ ਭੁੱਖੀ ਬੈਠੀ ਰਹਿੰਦੀ ਸੀਗੀ, ਸਾਲ ਕੀ ਰਹੀ ਹਾਂ, ਇੱਕ ਸਾਲ ਰਹੀ ਹਾਂ, ਬੇਟਾ ਹੋਇਆ ਅਤੇ ਫਿਰ ਉਹਨਾਂ ਨੇ ਮੈਨੂੰ 6 ਮਹੀਨੇ ਕੱਢਤਾ ਸੀ ਮੁੰਡਾ ਹੋਣ ਵਾਲਾ ਸੀ, ਵੀ ਅਸੀਂ ਇਹਦਾ ਖਰਚਾ ਨਹੀਂ ਚੱਕ ਸਕਦੇ ਬੱਚੇ ਦਾ ਹੋਸਪਿਟਲ ਦਾ। ਅਤੇ ਮੈਂ ਫਿਰ ਮੇਰੇ ਬਾਹਰ 'ਚ ਇੱਦਾਂ ਮੈਨੂੰ ਛੱਡ ਕੇ ਚਲੇ ਗਏ ਰੋਂਦੀ ਨੂੰ, ਦਰਵਾਜ਼ੇ 'ਚ ਐਂ ਛੱਡ ਕੇ ਅਤੇ ਪਿੱਛੇ ਮੁੜ ਗਏ ਵਾਪਸ, ਨਾ ਬੁਲਾਇਆ ਮੰਮੀ ਉਹਨਾਂ ਨੂੰ ਦਰਵਾਜ਼ੇ 'ਚ, ਮੰਮੀ ਨੇ ਦਰਵਾਜ਼ਾ ਖੋਲ੍ਹਿਆ, ਮੰਮੀ ਮੇਰੀ ਗੱਲ ਲਾਇਆ, ਮੇਰੇ ਮਾਂ ਪਿਓ ਨੇ ਮੈਨੂੰ ਬਹੁਤ ਐਵੇਂ ਕਹਾਂ, ਮੇਰੇ ਮੰਮੀ ਨੇ ਇੰਨੇ ਸਪੋਰਟ ਕੀਤੀ, ਸਾਂਭਿਆ, ਜੋ ਮੈਂ 2 ਸਾਲ ਬੈਠੀ ਰਹੀ ਹਾਂ। ਫਿਰ ਮੁੰਡਾ ਮੇਰਾ 2.5 ਸਾਲ ਦਾ ਸੀਗਾ, ਉੱਥੋਂ ਤਲਾਕ ਹੋ ਗਿਆ, ਫੈਸਲਾ ਕਰ ਲਿਆ। ਫਿਰ ਇੱਧਰ ਕਾਰਨ ਕੀ ਬਣੇ ਉਹਦੇ ਤਲਾਕ ਦੇ? ਉਹ ਬਸ ਉਹ ਸ਼ਰਾਬ ਪੀਂਦੇ ਸੀ, ਉਹ ਵੀ ਮੈਨੂੰ ਬਹੁਤ ਮਾਰਦੇ ਕੁੱਟਦੇ ਸੀ, ਘਰੋਂ ਕੱਢ ਦਿੰਦੇ ਸੀ, ਦਾਰੂ ਪੀਂਦੇ ਸੀ, ਸ਼ਰਾਬ ਵਾਲੀ ਪੀਂਦੇ ਸੀ। ਇਸ ਕਰਕੇ ਵੀਰੇ ਮੈਂ ਤਾਂ ਰਹਿਣਾ ਚਾਹੁੰਦੀ ਸੀ, ਮੈਂ ਤਾਂ ਨਹੀਂ ਤਲਾਕ ਲੈਂਦੀ ਸੀ। ਫਿਰ ਜਦੋਂ ਉਹ ਵੀਰੇ ਮੇਰੇ ਪਿੱਛੇ ਹੀ ਨਹੀਂ ਆਏ, ਮੈਂ ਕੀ ਕਰਦੀ ਹੈ ਨਾ, ਮੈਂ ਫੋਨ ਕਰਨੇ ਅਤੇ ਉਹਨਾਂ ਨੇ ਅੱਗੋਂ ਫੋਨ ਨਾ ਚੱਕਣਾ। ਇਸ ਕਰਕੇ ਫਿਰ ਮੈਂ, ਮੇਰੇ ਪਾਪਾ ਕਹਿੰਦੇ ਪੁੱਤ ਤੂੰ ਨਾ ਪਿੱਛਾ ਕਰੀ ਜਾ, ਵੀ ਜਦੋਂ ਉਹਨੂੰ ਤੇਰੀ ਜ਼ਰੂਰਤ ਹੀ ਨਹੀਂ ਗੀ, ਜੇ ਮੈਂ ਫੋਨ ਕਰ ਲੈਣਾ, ਉਹਨਾਂ ਨੇ ਫੋਨ ਅੱਗੋਂ ਗਾਣੇ ਗੱਡੀ ਚਲਾਉਂਦਾ ਸੀ, ਗਾਣਿਆਂ ਮੂਹਰੇ ਲਾ ਦੇਣਾ, ਮੈਂ ਫਿਰ ਰੋ ਕੇ ਚੁੱਪ ਕਰ ਜਾਣਾ, ਮੈਂ ਸਬਰ ਕਰ ਲਿਆ। ਫਿਰ ਮੈਂ ਮੰਮੀ ਉਹਨਾਂ ਨੇ ਜਿਵੇਂ ਕਿਹਾ ਫੈਸਲਾ ਕਰ ਲਿਆ ਸੀ ਉੱਥੋਂ। ਕਿੰਨੇ ਟਾਈਮ ਬਾਅਦ ਤੁਹਾਡਾ ਤਲਾਕ ਹੋ ਜਾਂਦਾ ਉੱਥੇ? ਉਹ ਮੇਰਾ ਮੁੰਡਾ ਸੀਗਾ, 1.5 ਸਾਲ ਦਾ ਸੀਗਾ ਸੀ ਜਦੋਂ ਤਲਾਕ ਹੋ ਗਿਆ ਮੇਰਾ। ਅੱਛਾ, ਹਾਂਜੀ। ਅੱਛਾ ਵੀਰੇ, ਤੁਹਾਡਾ ਕੀ ਕਹਾਣੀ ਰਹਿੰਦੀ ਆ? ਪਹਿਲਾਂ ਮੈਂ ਇੱਥੇ ਨੇੜੇ ਹੀ ਪਿੰਡ ਵਿਆਹਿਆ ਸੀ, ਠੀਕ ਸੀ, ਵਧੀਆ ਸੀ ਉਦੋਂ ਸਾਡੇ, ਠੀਕ ਸੀ, ਘਰੇ ਵੀ ਟਾਈਮ ਪਾਸ ਵਧੀਆ ਹੁੰਦਾ ਸੀ, ਨਾ ਚੱਲਦਾ ਸੀ ਪਹਿਲਾਂ ਅਤੇ, ਪਰ ਉਹਨਾਂ ਦੇ ਉਹਦੀ ਮਾਂ ਨਾਲ ਹੀ ਨਹੀਂ ਬਣੀ ਮੇਰੀ, ਬਸ ਸੱਸ ਨਾਲ ਮੇਰੀ ਨਾਲ ਆ। ਕਿੰਨੇ ਟਾਈਮ ਬਾਅਦ ਫਿਰ ਤਲਾਕ ਹੋ ਗਿਆ? ਮੇਰਾ 1.5 ਸਾਲ ਬਾਅਦ ਤਲਾਕ ਹੋ ਗਿਆ ਸੀ ਉਹਨਾਂ। ਅੱਛਾ, ਫਿਰ ਉਦੋਂ ਬਾਅਦ ਕਿਹੋ ਜਿਹੇ ਹਾਲਾਤ ਬਣੇ? ਇੱਕ ਸਾਲ ਬਾਅਦ ਹੀ ਵਾਪਸ ਆ ਜਾਣੀ, ਉਹ ਵੀ ਇੱਕ ਬੱਚਾ ਹੋ ਜਾਣਾ, ਤੇ ਫਿਰ ਉਹ ਇਹ ਚੀਜ਼ ਦਾ ਅਹਿਸਾਸ ਹੋਇਆ ਵੀ ਜ਼ਿੰਦਗੀ ਕਿਹੜੇ ਪਟੜੀ ਤੇ ਸੀ, ਕਿਹੜੀ ਪਟੜੀ ਤੇ ਆ ਗਈ? ਹਾਂਜੀ, ਮੈਂ ਬਹੁਤ ਔਖਾ ਟਾਈਮ ਕੱਢਿਆ ਵੀਰੇ, ਮੈਂ ਰੋਂਦੀ ਰਹਿਣਾ, ਕਿਉਂਕਿ ਮੈਨੂੰ ਐਂ ਹੁੰਦਾ ਸੀ ਵੀ ਮੇਰੇ ਪਾਪਾ ਨੇ ਤਾਂ ਸਿਰੋਂ ਇੱਕ ਹਿਸਾਬ ਦਾ ਹੈ ਨਾ ਧੀ ਪੁੱਤ ਵਿਆਹ ਕੇ ਮਾਂ ਪਿਓ ਬੋਝ ਹਲਕਾ ਕਰਦਾ ਹੈ ਨਾ, ਵੀ ਮੈਂ ਦਰ 'ਤੇ ਆ ਕੇ ਇੱਕ ਜਵਾਕ ਲੈ ਕੇ ਬਹਿ ਗਈ, ਮੇਰੇ ਭਰਾ ਦਾ ਵੀ ਵਿਆਹ ਹੋ ਗਿਆ ਉਸ ਤੋਂ ਬਾਅਦ, ਅਤੇ ਮਾੜੀ ਮੋਟੀ ਫੈਮਿਲੀ 'ਚ ਤੁਹਾਨੂੰ ਪਤਾ ਪਰਿਵਾਰਾਂ 'ਚ ਹੁੰਦੀ ਰਹਿੰਦੀ ਹੈ ਨਾ, ਅਤੇ ਮੈਨੂੰ ਫਿਰ ਬੜਾ ਐਂ ਹੋਣਾ। ਫਿਰ ਜਦੋਂ ਮੰਮੀ ਹੁਣਾਂ ਨੇ ਇੱਧਰ ਰਿਸ਼ਤਾ ਦੇਖਿਆ, ਇਹ ਅਸੀਂ ਸਾਡੀ ਕਾਸਟ ਹੋਰ ਆ, ਅਸੀਂ ਜਲਾਹੇ ਹਾਂ ਅਤੇ ਇਹ ਜੱਟ ਨੇ, ਅਤੇ ਮੇਰੇ ਨਾਨਾ ਜੀ ਕਹਿੰਦੇ ਨਹੀਂ ਵੀ ਜੱਟਾਂ 'ਚ ਨਹੀਂ ਅਸੀਂ ਕੁੜੀ ਵਿਆਹਣੀ, ਸਾਡੇ ਅਸੀਂ ਆਪਦੀ ਜਾਤ 'ਚ ਹੀ ਕਰਾਂਗੇ। ਅਤੇ ਫਿਰ ਮੇਰੇ ਡੈਡੀ ਕਹਿੰਦੇ ਵੀ ਸੁੱਖ ਹੋਣਾ ਚਾਹੀਦਾ, ਅਤੇ ਜਦੋਂ ਚਲੋ ਇਹਨਾਂ ਨਾਲ ਮੇਰਾ ਵਿਆਹ ਹੋਇਆ, ਕਿਵੇਂ ਵੀ ਚਲੋ ਵਿੱਚ ਵਿਚੋਲੇ ਨੇ ਝੂਠ ਵੀ ਬੋਲਿਆ, ਮੈਂ ਸਹੀ ਦੱਸਾਂ, ਵਿਚੋਲੇ ਨੇ ਕਿਹਾ ਵੀ ਇਹਨਾਂ ਕੋਲ ਬਹੁਤ ਜ਼ਮੀਨ ਜ਼ਿਆਦਾ, ਤਾਂ ਮੇਰੇ ਪਾਪਾ ਨੇ ਸੋਚਿਆ ਵੀ ਚੱਲ ਜ਼ਮੀਨ ਜ਼ਿਆਦਾ ਤਾਂ ਮੁੰਡੇ ਦਾ ਕੁਛ ਬਣ ਜੂਗਾ ਹੈ ਨਾ, ਅਤੇ ਵਿਆਹ ਹੋ ਗਿਆ ਇਹਨਾਂ। ਤੁਸੀਂ ਇਹ ਗੱਲ ਇਨਕੁਆਇਰੀ ਨਹੀਂ ਕਰੀ ਕਿਤੋਂ, ਪੁੱਛਦਾ ਨਹੀਂ ਕਰੀ? ਅਸੀਂ ਪੁੱਛਦਾ ਨਹੀਂ ਕਰੀਏ, ਇਹਨਾਂ ਨੇ ਇਹ ਕਹਿੰਦੇ, ਇਹਨੇ ਕਹਿੰਦੇ ਮੈਨੂੰ ਤਾਂ ਪਤਾ ਨਹੀਂ ਸੀ ਵਿਚੋਲੇ ਨੇ ਐਂ ਝੂਠ ਬੋਲਿਆ ਤੁਹਾਨੂੰ, ਕਹਿੰਦੇ ਜੇ ਮੇਰੀ ਤੇਰੇ ਨਾਲ ਪਹਿਲਾਂ ਗੱਲ ਹੁੰਦੀ ਮੈਂ ਤਾਂ ਤੈਨੂੰ ਕਹਿ ਦੇਣਾ ਸੀ ਵੀ ਸਾਡੇ ਕੋਲ ਜ਼ਮੀਨ ਹੈ ਨਹੀਂ ਗੀ। ਅੱਛਾ, ਜਦੋਂ ਫਿਰ ਵਿਆਹ ਹੋ ਗਿਆ ਮੈਨੂੰ ਹਫ਼ਤੇ ਬਾਅਦ ਪਤਾ ਲੱਗਿਆ। ਫਿਰ ਉਹ ਕਿਵੇਂ ਸਬੱਬ ਬਣਦਾ ਵੀ ਤੁਹਾਨੂੰ ਹਫ਼ਤੇ ਬਾਅਦ ਪਤਾ ਲੱਗਦਾ ਵੀ ਇਹਨਾਂ ਕੋਲ ਤਾਂ ਜ਼ਮੀਨ ਹੈ ਨਹੀਂ ਗੀ, ਕਿਉਂਕਿ ਘਰ ਬਾਰ ਦੇਖ ਕੇ ਹਾਲਾਤ ਦੇਖ ਕੇ ਪਤਾ ਲੱਗ ਜਾਂਦਾ? ਹਾਂਜੀ, ਉਦੋਂ ਘਰ ਵੀ ਖੁੱਲ੍ਹਾ ਸੀ, ਹੁਣ ਹੀ ਕੰਧਾਂ ਹੋਈਆਂ ਨੇ, ਘਰ ਬਾਰ ਖੁੱਲ੍ਹਾ ਸੀਗਾ, ਅਤੇ ਮੈਂ ਜਿਹੜੇ ਘਰ 'ਚ ਤੁਹਾਨੂੰ ਹੁਣ ਲੈ ਕੇ ਗਈ ਸੀ ਦਿਓਰ ਘਰ, ਉੱਥੇ ਮੈਂ ਵਿਆਹ ਕੇ ਗਈ ਸੀਗੀ, ਘਰ ਵੀ ਪੈਲੀ ਵਿਚੋਲੇ ਨੇ ਸਾਰੀ ਉਹ ਤੀਕ ਦਿਖਾਤੀ। ਫਿਰ ਮੈਨੂੰ ਪਿੰਡ 'ਚੋਂ ਹੀ ਕਿਸੇ ਨੇ ਕਿਹਦੀ ਦਿਖਾਈ ਤੁਹਾਨੂੰ? ਜ਼ਮੀਨ ਚਾਚਿਆਂ ਦੀ, ਚਾਚੇ ਤਾਇਆਂ ਦੀ ਜ਼ਮੀਨ ਦਿਖਾਤੀ। ਅੱਛਾ, ਹਾਂਜੀ, ਜਦੋਂ ਇਹਨਾਂ ਦੇ ਜਣੀ ਰਿਸ਼ਤੇ ਵਿਚੋਲੇ ਨੇ ਸਾਨੂੰ ਇਹਨਾਂ ਦੇ ਚਾਚੇ ਤਾਇਆਂ ਦਾ ਜ਼ਮੀਨ ਦਿਖਾਤੀ ਉਹਨਾਂ ਨੇ ਵੀ ਇਹਨਾਂ ਦੀ ਆ, ਬਾਹਰ ਕਿਸੇ ਦੀ ਗੱਡੀ ਖੜੀ ਸੀ, ਟਰਾਲਾ ਘੋੜਾ ਕਹਿ ਦਿੰਦੇ ਆ ਪਿੰਡਾਂ 'ਚ,
ਕਹਿੰਦੇ ਇਹ ਘੋੜਾ ਵੀ ਇਹਨਾਂ ਦਾ ਹੀ ਆ, 50,000 ਮਹੀਨੇ ਦਾ ਆਉਂਦਾ। ਮੇਰੇ ਮੰਮੀ ਡੈਡੀ ਨੂੰ ਲਾਲਚ ਹੋ ਗਿਆ, ਐਂ ਵੀ ਹੁੰਦਾ ਹੀ ਮਾਂ ਪਿਓ ਨੂੰ ਵੀ ਸਾਡੀ ਧੀ ਹੈ ਨਾ, ਵੀ ਚਲੋ ਬੱਚੇ ਦੀ ਜ਼ਿੰਦਗੀ ਬਣ ਗਈ, ਸਾਡੀ ਧੀ ਆਪਦੇ ਘਰੇ ਸੌਖੀ ਬਸੂਗੀ, ਵੀ ਪਹਿਲਾਂ ਕਿੱਥੇ ਭੁੱਖੀ ਮਰਦੀ ਸੀ ਹੈ ਨਾ। ਅਤੇ ਚਲੋ ਐਵੇਂ ਕਹਾਂ, ਜਦੋਂ ਮੇਰਾ ਇਹਨਾਂ ਨਾਲ ਰਿਸ਼ਤਾ ਹੋ ਗਿਆ, ਭੁੱਖੀ ਤਾਂ ਨਹੀਂ ਇਹਨੇ ਮੈਨੂੰ ਮਰਨ ਦਿੱਤਾ, ਵੀ 5 ਸਾਲ ਪਹਿਲਾਂ ਜ਼ਰੂਰ ਤੰਗ ਕੀਤਾ। ਅੱਛਾ, ਨਹੀਂ ਜਦੋਂ ਫਿਰ ਉੱਥੇ ਉਹਨੇ ਟਰਾਲੇ ਦਿਖਾਤੇ, ਹਾਂਜੀ, ਉਹ ਜ਼ਮੀਨ ਕਿਹਦੀ ਦਿਖਾਈ? ਜ਼ਮੀਨ ਚਾਚੇ ਤਾਇਆਂ ਦੀ, ਇਹਨਾਂ ਦੇ ਖੁਦ ਦੇ ਚਾਚੇ ਤਾਇਆਂ ਦੀ ਜ਼ਮੀਨ ਸੀ, ਉਹਨੇ ਜਿੱਥੇ ਤੀਕ ਹੱਥ ਗਿਆ ਹੱਥ ਕਰਤਾ, ਕਹਿੰਦੇ ਸਾਰੀ ਇਹਨਾਂ ਦੀ ਆ। ਕਿਹਨੇ? ਤੁਹਾਡੇ ਮਾਂ ਬਾਪ ਨੂੰ? ਮੇਰੇ ਮੰਮੀ ਡੈਡੀ ਨੂੰ। ਮੇਰੇ ਮੰਮੀ ਡੈਡੀ ਜਦੋਂ ਦੇਖਣ ਆਏ ਘਰ, ਆਪ ਹੀ ਗੱਡੀ 'ਚ ਬਿਠਾ ਕੇ ਲਗੇ, ਕਿਉਂਕਿ ਦੂਰ ਆ, ਗੱਡੀ 'ਚ ਬਿਠਾ ਕੇ ਲਿਆਏ ਲੁਧਿਆਣੇ ਤੋਂ। ਮੈਨੂੰ ਤਾਂ ਇੰਨੀ ਵਾਟ, ਮੇਰੇ ਤੋਂ ਤਾਂ ਸਫ਼ਰ ਹੀ ਨਹੀਂ ਹੁੰਦਾ ਸੀ। ਅਤੇ ਜਦੋਂ ਮੈਂ ਵਿਆਹ ਕੇ ਆਈ ਹਾਂ ਇਸ ਘਰ ਦੇ ਵਿੱਚ, ਅਤੇ ਮੈਂ ਤਾਂ, ਮੈਨੂੰ ਤਾਂ ਪਿੰਡ ਹੀ ਨਾ ਆਉਣ ਚਾਹੇ, ਮੈਂ ਤਾਂ ਪਛਤਾਵਾਂ ਵੀ ਮੈਂ ਇੰਨੀ ਦੂਰ ਆਊਂਗੀ ਕਿੱਦਾਂ ਬੱਸਾਂ 'ਚ ਧੱਕੇ ਖਾਂਦੀ। ਅੱਛਾ, ਤੁਹਾਡੇ ਮਾਂ ਬਾਪ ਖੁਸ਼ ਹੋਏ ਵੀ ਇੰਨੀ ਜ਼ਮੀਨ ਜਾਇਦਾਦ ਤਾਂ ਮੁੰਡੇ ਕੋਲ, ਇੰਨੇ ਟਰਾਲੇ ਨੇ ਬਾਈ? ਬਹੁਤ ਖੁਸ਼ ਹੋਏ ਉਹ, ਕਹਿ ਮੰਮੀ ਡੈਡੀ ਤਾਂ ਮੇਰੇ ਇੰਨੇ ਖੁਸ਼ ਸੀ ਮੈਨੂੰ ਆ ਕੇ, ਕਹਿੰਦੇ ਮੀਨੂੰ ਤੂੰ ਬਹੁਤ ਸੌਖੀ ਰਹੇਂਗੀ, ਵੀ ਤੇਰੇ ਸਮਰ ਦੀ ਜ਼ਿੰਦਗੀ। ਮੈਨੂੰ ਆਪਣਾ ਨਹੀਂ ਸੀਗਾ, ਮੈਨੂੰ ਇਹ ਸੀ ਮੇਰੇ ਸਮਰ ਦੀ ਜ਼ਿੰਦਗੀ ਬਣ ਜਾਵੇ। ਤੁਹਾਡਾ ਬੇਟਾ? ਹਾਂਜੀ, ਵੱਡਾ। ਮੈਨੂੰ ਇਹ ਸੀ ਮੇਰੇ ਸਮਰ ਦਾ ਕੁਛ ਬਣ ਜਾਵੇ, ਵੀ ਉਹਦਾ ਹੁਣ ਹਿਸਾਬ ਦਾ ਵੀ ਪਿਓ ਮਰੇ ਬਰਾਬਰ ਹੀ ਸੀ ਹੈ ਨਾ, ਜਦੋਂ ਉਹਨੇ ਉਹਨੂੰ ਆਪਦੇ ਬੱਚੇ ਨੂੰ ਨਹੀਂ ਦੇਖਿਆ ਪਿੱਛੇ ਮੁੜ ਕੇ ਹੈ ਨਾ। ਅਤੇ ਉਹਨੇ ਮੈਨੂੰ ਇਹ ਜ਼ਰੂਰ ਗੱਲ ਕਹੀ ਸੀ, ਕਹਿੰਦਾ ਤੂੰ ਦੇਖਦਾ ਤੂੰ ਕਿਵੇਂ ਪਾਲਦੀ ਇਹਨੂੰ, ਹੁਣ ਮੇਰਾ ਮੇਰਾ ਮੁੰਡਾ ਵਧੀਆ, ਇਹ ਇੰਨਾ ਵਧੀਆ ਸੰਸਕਾਰ ਉਹਨੂੰ ਮੇਰੇ ਮਾਂ ਪਿਓ ਨੇ ਦਿੱਤੇ ਆ, ਹੁਣ 9ਵੀਂ 'ਚ ਹੋ ਗਿਆ ਪੜ੍ਹ ਲਿਖ ਕੇ। ਇਹਨਾਂ ਨੂੰ ਅਸੀਂ ਪਹਿਲਾਂ ਗੱਲ ਕਰੀ ਸੀਗੀ ਵੀ ਤੁਸੀਂ ਦੱਸਤਾ ਸੀਗਾ ਵੀ ਪਹਿਲਾਂ ਬੇਟਾ ਆ ਹੈ ਨਾ, ਅਤੇ ਸਾਡੇ ਇੱਧਰੋਂ ਵੀ ਪਰਿਵਾਰ ਨੇ ਕਹਿਤਾ ਵੀ, ਕਿਉਂਕਿ ਇਹਨਾਂ ਦੇ ਨਾ ਬੇਟਾ ਹੈ ਨਹੀਂ ਸੀ ਮੁੰਡਾ, ਕੁੜੀਆਂ ਹੀ ਸੀ, ਕਿਉਂਕਿ ਸਾਡੇ ਪਰਿਵਾਰ 'ਚ ਇਹਨਾਂ ਦੇ ਭਰਾਵਾਂ ਦੇ ਕੁੜੀਆਂ ਹੀ ਆ, ਮੁੰਡਾ ਨਹੀਂ ਸੀਗਾ ਇਹਨਾਂ ਦੇ ਹੋਇਆ ਕਿਸੇ ਦੇ ਵੀ, 5 ਉਹਨਾਂ ਦੇ ਸੀ, 3 ਦੂਜੇ ਦੇ ਛੋਟੇ ਦੇ। ਅਤੇ ਜਦੋਂ ਕਹਿੰਦੇ ਵੀ ਚਲੋ ਸਾਨੂੰ ਪੋਤਾ ਮਿਲ ਗਿਆ, ਮੇਰੀ ਸੱਸ ਕਹਿੰਦੀ ਵੀ ਸਾਡੇ, ਅਸੀਂ ਤਾਂ ਪੋਤੇ ਨੂੰ ਤਰਸਦੇ ਸੀ, ਸਾਨੂੰ ਪਲਿਆ ਪਲਾਇਆ ਮਿਲ ਗਿਆ, ਮਤਲਬ ਬਹੁਤ ਖੁਸ਼ ਹੋਏ। ਫਿਰ ਜਦੋਂ ਇੱਥੇ ਮੈਂ ਵਿਆਹ ਕੇ ਆਈ ਅਤੇ ਉਹਨੂੰ ਹਫ਼ਤੇ ਬਾਅਦ ਅਸੀਂ ਲਿਆਂਦਾ, ਅਤੇ ਥੋੜ੍ਹੇ ਕੁ ਦਿਨ ਉਹ ਠੀਕ ਰਿਹਾ, ਇੱਥੇ ਉਹ ਢਿੱਲਾ ਹੋ ਜਾਂਦਾ ਸੀ, ਬਿਮਾਰ ਹੋ ਜਾਂਦਾ ਸੀ। ਅਤੇ ਕੁਛ ਲੋਕ ਵੀ ਤੁਹਾਨੂੰ ਪਤਾ ਹੀ ਆ ਕਰਨ ਲੱਗ ਜਾਂਦੇ ਸੀਗੇ ਵੀ ਇਹ, ਮਤਲਬ ਉਹਨੂੰ ਤਾਂ ਪਤਾ ਹੀ ਨਹੀਂ ਸੀ ਮੇਰਾ ਡੈਡੀ ਕਿਹੜਾ। ਤੁਹਾਡੇ ਬੇਟੇ ਨੂੰ? ਹਾਂਜੀ, ਉਹਨੂੰ ਪਤਾ ਹੀ ਨਹੀਂ ਸੀਗਾ, ਉਹਨੂੰ ਇਹੀ ਦੱਸਿਆ ਸੀ ਵੀ ਇਹ ਤੇਰਾ ਡੈਡੀ ਆ। ਅੱਛਾ, 1 ਸਾਲ ਦੇ ਜਵਾਕ ਨੂੰ ਕੀ ਪਤਾ? ਉਹਨੂੰ ਨਹੀਂ ਪਤਾ ਸੀਗਾ, ਉਹਨੂੰ ਲੋਕਾਂ ਨੇ ਜਦੋਂ ਇੱਥੇ ਥੋੜ੍ਹਾ ਚਿਰ ਰਿਹਾ, ਥੋੜ੍ਹੀ ਜਿਹੀ ਸਮਝ ਆਈ, ਉਹਨੂੰ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਵੀ ਇਹ ਤੇਰਾ ਬਾਪ ਨੀਗਾ, ਉਹਨੂੰ ਜਣੀ ਖਿਲਾਫ ਕਰਤਾ ਇਹਨਾਂ ਦੇ। ਕਿੰਨੇ ਸਾਲ ਦੀ ਉਮਰ 'ਚ ਉਹਨੂੰ ਦੱਸਣ ਲੱਗ ਗਏ ਸੀ ਲੋਕ? ਉਹ ਜਦੋਂ ਇੱਥੇ 5-6 ਸਾਲ ਦਾ ਹੋ ਗਿਆ ਨਾ, ਵਿੱਚ ਕਿਤੇ ਜਾ ਵੜਦਾ ਸੀ, ਮੰਮੀ ਹੁਣੀ ਲੈ ਜਾਂਦੇ ਸੀ ਕਿਤੇ ਆ ਜਾਂਦਾ ਸੀ, ਅਤੇ ਉਹਨਾਂ ਨੂੰ ਬਸ ਉਹਨੂੰ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਇਹ ਤੇਰਾ ਡੈਡੀ ਨੀਗਾ। ਕਈ ਤਾਂ ਇਹ ਵੀ ਕਹਿ ਦਿੰਦੇ ਸੀ ਅਖੇ ਇਹ ਤੇਰੀ ਮਾਂ ਪਿੱਛੋਂ ਤੂੰ ਖਾਣੀ, ਪਤਾ ਨਹੀਂ ਹੁਣ ਮੈਂ ਜਾਤ ਪਾਤ ਤਾਂ ਕਹਿਣਾ ਨਹੀਂ ਚਾਹੁੰਦੀ, ਕਹਿੰਦੇ ਤੂੰ ਪਤਾ ਨਹੀਂ ਕਿਹਦਾ ਆ ਕਿਹਦਾ ਨਹੀਂ, ਐਂ ਵੀ ਕਹਿ ਦਿੰਦੇ ਸੀਗੇ ਵੀ ਇਹ ਤਾਂ। ਹਾਂਜੀ, ਫਿਰ ਉਹ ਵਿਚਾਰਾ, ਫਿਰ ਮੈਂ ਉੱਥੇ ਛੱਡਤਾ ਉਹਨੂੰ, ਫਿਰ ਮੰਮੀ ਡੈਡੀ ਲੈ ਗਏ, ਕਹਿੰਦੇ ਨਹੀਂ ਪੁੱਤ ਤੂੰ, ਕਹਿੰਦੇ ਇਹਦਾ ਫਿਊਚਰ ਨਾ ਖਰਾਬ ਕਰ, ਵੀ ਇਹ ਇੱਕ ਤਾਂ ਸਿਹਤ ਨਹੀਂ ਠੀਕ ਰਹਿੰਦੀ, ਕਹਿੰਦੇ ਉੱਥੇ ਉਹ ਰੋਂਦਾ ਹੀ ਰਹਿੰਦਾ ਸੀ, ਇੱਥੇ ਖੁੰਜੇ 'ਚ ਕਿਤੇ ਕਿਸੇ ਖੁੰਜੇ 'ਚ ਬਹਿ ਕੇ ਰੋਣ ਲੱਗ ਜਾਂਦਾ ਸੀ, ਕਿਤੇ ਕਿਸੇ ਖੁੰਜੇ 'ਚ ਬਹਿ ਕੇ। ਫਿਰ ਮੈਨੂੰ ਐਂ ਜਵਾਕ ਹੀ ਗੱਲਾਂ ਕਰਦੇ ਸੀ, ਸਿਆਣੇ ਬਿਆਣੇ ਬੁੜੀਆਂ ਕਹਿ ਦਿੰਦੀਆਂ ਸੀਗੀਆਂ, ਘਰ ਦੇ ਵੀ ਕਹਿ ਦਿੰਦੇ ਸੀ ਵਿੱਚੋਂ ਇਹ ਤੇਰਾ ਡੈਡੀ ਨੀਗਾ, ਤੇਰਾ ਡੈਡੀ ਪਿੱਛੇ ਛੱਡ ਕੇ ਆਈ, ਉਹ ਵੀ ਕਹਿ ਦਿੰਦੇ ਸੀ ਵੀਰੇ। ਫਿਰ ਮੈਂ ਇਸੇ ਕਰਕੇ ਮੈਂ ਕਿਹਾ ਚੱਲ ਮੰਮੀ ਡੈਡੀ ਨੂੰ, ਮੈਂ ਕਿਹਾ ਤੁਸੀਂ ਇਹਨੂੰ ਇੱਥੇ ਹੀ ਰੱਖੋ ਵੀ ਇੱਥੇ ਨੂੰ, ਮੰਮੀ ਡੈਡੀ ਵਧੀਆ ਉਹਦੀ ਪਰਵਰਿਸ਼ ਕਰ ਰਹੇ ਆ, ਪੜ੍ਹਾ ਲਿਖਾ ਰਹੇ। ਹੁਣ ਵਿਆਹ ਤੋਂ ਬਾਅਦ ਜਦੋਂ ਮੈਂ ਜਣੀ, ਮੈਂ ਨਾ ਮੇਰੀ ਸੱਸ ਨੂੰ ਕਿਹਾ, ਕਨਾਲ ਕੁ ਜ਼ਮੀਨ ਇਹਨਾਂ ਕੋਲ ਜ਼ਿਆਦਾ ਨੀਗੀ, ਅਤੇ ਮੈਂ ਇਹਨਾਂ ਨੂੰ ਪੁੱਛਿਆ ਗੱਲਾਂ ਕਰਦੇ ਕਰਦੇ, ਮੈਂ ਕਿਹਾ ਵੀ ਤੁਸੀਂ ਤਾਂ ਕਹਿੰਦੇ ਸੀ ਜ਼ਮੀਨ ਆ, ਮੈਨੂੰ ਜ਼ਮੀਨ ਤਾਂ ਦਿਖਾਓ, 7 ਕਿੱਲੇ ਜ਼ਮੀਨ ਕਿਹੜੀ ਆ ਹੈ ਨਾ, ਵੀ ਮੈਨੂੰ ਤਾਂ ਪਤਾ ਨਹੀਂ ਸੀ 7 ਕਿੱਲੇ ਕਿੰਨੇ ਹੁੰਦੇ ਆ, ਮੈਂ ਕਿਹਾ 7 ਕਿੱਲੇ ਜ਼ਮੀਨ ਕਿੱਥੇ ਆ ਦੱਸੋ ਤੁਸੀਂ ਇਹ। ਕਹਿੰਦੇ ਕਿਹੜੀ 7 ਕਿੱਲੇ ਜ਼ਮੀਨ, ਮੈਂ ਕਿਹਾ ਸੱਤ, ਤੁਸੀਂ ਵਿਚੋਲੇ ਨੇ ਕਿਹਾ ਸੀ 7 ਕਿੱਲੇ ਜ਼ਮੀਨ ਆ, ਅਤੇ ਮੈਨੂੰ ਮੇਰੀ ਸਾਡੇ ਘਰ 'ਚੋਂ ਹੀ ਮੈਨੂੰ ਕਿਸੇ ਨੇ ਕਿਹਾ, ਹੁਣ ਮੈਂ ਨਾਮ ਤਾਂ ਨਹੀਂ ਲੈਣਾ। ਉਹ ਕਹਿੰਦੇ ਤੂੰ ਪੁੱਛ ਇਹਨਾਂ ਨੂੰ ਵੀ ਜ਼ਮੀਨ ਵੀ ਕਿੰਨੀ ਆ, ਕਿੱਥੇ ਆ ਦਿਖਾਓ ਮੈਨੂੰ।
ਤੇ ਮੈਂ ਇਸ ਕਰਕੇ ਇਹਨਾਂ ਨੂੰ ਪੁੱਛਿਆ। ਇਹ ਕਹਿੰਦੇ ਵੀ 7 ਕਿੱਲੇ ਜ਼ਮੀਨ ਨਹੀਂ। ਮੈਂ ਕਿਹਾ ਗੱਡੀ ਕਿੱਥੇ ਆ ਜਿਹੜੀ ਖੜੀ ਸੀ ਬਾਹਰ? ਟਰਾਲਾ ਘੋੜਾ। ਮੈਂ ਕਿਹਾ ਉਹ ਘੋੜਾ ਕਿੱਥੇ ਆ ਜਿਹੜਾ ਉੱਦੇ ਖੜਾ ਸੀ? ਕਹਿੰਦੇ ਇਹ ਕਹਿੰਦੇ ਕਿਹੜਾ ਘੋੜਾ? ਮੈਂ ਕਿਹਾ ਜਿਹੜਾ ਤੁਸੀਂ ਬਾਹਰ 'ਚ ਖੜਾ ਸੀ, ਮੰਮੀ ਉਹਨਾਂ ਨੂੰ ਦਿਖਾਇਆ ਸੀ। ਤੇ ਇਹ ਕਹਿੰਦੇ ਨਹੀਂ, ਕਹਿੰਦੇ ਮੈਂ ਦੇਖ ਮੇਰੀ ਸੁਣ ਗੱਲ, ਕਹਿੰਦੇ ਆਪਣੇ ਕੋਈ ਜ਼ਮੀਨ ਨਹੀਂ ਗੀ। ਤੇ ਜਾਨੀ ਮੈਨੂੰ ਇਹਨਾਂ ਨੇ ਸੱਚ ਦੱਸਤਾ, ਨਹੀਂ ਬੰਦਾ ਲੁਕੋ ਵੀ ਸਕਦਾ ਸੀ। ਇਹ ਕਿੰਨੇ ਟਾਈਮ ਬਾਅਦ ਦੀ ਗੱਲ? ਇਹ ਜਾਨੀ ਮਹੀਨੇ ਕੁ ਵਿਆਹ ਤੋਂ ਮਹੀਨੇ ਡੇਢ ਮਹੀਨੇ ਬਾਅਦ ਦੀ ਗੱਲ ਮੈਨੂੰ ਪਤਾ ਲੱਗ ਗਿਆ। ਅੱਛਾ ਜੀ, ਫਿਰ ਇਹ ਕੀ ਕਹਿੰਦੇ? ਇਹ ਕਹਿੰਦੇ ਵੀ ਜ਼ਮੀਨ ਹੈ ਨਹੀਂ ਆਪਣੇ ਕੋਲੇ, ਇਹਨਾਂ ਨੇ ਮੈਨੂੰ ਸਾਫ਼ ਦੱਸਤਾ। ਹੁਣ ਇਹ ਕਹਿੰਦੇ ਦੇਖ ਲਾ ਹੁਣ ਤੂੰ ਵੀ ਕੀ ਕਰਨਾ। ਮੈਂ ਕਿਹਾ ਕਰਨਾ ਕੀ ਆ ਮੈਂ ਹੁਣ? ਮੈਂ ਕਿਹਾ ਚਲੋ ਮੈਂ ਫਿਰ ਆਪਣੀ ਕਿਸਮਤ ਸਮਝ ਲਈ। ਪਰ ਜਦੋਂ ਫਿਰ ਮੈਨੂੰ ਪਤਾ ਲੱਗ ਗਿਆ ਵੀ ਸ਼ਰਾਬ ਵੀ ਪੀਂਦੇ ਆ। ਅੱਛਾ, ਇੱਕ ਮਹੀਨਾ ਇਹਨਾਂ ਨੇ ਖਾਲੀ ਮਹੀਨਾ ਹੀ ਛੱਡੀ ਰੱਖੀ ਆ, ਇਹਨਾਂ ਨੇ ਉਹ ਵੀ ਸ਼ੁਰੂ ਕਰਤੀ। ਤੇ ਫਿਰ ਮੈਂ ਜਾਨੀ ਬਹੁਤ ਮੇਰਾ ਦਿਮਾਗ ਖਰਾਬ ਹੋਇਆ। ਮੈਂ ਕਿਹਾ ਹਾਏ ਕੁਛ ਤਾਂ ਸਹੀ ਹੋਵੇ ਵੀ ਜ਼ਮੀਨ ਤਾਂ ਚਲੋ ਮੰਨਿਆ ਹੈ ਨਾ, ਮੈਂ ਜ਼ਮੀਨ ਜ਼ਮੂਨ ਦਾ ਕੀ ਕਰਨਾ ਬੰਦਾ? ਮੈਂ ਕਿਹਾ ਬੰਦਾ ਤਾਂ ਸਹੀ ਹੋਵੇ, ਦਾਰੂ ਇੰਨੀ ਦਾਰੂ ਪੀਆ ਕਰਨੇ, ਇਹ ਦਿਨੇ ਵੀ ਪੀ ਕੇ ਬਸ ਮੰਜੇ 'ਤੇ ਪਿਆ ਰਹਿੰਦੇ ਸੀ। ਲੋਕ ਆਉਂਦੇ ਸੀ ਦੁਕਾਨ 'ਚੋਂ ਸਮਾਨ ਚੱਕ ਚੱਕ ਕੇ ਲਈ ਜਾਂਦੇ ਸੀ। ਕਿਸੇ ਨੇ ਕਹਿਣਾ ਅਸੀਂ ਆਹ ਪਾਨਾ ਲੈ ਕੇ ਜਾਣਾ, ਉਹ ਮੈਂ ਆਵਾਜ਼ਾਂ ਮਾਰਦੀ ਰਹਿਣਾ ਵੀ ਉੱਠ ਜਾਓ, ਉੱਠ ਕੇ ਦੁਕਾਨ 'ਚ ਕੋਈ ਕੰਮ ਕਰ ਲਓ, ਵੀ ਰੋਟੀ ਕਿੱਥੋਂ ਖਾਣੀ ਆਪਾਂ ਅਤੇ ਦੁੱਧ ਕਿੱਥੋਂ ਲਿਆਉਣਾ। ਇਹਨਾਂ ਨੂੰ ਕੋਈ ਫਿਕਰ ਨਹੀਂ ਸੀ। ਮੈਂ ਚਲੀ ਜਾਣਾ, ਫਿਰ ਇਹਨਾਂ ਮਿੰਨਤਾਂ ਕਰਕੇ ਬੰਦੇ ਲੈ ਜਾਣੇ, ਪੰਚਾਇਤ ਲੈ ਜਾਣੀ, ਲਿਆਉਣਾ। ਹਾਂ ਇੰਨਾ ਜ਼ਰੂਰ ਹੈ ਇਹਨਾਂ ਨੇ ਮੇਰਾ ਪਿੱਛਾ ਬਹੁਤ ਕੀਤਾ, ਵੀ ਮੇਰਾ ਸਾਥ ਨਹੀਂ ਛੱਡਿਆ। ਜਿਵੇਂ ਮੈਂ ਗੁੱਸੇ ਹੋ ਕੇ ਚਲੀ ਜਾਂਦੀ ਸੀ, ਚਾਹੇ ਆਪਦੀ ਗਲਤੀ ਮੰਨ ਲੈਂਦੇ ਸੀ, ਮਗਰ ਆ ਜਾਂਦੇ ਸੀ ਮੇਰੇ। ਅੱਛਾ ਬਾਈ, ਉਹ ਵਿਆਹ ਵਾਲਾ ਕੀ ਉਹ ਰਹਿੰਦਾ ਗਾ, ਵਿਚੋਲੇ ਨੇ ਝੂਠ ਬੋਲਿਆ ਜਾਂ ਤੁਸੀਂ ਵਿਚੋਲੇ ਨੂੰ ਆਖਿਆ, ਉਹ ਕੀ ਗੱਲਬਾਤ ਸੀ? ਨਹੀਂ ਨਹੀਂ, ਵਿਚੋਲੇ ਨੇ ਗੱਲ ਸਮਝਣ 'ਚ ਕੋਈ ਉਹਦੇ ਫਰਕ ਹੋ ਗਿਆ ਇਹਨਾਂ ਦੇ ਸਮਝਣ 'ਚ, ਝੂਠ ਤਾਂ ਨਹੀਂ ਇੰਨਾ ਮਾਰਿਆ ਸੀ। ਘੋੜਾ ਬਾਹਰ ਖੜਾ ਸੀ, 7 ਕਨਾਲਾਂ ਪੈਲੀ ਸੀ ਸਾਡੇ ਕੋਲੇ, ਉਹਨੇ 7 ਕਿੱਲੇ ਗਏ ਤੇ, ਬਸ ਸਮਝਣ 'ਚ ਫਰਕ ਪੈ ਗਿਆ। ਅੱਛਾ, ਮੈਂ ਇਹਨੂੰ ਆਖਿਆ ਵੀ ਪੈਲੀ ਤਾਂ ਹੈ ਨਹੀਂ ਆਪਣੇ ਕੋਲੇ, ਵੀ ਪੈਲੀ ਦਾ ਕਨਾਲ ਕੀ ਆਉਂਦੀ ਹੈ ਮੈਨੂੰ। ਮੈਂ ਕਿਹਾ ਅਤੇ ਮੈਨੂੰ ਆਹਦੀ 7 ਕਿੱਲੇ ਦੱਸਿਆ। ਮੈਂ ਕਿਹਾ ਨਹੀਂ 7-7 ਕਿੱਲੇ ਹੈ ਨਹੀਂ ਗੇ, ਅਤੇ ਭੋਲਾ ਛੋਟਾ ਮੇਰਾ ਭਰਾ ਲੱਗਾ ਸੀਗਾ ਕਨੈਟਰੀ 'ਤੇ, ਮੈਂ ਕਿਹਾ ਉਹਦਾ ਕਨੈਟਰੀ 'ਤੇ ਸਿੱਖਦਾ, ਉਹਦਾ ਡਰਾਈਵਰੀ ਡੋਰ ਕਿਸੇ ਦਾ ਘੋੜਾ, ਮੈਂ ਕਿਹਾ ਆਪਣਾ ਨਹੀਂ ਗਾ ਕੁਛ ਵੀ। ਤੁਸੀਂ ਸੱਚ ਦੱਸਤਾ? ਹਾਂ, ਮੈਂ ਸੱਚ ਨੂੰ ਦੱਸਤਾ ਜੀ, ਉਦੋਂ ਹੀ ਦੱਸਤਾ ਸੀ ਮੈਂ। ਫਿਰ ਆਹ ਕਮਰਾ ਜਿਹੜੇ 'ਚ ਹੁਣ ਬੈਠੇ ਆਏ ਹਾਂ, ਉਹ ਕਮਰੇ 'ਚ ਲਿਆ। ਮੈਂ ਕਿਹਾ ਆਹ ਹੀ ਕਮਰਾ ਆਪਣੇ ਕੋਲ, ਇੱਕ ਹੀ ਵੀ ਇਹਦੇ 'ਚ ਹੀ ਰਹਿਣਾ, ਇੱਕ ਹੀ ਮੰਜਾ ਸੀ ਸੱਚ, ਉਦੋਂ ਹੁਣ ਤਾਂ 2 ਆ ਮੰਜੇ। ਅੱਛਾ, ਫਿਰ ਜਦੋਂ ਤੁਸੀਂ ਇਹਨੂੰ ਇਹ ਸਾਰੀ ਸੱਚਾਈ ਦੱਸਤੀ ਖੋਲ੍ਹ ਕੇ, ਹਾਂਜੀ, ਇਹਨਾਂ ਦੇ ਮਾਂ ਪਿਓ ਨੇ ਵੀ ਉਹੀ ਰਿਸ਼ਤਾ ਕਰਤਾ ਵੀ ਅੱਖਾਂ ਬੰਦ ਕਰਕੇ, ਹੈ ਨਾ, ਅਤੇ ਜਦੋਂ ਤੁਸੀਂ ਇਹਨਾਂ ਨੇ ਸੱਚਾਈ ਦੱਸਤੀ, ਫਿਰ ਇਹਨਾਂ ਦਾ ਕੀ ਆਖਿਆ, ਇਹਨਾਂ ਦਾ ਜਵਾਬ ਅੱਗੋਂ ਕੀ ਸੀ ਤੁਹਾਨੂੰ? ਇਹ ਆਉਂਦੇ ਵੀ ਠੀਕ ਆ ਜੇ ਨਹੀਂ ਤਾਂ, ਪਰ ਬੰਦਾ ਸਹੀ ਹੋਣਾ ਚਾਹੀਦਾ, ਤੂੰ ਸਹੀ ਆ ਮੇਰੇ ਨਾਲ ਬਸ। ਅੱਛਾ, ਫਿਰ ਭੈਣੇ ਤੁਸੀਂ ਦੱਸ ਦਿਓ ਵੀ ਜਿਹੜੇ ਹਾਲਾਤ ਮਾਂ ਪਿਓ ਨੇ ਸੋਚੇ ਸੀ, ਉਹ ਹਾਲਾਤ ਫਿਰ ਵੀ ਇੱਥੇ ਨਹੀਂ ਮਿਲੇ। ਤੁਸੀਂ ਦੱਸ ਦਿਓ ਵੀ ਇਹ ਸ਼ਰਾਬ 'ਚ ਦਿਨ ਰਾਤ ਟੁੰਨ ਰਹਿਣ ਲੱਗ ਗਏ, ਤੁਸੀਂ ਇਹ ਗੱਲ ਵੀ ਇਸ ਤਰੀਕੇ ਨਾਲ ਦੱਸ ਦਿਓ ਵੀ ਜਿਵੇਂ ਬੰਦਾ ਸ਼ਰਾਬ 'ਚ ਨਹਾਉਂਦਾ ਹੁੰਦਾ, ਉਹ ਹਾਲਤ ਇਹਨਾਂ ਦੀ ਹੁੰਦੀ ਸੀ, ਕੀ ਗੱਲਬਾਤ ਸੀ ਉਹ ਸਾਰੀ? ਵੀਰੇ ਇਹਨਾਂ ਨੇ ਸਵੇਰੇ ਪੀ ਲੈਣੀ, ਸਵੇਰੇ ਉੱਠਦੇ ਇਹਨਾਂ ਨੇ, ਮੈਂ ਕਹਿੰਦੀ ਹਾਂ 250-300 ਦੀ ਬੋਤਲ ਆਉਂਦੀ ਹੈ ਖਾਣੀ ਕਿੰਡੇ ਦੀ, ਇਹਨਾਂ ਨੇ ਉਹ ਲਿਆਉਣੀ। ਇਹਨਾਂ ਨੇ ਪੀ ਕੇ ਇੱਕ ਪਾਸੇ ਪਏ ਰਹਿਣਾ, ਉਲਟੀਆਂ ਕਰੀ ਜਾਣੀਆਂ ਉੱਥੇ, ਮਤਲਬ ਬਹੁਤ ਮੇਰੇ, ਮੈਂ ਕਮਰੇ 'ਚ ਵੜ ਨਹੀਂ ਸੀ ਸਕਦੀ। ਮੈਂ ਕਈ ਵਾਰ ਰਾਤ ਨੂੰ ਮੀਂਹ ਪੈਂਦਾ ਹੋਣਾ, ਮੈਂ ਮੁੰਡੇ ਨੂੰ ਲੈ ਕੇ ਬਾਹਰ ਖੜ੍ਹ ਜਾਣਾ ਦੁਕਾਨ 'ਚ ਜਾ ਕੇ ਬਹਿ ਜਾਣਾ, ਫਿਰ ਇਹਨਾਂ ਨੇ ਮੈਨੂੰ ਬਹਿਣ ਵੀ ਨਾ ਕਿਤੇ ਦੇਣਾ, ਫਿਰ ਕਹਿਣਾ ਨਹੀਂ ਤੂੰ ਅੰਦਰ ਬੈਠ ਉੱਥੇ ਜਾ, ਫਿਰ ਇਹਨਾਂ ਨੇ ਮੈਨੂੰ ਮਾਰਨਾ ਵੀ ਤੂੰ ਬਾਹਰ ਕਿਉਂ ਖੜ੍ਹੀ ਆ, ਜੇ ਕਿਸੇ ਦੇ ਘਰੇ ਚਲ ਜਾਣਾ ਉੱਥੇ ਮਗਰ ਆ ਕੇ ਇੱਟਾਂ ਰੋੜੇ ਮਾਰਨੇ ਵੀ ਨਹੀਂ, ਵੀ ਘਰੇ ਵੜ ਘਰੇ ਆ। ਤੇ ਮੈਂ ਜੇ ਤੁਸੀਂ ਡਰਦੇ ਕਿਤੇ ਹੋਰ ਚੱਲ ਜਾਂਦੇ? ਹਾਂ, ਮੈਂ ਡਰਦੀ ਕਿਤੇ ਆਂਢ ਗੁਆਂਢ ਬਹਿ ਜਾਂਦੀ, ਫਿਰ ਉਹਨਾਂ ਨੂੰ ਗਾਲਾਂ ਕੱਢਦੇ ਸੀ, ਤੁਸੀਂ ਇਹਨੂੰ ਉਂਗਲਾਂ ਲਾਉਂਦੇ ਹੋ, ਤੁਸੀਂ ਇਹਨੂੰ ਭੜਕਾਉਂਦੇ ਹੋ, ਮੇਰੇ ਜੇਠ ਜਠਾਣੀਆਂ ਉਹਨਾਂ ਨੇ ਜੇ ਮੈਨੂੰ ਮੇਰਾ ਬਚਾ ਕਰਨਾ, ਇਹਨਾਂ ਨੇ ਉਹਨਾਂ ਨੂੰ ਬੋਲਣਾ, ਮਤਲਬ ਬਹੁਤ। ਫਿਰ ਮੈਨੂੰ ਕਈਆਂ ਨੇ ਕਹਿਣਾ ਵੀ ਛੱਡ ਦੇ ਤੂੰ ਇਹਨੂੰ, ਤੂੰ ਨਾ ਰਹਿ ਇੱਥੇ। ਤੁਹਾਡਾ ਦੂਜਾ ਬੇਟਾ ਹੋ ਗਿਆ? ਇਹ ਪਹਿਲਾਂ ਗੁੜੀਆ ਹੋਣ ਵਾਲੀ ਸੀ ਮੇਰੇ, ਅਸੀਂ ਇੱਥੋਂ ਲੁਧਿਆਣੇ ਚਲੇ ਗਏ,
ਕਿਉਂਕਿ ਮੇਰੇ ਸਾਂਭਣ ਵਾਲਾ ਕੋਈ ਹੈ ਨਹੀਂ ਸੀ। ਮੈਂ ਇਹਨਾਂ ਨੂੰ ਲੈ ਕੇ ਲੁਧਿਆਣੇ ਚਲੀ ਗਈ। ਉੱਥੇ ਜਾ ਕੇ ਮੈਨੂੰ ਫਿਰ ਪਤਾ ਲੱਗਿਆ, ਇਹਨਾਂ ਨੂੰ ਪੈ ਗਿਆ ਰਾਤ ਨੂੰ ਦੌਰਾ। ਮੈਂ ਕਿਹਾ ਚੱਲ ਇਹ ਤਾਂ ਤੁਸੀਂ ਦੱਸ ਦਿੰਦੇ, ਮੈਨੂੰ ਪਤਾ ਨਹੀਂ ਸੀ। ਮੈਂ ਇਹਨਾਂ ਦੀ ਦਵਾਈਆਂ ਸੁੱਟਤੀਆਂ, ਮੈਂ ਕਿਹਾ ਨਸ਼ਾ ਕਰਦੇ ਵੀ ਨਸ਼ੇ ਦੀਆਂ ਗੋਲੀਆਂ ਨੇ, ਮੈਂ ਉਹ ਚੱਕ ਕੇ ਸੁੱਟਤੀਆਂ ਅਤੇ ਪਰਚੀ ਪਾੜਤੀ ਮੈਂ ਇਹਨਾਂ ਦੀ ਦਵਾਈ ਵਾਲੀ। ਮੈਨੂੰ ਨਹੀਂ ਸੀ ਪਤਾ ਵੀ ਇਹਨਾਂ ਨੂੰ ਦੌਰਾ ਪੈਂਦਾ ਆ। ਇਹਨਾਂ ਨੂੰ ਪੈ ਗਿਆ ਰਾਤ ਨੂੰ ਦੌਰਾ, ਮਤਲਬ ਬਹੁਤ ਇਹਨਾਂ ਦੀਆਂ ਅੱਖਾਂ ਉੱਖਾਂ ਐਂ ਹੋ ਗਈਆਂ। ਮੈਂ ਡਰ ਗਈ ਦੇਖ ਕੇ। ਮੈਂ ਰਾਤ ਨੂੰ ਮੰਮੀ ਡੈਡੀ ਨੂੰ ਅਸੀਂ ਕਿਰਾਏ 'ਤੇ ਕਮਰਾ ਲੈ ਲਿਆ ਉੱਥੇ, ਮੈਨੂੰ 8ਵਾਂ ਮਹੀਨਾ ਕੁੜੀ ਹੋਣ ਵਾਲੀ ਸੀ। ਅਤੇ ਅਸੀਂ ਜਦੋਂ ਉੱਥੇ ਮੰਮੀ ਹੋਣੀ ਭੱਜੇ ਆਏ, ਦੇਖਿਆ ਮੇਰੇ ਭਰਾ ਨੇ ਇਹਨਾਂ ਦਾ ਬੀ ਪੀ ਚੈੱਕ ਕਰਿਆ। ਮੇਰਾ ਭਰਾ ਨੇ ਡਾਕਟਰੀ ਕੀਤੀ ਸੀ, ਉਹਦੇ ਕੋਲ ਸਾਰਾ ਸਮਾਨ ਸੀ, ਉਹਨੇ ਇਹਨਾਂ ਦਾ ਬੀ ਪੀ ਬੂ ਪੀ ਚੈੱਕ ਕਰਿਆ, ਕਹਿੰਦਾ ਸਹੀ ਆ ਬੀ ਪੀ ਤਾਂ ਜੀਜੇ ਦਾ। ਕਹਿੰਦਾ ਹੋਇਆ ਕੀ ਸੀ? ਮੈਂ ਕਿਹਾ ਇੱਦਾਂ ਇੱਦਾਂ। ਫਿਰ ਇਹਨਾਂ ਨੇ ਮੈਨੂੰ ਦੱਸਿਆ, ਕਹਿੰਦੇ ਮੈਨੂੰ ਇੱਦਾਂ ਹੁੰਦਾ ਆ। ਮੈਂ ਕਿਹਾ ਫਿਰ ਤੁਸੀਂ ਇਹ ਵੀ ਮੇਰੇ ਤੋਂ ਸੱਚ ਲੁਕੋਇਆ? ਤੁਸੀਂ ਮੈਨੂੰ ਦੱਸ ਦਿੰਦੇ, ਮੈਂ ਤੁਹਾਨੂੰ ਛੱਡਣਾ ਥੋੜ੍ਹੀ ਸੀ। ਜੇ ਇਹੀ ਗੱਲ ਮੈਨੂੰ ਹੋ ਜਾਂਦੀ ਹੈ ਨਾ, ਤੁਸੀਂ ਮੈਨੂੰ ਛੱਡ ਦਿੰਦੇ। ਅੱਛਾ, ਦੌਰੇ ਵੀ ਪੈਂਦੇ? ਦੌਰੇ ਵੀ ਪੈਂਦੇ ਸੀ, ਹਾਂਜੀ ਦੌਰੇ ਪਏ। ਹੁਣ ਨਹੀਂ ਪਿਆ, ਹੁਣ ਤਾਂ ਦਵਾਈ ਚੱਲਦੀ ਆ, ਦਵਾਈ ਨਹੀਂ ਛੱਡੀ ਇਹਨਾਂ ਨੇ। ਹੁਣ 5-4 ਸਾਲ ਹੋ ਗਏ ਇਹਨਾਂ ਨੂੰ ਨਹੀਂ ਪਿਆ। ਅੱਛਾ ਅੱਛਾ, ਤੁਸੀਂ ਦੱਸ ਦਿਓ ਫਿਰ। ਅੱਛਾ, ਤੁਹਾਨੂੰ ਲੋਕ ਇਹ ਕਹਿੰਦੇ ਰਹੇ ਵੀ ਇਹਨੂੰ ਛੱਡ ਦੇ? ਹਾਂਜੀ, ਮੈਨੂੰ ਕਹਿ ਦਿੰਦੇ ਸੀ ਇਹਨੂੰ ਛੱਡ ਦੇ, ਸਾਰੇ ਕਹਿੰਦੇ। ਮੰਮੀ ਡੈਡੀ ਵੀ ਕਹਿ ਦਿੰਦੇ ਸੀ, ਮੰਮੀ ਵੀ ਮੇਰੇ ਮੰਮੀ ਡੈਡੀ ਨੇ ਕਹਿਣਾ ਪੁੱਤ ਤੂੰ ਛੱਡ ਦੇ, ਤੂੰ ਔਖੀਆਂ ਤਾਂ ਤੂੰ ਛੱਡ ਪਰੇ। ਵੀ ਮੈਂ ਕਹਿ ਦਿੰਦਾ ਨਹੀਂ ਮੰਮੀ ਪਾਪਾ, ਤੁਸੀਂ ਮੇਰਾ ਦੂਜੀ ਵਾਰ ਕੀਤਾ ਹੈ ਨਾ, ਇਹੀ ਕੰਮ ਥੋੜ੍ਹੀ ਰਹਿ ਗਿਆ, ਮੈਂ ਇਹਨੂੰ ਹੀ ਸੁਧਾਰੂੰਗੀ। ਵੀ ਮੈਂ ਛੱਡਣਾ ਨਹੀਂ ਹੈਗਾ। ਵੀ ਮੈਂ ਕਿਹਾ ਕੋਈ ਗੱਲ ਨਹੀਂ, ਮੇਰੀ ਕਿਸਮਤ ਆ। ਮੈਂ ਬੜਾ ਗੁਰਦੁਆਰੇ ਮੱਥੇ ਟੇਕਣੇ, ਪਾਠ ਸ਼ੁਰੂ ਕੀਤਾ, ਮੈਂ ਜਪਜੀ ਸਾਹਿਬ ਦਾ ਕਰਨਾ ਰਹਿ ਰਸ ਦਾ, ਸਵੇਰੇ ਸ਼ਾਮ ਉੱਥੇ ਮਹੀਨਾ ਰਹੀ ਹਾਂ। ਮਹੀਨਾ ਰਹਿ ਕੇ ਜਦੋਂ ਮੈਨੂੰ ਇਹਨਾਂ ਨੇ ਲੜ ਕੇ ਕੁੱਟ ਕੇ ਕੱਢਿਆ, ਬਹੁਤ ਬੁਰੀ ਹਾਲਤ। ਉਹ ਕੀ ਗੱਲ ਹੁੰਦੀ ਆ, ਇਹ ਹਰ ਰੋਜ਼ ਦਾ ਕੰਮ ਸੀ ਜਾਂ ਵੀ ਇਹ ਹਰ ਰੋਜ਼ ਹੀ? ਉਸ ਦਿਨ ਤਾਂ ਹੱਦ ਹੋ ਗਈ। ਉਸ ਦਿਨ ਮੈਂ ਤੁਹਾਨੂੰ ਦੱਸਦੀ ਹਾਂ ਉਸ ਦਿਨ ਕੀ ਹੋਇਆ। ਸਾਡੇ ਬਾਬਾ ਜੀ ਦੀ ਜਗ੍ਹਾ ਆ ਪਿੰਡ 'ਚ, ਉੱਥੇ ਰੋਸ਼ਨੀ ਲੱਗਦੀ ਆ, ਸੁਣਿਆ ਹੋਊਗਾ ਤੁਸੀਂ। ਮੈਂ ਰੋਸ਼ਨੀ ਤੋਂ ਆਈ ਅਤੇ ਮੈਂ ਰੋਸ਼ਨੀ ਤੋਂ ਆ ਕੇ ਨਾ ਘਰੇ ਬੈਠੀ, ਅਤੇ ਇਹਨਾਂ ਨੇ ਕੀ ਕੀਤਾ, ਮੈਨੂੰ ਜਿੰਦਾ ਲਾਤਾ ਕਮਰੇ 'ਚ, ਉੱਪਰੋਂ ਲੈਟ ਕੱਟਤੀ। ਸ਼ਰਾਬ ਪੀਤੀ? ਹਾਂ ਸ਼ਰਾਬ ਪੀਤੀ, ਜਿੰਦਾ ਲਾ ਕੇ ਅਤੇ ਲੈਟ ਕੱਟਤੀ। ਮੈਂ ਇਹਨੂੰ ਕਿਹਾ, ਮੈਂ ਬਾਰੀ 'ਚੋਂ, ਮੈਂ ਕਿਹਾ ਜੇ ਤੂੰ ਨਾ ਸਾਰਾ ਕੁਛ ਕੀਤਾ, ਮੈਂ ਅੰਦਰ ਸਿਲੰਡਰ ਖੋਲ੍ਹ ਦੇਣਾ, ਮੈਂ ਨਾ ਬੱਚੇ ਵੀ ਮਰਨਗੇ ਮੈਂ ਵੀ। ਅਤੇ ਇਹਨੇ ਫਿਰ ਮੇਰੀ ਨਨਾਣ ਆਈ, ਉਹਨੇ ਚਾਬੀ ਖੋਹੀ, ਜਿੰਦਾ ਖੋਲ੍ਹਤਾ। ਮੈਂ ਕਿਹਾ ਦੀਦੀ ਵੀ ਤੂੰ ਜਿੰਦਾ ਤਾਂ ਖੋਲ੍ਹਤਾ, ਮੈਂ ਕਿਹਾ ਜੇ ਮੈਂ ਬਾਹਰ ਆਈ ਮੈਨੂੰ ਮਾਰੂਗਾ। ਕਹਿੰਦੀ ਨਹੀਂ ਮਾਰਦਾ ਭਾਬੀ ਤੂੰ ਬਾਹਰ ਆ। ਉਹ ਚਲੀ ਗਈ ਕਹਿ ਕੇ, ਉਹ ਕੁੰਡਾ ਖੋਲ੍ਹ ਕੇ, ਇਹ ਖੜ੍ਹੇ ਇਹ ਪਾਸੇ ਖੜ੍ਹੇ ਸੀ ਕੰਧ ਦੇ। ਜਦੋਂ ਮੈਂ ਵੀਰੇ ਬਾਹਰ ਆਈ ਨਾ, ਇਸ ਬੰਦੇ ਨੇ ਅੰਦਰ ਆ ਕੇ ਮੈਨੂੰ ਇੰਨਾ ਮਤਲਬ ਕਮਰੇ 'ਚ ਲਿਜਾ ਕੇ ਘੜੀਸ ਕੇ ਮੈਨੂੰ ਮਾਰਿਆ। ਉਸ ਟਾਈਮ ਮੇਰੇ ਮੂੰਹ ਮਾਂ 'ਚ ਖੂਨ ਆ ਗਿਆ ਸੀਗਾ, ਸਾਰਾ ਮੇਰਾ ਬਲੱਡ ਨਾਲ ਕੱਪੜੇ ਭਿੱਜ ਗਏ, ਕਿਉਂਕਿ ਦਾਰੂ ਨਾਲ ਰੱਜੇ ਸੀ, ਇਹਨਾਂ ਨੂੰ ਤਾਂ ਹੋਸ਼ ਨਹੀਂ ਸੀਗੀ। ਫਿਰ ਮੇਰੇ ਮੈਂ ਕਰਿਆ ਸੀ 181 'ਤੇ ਫੋਨ ਲਾਤਾ, ਮੈਂ ਆਪਣੀ ਜਾਨ ਤਾਂ ਬਚਾਉਣੀ ਸੀ। ਪੁਲਿਸ ਆ ਗਈ, ਉਹ ਜਦੋਂ ਪੁਲਿਸ ਆਈ ਸਾਰਾ ਪਿੰਡ ਇਕੱਠਾ ਹੋ ਗਿਆ ਵਿੱਚ, ਮੈਨੂੰ ਪਿੰਡ ਦੇ ਵੀ ਸਾਡੇ ਇਹਨਾਂ ਦੀ ਭੂਆ ਵੀ ਸਾਰੇ ਕਹਿਣ ਤੂੰ ਕੋਈ ਜਨਾਨੀ ਆ, ਤੂੰ ਕੋਈ ਬੰਦਾ ਆਪਣਾ ਪੁਲਿਸ ਨੂੰ ਫੜਾਉਣੀ ਪਈ ਆ। ਪੁਲਿਸ ਵਾਲੇ ਉਹਨਾਂ ਨੂੰ ਪੈ ਗਏ, ਕਹਿੰਦੇ ਤੁਸੀਂ ਉਹਦੀ ਹਾਲਤ ਤਾਂ ਦੇਖੋ ਕੀ ਕੀਤੀ ਪਈ ਆ, ਕਹਿੰਦੇ ਤੁਸੀਂ ਉਹਨੂੰ ਹੀ ਕਹੀ ਜਾਂਦੇ ਸਾਰੇ। ਮੈਂ ਫਿਰ ਕਹਿਤਾ, ਮੈਂ ਕਿਹਾ ਵੀ ਕਹਿੰਦੇ ਤੈਨੂੰ ਇਹਨੂੰ ਫੜਾ ਕੇ ਕੀ ਮਿਲੂਗਾ, ਤੂੰ ਇਹਨੂੰ ਛਡਾ ਦੇ, ਨਹੀਂ ਰਹਿਣਾ ਤੂੰ ਇਹਦੇ। ਮੈਂ ਕਿਹਾ ਠੀਕ ਆ। ਮੈਂ ਪੁਲਿਸ ਵਾਲਿਆਂ ਨੂੰ ਇਹ ਵੀ ਕਹਿਤਾ, ਮੈਂ ਕਿਹਾ ਇਹਨਾਂ ਨੂੰ ਛੱਡ ਦਿਓ, ਇਹਨਾਂ ਦੀ ਪੀਤੀ ਆ, ਮੈਂ ਕਿਹਾ ਇਹਨਾਂ ਨੂੰ ਛੱਡੋ। ਮੈਂ ਕਿਹਾ ਮੇਰੇ ਡੈਡੀ ਆਉਂਦੇ ਪਏ, ਮੇਰਾ ਡੈਡੀ ਤੁਰਿਆ ਵਿਆ, ਉਹ ਮੈਨੂੰ ਲੈ ਜੂਗਾ। ਮੇਰਾ ਡੈਡੀ ਰਾਤ ਨੂੰ ਪਹੁੰਚੇ, ਪੁਲਿਸ ਵਾਲੇ ਇਹ ਕਹਿੰਦਾ ਮੈਂ ਜਾਣਾ ਹੀ ਜਾਣਾ, ਦਾਰੂ ਪੀਤੀ ਸੀ, ਇਹ ਪੁਲਿਸ ਵਾਲਿਆਂ ਨਾਲ ਬਹਿ ਕੇ ਚਲੇ ਗਏ ਜ਼ਬਰਦਸਤੀ, ਕਿਉਂਕਿ ਦਾਰੂ ਨਾਲ ਰੱਜੇ ਸੀਗੇ। ਉਹ ਕਹਿੰਦੇ ਚੱਲ ਫਿਰ ਲੈ ਜਾਂਦੇ, ਉਹਨਾਂ ਨੇ ਬੰਦ ਕਰਤਾ ਇਹਨਾਂ ਨੂੰ ਲਿਜਾ ਕੇ। ਅਤੇ ਮੇਰੇ ਡੈਡੀ ਮੈਨੂੰ ਜਦੋਂ ਆਏ, ਮੇਰੇ ਡੈਡੀ ਦੇਖਿਆ, ਮੇਰਾ ਡੈਡੀ ਅੱਖਾਂ ਭਰਿਆ ਆ। ਮੇਰਾ ਡੈਡੀ ਮੈਨੂੰ ਮੈਡੀਕਲ ਹੋਸਪਿਟਲ 'ਚ ਲੈ ਗਿਆ, ਐਡਮਿਟ ਕਰਾਤਾ ਉੱਥੇ, ਫਿਰ ਪਰਚਾ ਕਰਿਆ ਇਹਨਾਂ 'ਤੇ। ਅਤੇ ਫਿਰ ਪਿੰਡ ਵਾਲਿਆਂ ਨੇ ਮਤਲਬ ਜਦੋਂ ਰਾਜ਼ੀਨਾਮਾ ਕਰਿਆ, ਉਹ ਕਹਿੰਦੇ ਵੀ ਪਰਚਾ ਕੈਂਸਲ ਕਰਾ ਦਿਉ ਹੈ ਨਾ, ਵੀ ਇਹਨੂੰ ਜੇਲ੍ਹ ਹੋ ਜੂਗੀ ਆਏ ਆ। ਫਿਰ ਮੈਂ ਡੈਡੀ ਨੂੰ ਕਿਹਾ, ਡੈਡੀ ਕਹਿੰਦੇ ਤੂੰ ਫਿਰ ਨਹੀਂ ਹਟਦੀ, ਤੂੰ ਖਹਿੜਾ ਨਹੀਂ ਛੱਡਦੀ ਉਹਦਾ। ਮੈਂ ਕਿਹਾ ਡੈਡੀ ਕੁਛ ਵੀ ਆ, ਤੁਸੀਂ ਉਹਨੂੰ ਅੰਦਰ ਨਾ ਕਰਾਇਓ, ਜੇ ਉਹਨੂੰ ਕਿਸੇ ਨੇ ਪੁਲਿਸ ਵਾਲੇ ਨੇ ਹੱਥ ਲਾਇਆ, ਮੈਂ ਕਿਹਾ ਮੇਰੇ ਤੋਂ ਬਰਦਾਸ਼ਤ ਨਹੀਂ ਹੋਣਾ ਹੈਗਾ ਜੇ ਉਹਨੂੰ। ਮੈਂ ਕਿਹਾ ਜਿਵੇਂ ਵੀ ਆ, ਚਾਹੇ ਉਹਨੇ ਮੇਰੇ ਮਾਰਿਆ ਹੀ ਆ, ਮੈਂ ਕਿਹਾ ਨਹੀਂ ਹੁਣ ਉਹੀ ਆ ਸਭ ਕੁਛ। ਉਸ ਤੋਂ ਬਾਅਦ ਵੀਰੇ ਫਿਰ ਜਦੋਂ ਇਹ ਮੈਨੂੰ ਫਿਰ ਲੈ ਗਏ, ਫਿਰ ਲੈ ਆਏ ਮੈਨੂੰ,
ਵਾਪਸ ਫਿਰ ਥੋੜਾ ਜਿਹਾ ਸੁਧਰ ਗਏ। ਅੱਛਾ ਭਾਈ ਇਹ ਜੀ ਕਿਹੜੀ ਗੱਲ ਰਹੀ ਜਿਹਦੇ ਕਰਕੇ ਐਡੀ ਤੁਸੀਂ ਜਾਨਵਰਾਂ ਵਾਂਗੂ ਇਹਨਾਂ ਨੂੰ ਕੁੱਟਦੇ ਰਹੇ, ਕੀ ਗੱਲ ਇਹ ਜੀ ਖਿਆਲ ਆਉਂਦਾ ਸੀ, ਕੀ ਦਿਮਾਗ ਚ ਆਉਂਦਾ? ਦਾਰੂ ਹੀ ਬਾਲੀ ਪਿੰਦਾ ਸੀ, ਉਹ ਤਾਂ ਨਹੀਂ ਸੀ ਦਾਰੂ ਹੱਦਾਂ ਹੀ ਬਾਲੀ ਪਿੰਦਾ ਸੀ। ਉਹ ਦਾਰੂ ਚ ਕੁਛ ਯਾਦ ਹੀ ਨਹੀਂ ਰਹਿੰਦਾ ਸੀ? ਨਹੀਂ, ਇਹਨਾਂ ਨੂੰ ਰਾਤ ਦਾ ਹੋਇਆ ਸਵੇਰ ਯਾਦ ਹੀ ਨਹੀਂ ਰਹਿੰਦਾ ਸੀ ਕੀ ਹੋਇਆ, ਕੁਛ ਨਹੀਂ ਪਤਾ ਲੱਗਦਾ ਸੀ, ਭੁੱਲ ਜਾਂਦੇ ਸੀ। ਸਵੇਰ ਨੂੰ ਜੇ ਪੁੱਛਣਾ ਤੁਸੀਂ ਰਾਤ ਐਂ ਬੋਲੇ ਸੀ, ਕਹਿਣਾ ਮੈਨੂੰ ਤਾਂ ਯਾਦ ਨਹੀਂ। ਅੱਛਾ ਫਿਰ ਜਦੋਂ ਇਹ ਕਹਿੰਦੇ ਆ ਵੀ ਇਹ ਵਾਪਸ ਆ ਗਏ ਦੁਬਾਰੇ, ਫਿਰ ਉਦੋਂ ਬਾਅਦ ਥੋੜ੍ਹਾ ਜਿਹਾ ਸੁਧਾਰ ਹੋਇਆ ਪੈਣਾ ਇਹਨਾਂ 'ਚ? ਹਾਂਜੀ, ਫਿਰ ਥੋੜ੍ਹਾ ਜਿਹਾ ਸੁਧਰੇ, ਇਹ ਘੱਟ ਪੀਣ ਲੱਗੇ ਸੀ, ਮਤਲਬ ਪੀਂਦੇ ਜ਼ਰੂਰ ਸੀ, ਮਤਲਬ ਥੋੜ੍ਹੀ ਪੀਂਦੇ ਸੀਗੇ। ਫਿਰ ਮੈਂ ਉਸ ਤੋਂ ਬਾਅਦ ਮੇਰਾ ਜਦੋਂ ਇੱਦਾਂ ਹੋ ਗਿਆ, ਛਾਤੀ ਦਾ ਹੋ ਗਿਆ, ਅਤੇ ਇੱਕ ਬੱਚਾ ਮੇਰੇ ਪਹਿਲਾਂ ਸੀ ਵੀਰੇ, ਪਹਿਲੇ ਵਿਆਹ 'ਚੋਂ, ਅਤੇ ਵਿਆਹ ਤੋਂ ਬਾਅਦ ਮੇਰੇ ਫਿਰ ਇੱਕ ਬੱਚਾ ਹੋਇਆ ਸੀਗਾ, ਮਤਲਬ ਇਹਨਾਂ ਨਾਲ ਜਦੋਂ ਮੇਰਾ ਵਿਆਹ ਹੋਇਆ ਨਾ, ਉਸ ਤੋਂ ਦੂਜੇ ਵਿਆਹ 'ਚ ਮੇਰੇ ਫਿਰ ਬੱਚਾ ਹੋਇਆ, ਇੱਕ ਬੇਟੀ ਸੀਗੀ, ਮਤਲਬ ਉਹ ਬਚੀ ਨਹੀਂ, ਉਹ ਮਤਲਬ ਉਹਦੀ ਡੈਥ ਹੋ ਗਈ ਇੱਕ ਦਿਨ 'ਚ ਹੀ। ਫਿਰ ਉਸ ਤੋਂ ਸਾਲ ਬਾਅਦ ਹੀ ਦੂਜਾ ਬੱਚਾ ਹੋਇਆ ਮੇਰੇ। ਅੱਛਾ, ਸਾਲ ਬਾਅਦ। ਅਤੇ ਉਸ ਤੋਂ ਬਾਅਦ ਮਤਲਬ ਜਦੋਂ ਦੂਜਾ ਬੱਚਾ ਹੋਇਆ ਸਾਲ ਬਾਅਦ, ਉਸ ਤੋਂ ਬਾਅਦ ਥੋੜ੍ਹਾ ਜਿਹਾ ਇਹਨਾਂ ਨੂੰ ਫਰਕ ਪਿਆ, ਸ਼ਰਾਬ ਇਹਨਾਂ ਨੇ ਘੱਟ ਕਰਤੀ। ਅੱਛਾ, ਜਦੋਂ ਦੂਜਾ ਬੇਟਾ ਹੋਇਆ? ਹਾਂਜੀ। ਅੱਛਾ, ਤੁਸੀਂ ਦੱਸ ਦਿਓ ਫਿਰ ਉਦੋਂ ਬਾਅਦ ਵੀ ਇਹ ਬਲਾਵਾਂ ਆਉਂਦੀਆਂ ਰਹੀਆਂ ਤੁਹਾਡੇ 'ਤੇ? ਹਾਂਜੀ। ਕੀ ਗੱਲਬਾਤ ਹੋਈ ਫਿਰ ਭੈਣੇ ਉਹ? ਮੇਰੇ ਵੀਰੇ, ਮੇਰਾ ਉਸ ਤੋਂ ਜਦੋਂ ਦੂਜਾ ਬੱਚਾ ਹੋਇਆ, ਉਸ ਤੋਂ ਬਾਅਦ ਮੇਰੇ ਆਪਰੇਸ਼ਨ ਬਹੁਤ ਹੋਏ, ਮਤਲਬ ਚਾਰ ਆਪਰੇਸ਼ਨ ਮੇਰੇ ਹੋ ਗਏ। ਪਹਿਲਾਂ ਮੇਰਾ ਆਪਰੇਸ਼ਨ ਜਦੋਂ ਤੀਜਾ ਬੱਚਾ ਹੋਇਆ ਇਹਨਾਂ ਦੇ ਨਾਲ ਵਿਆਹ ਤੋਂ ਬਾਅਦ, ਉਹ ਖਰਾਬ ਹੋ ਗਿਆ ਹੈ ਨਾ, ਫਿਰ ਉਹ ਆਪਰੇਸ਼ਨ ਹੋਇਆ, ਡਾਕਟਰਾਂ ਨੇ ਆਪਰੇਸ਼ਨ ਕਰਤਾ, ਅਤੇ ਆਪਰੇਸ਼ਨ ਤੋਂ ਬਾਅਦ ਜਦੋਂ ਮੈਂ ਘਰ ਆਈ ਅਤੇ ਇਹਨੇ ਦੂਜੇ ਬੱਚੇ ਨੇ ਮੇਰੇ ਸਿਰ ਮਾਰਿਆ, ਅਤੇ ਉਹ ਗੰਢ ਬਣ ਗਈ ਛਾਤੀ 'ਚ। ਤੁਹਾਡੇ ਬੇਟੇ ਨੇ? ਹਾਂਜੀ, ਇਹ ਨਿੱਕਾ ਸੀਗਾ, ਖੇਡਦਾ ਸੀ, ਟੱਪਦਾ ਸੀਗਾ, ਅਤੇ ਉੱਤੇ ਡਿੱਗ ਗਿਆ ਮੇਰੇ ਇਹ। ਅਤੇ ਉਹ ਜਦੋਂ ਥੋੜ੍ਹਾ ਟਾਈਮ ਹੀ ਹੋਇਆ ਸੀ, 15 ਕੁ ਦਿਨ ਆਪਰੇਸ਼ਨ ਹੋਇਆ ਸੀ, ਛੀਲੇ ਵਾਲਾ ਕੰਮ ਹੁੰਦਾ, ਅਤੇ ਇਹਨੇ ਜਦੋਂ ਸਿਰ ਮਾਰਿਆ, ਉਹ ਮੇਰੇ ਗੰਢ ਬਣ ਗਈ, ਉਹ ਅਸੀਂ ਗੌਰ ਨਹੀਂ ਕਰੀ। ਉਹ ਛੋਟੀ ਤਾਂ ਹੁੰਦੀ ਹੁੰਦੀ ਉਹ ਵੱਡੀ ਹੋ ਗਈ, ਅਤੇ ਡਾਕਟਰ ਫਿਰ ਜਦੋਂ ਅਸੀਂ ਫਰੀਦਕੋਟ ਗਏ ਚੈੱਕਅਪ ਕਰਾਇਆ, ਉਹ ਕਹਿੰਦੇ ਉਹ ਡਾਕਟਰਾਂ ਨੂੰ ਸ਼ੱਕ ਹੋ ਗਿਆ ਵੀ ਇਹਨੂੰ ਕੈਂਸਰ ਆ, ਹੈ ਨਾ। ਅਤੇ ਫਿਰ ਮੇਰੇ ਉੱਥੇ ਮਤਲਬ ਆਪਰੇਸ਼ਨ, ਉਹਨਾਂ ਨੇ ਕਿਹਾ ਆਪਰੇਸ਼ਨ ਕਰਨਾ ਪਊਗਾ, ਅਤੇ ਉਹਨਾਂ ਨੇ ਜਦੋਂ ਮੇਰਾ ਆਪਰੇਸ਼ਨ ਕੀਤਾ, ਟੈਸਟ ਵੀ ਹੋਏ ਬੰਬਿਓ ਹੋਏ, ਜਿਹੜੀ ਰਿਪੋਰਟਾਂ ਆਉਂਦੀਆਂ ਨੇ ਬਾਹਰੋਂ, ਅਤੇ ਉਹਦੇ 'ਚ ਮੈਂ ਮਤਲਬ ਮੈਂ ਰੋਟੀ ਪਾਣੀ ਛੱਡਤਾ, ਮੈਨੂੰ ਵਹਿਮ ਹੋ ਗਿਆ ਵੀ ਮੈਂ ਹੁਣ ਬਚਦੀ ਨਹੀਂ, ਵੀ ਮੈਨੂੰ ਬਿਮਾਰੀ ਹੋ ਗਈ। ਅਤੇ ਇਹ ਉਦੋਂ ਸ਼ਰਾਬ ਪੀ ਰਹੀ ਸੀ? ਹਾਂਜੀ, ਇਹ ਦਾਰੂ ਪੀਂਦੇ ਸੀ, ਮਤਲਬ ਜਦੋਂ ਮੇਰਾ ਆਪਰੇਸ਼ਨ ਹੋ ਗਿਆ, ਉਸ ਤੋਂ ਬਾਅਦ ਇਹਨਾਂ ਨੇ ਛੱਡਤੀ। ਕੀ ਗੱਲਬਾਤ ਸੀ, ਤੁਸੀਂ ਦੱਸ ਦਿਓ ਵੀ ਡਾਕਟਰਾਂ ਨੇ ਜਵਾਬ ਦਿੱਤਾ ਸੀ? ਜਦੋਂ ਮੇਰਾ ਆਪਰੇਸ਼ਨ ਕਰਨ ਲੱਗੇ ਨਾ, ਜਦੋਂ ਵੀਰੇ ਆਪਰੇਸ਼ਨ ਥੀਏਟਰ 'ਚ ਮੈਨੂੰ ਲੈ ਕੇ ਗਏ ਹੈ ਨਾ, ਅਤੇ ਉਹਨਾਂ ਨੇ ਜਦੋਂ ਮੈਨੂੰ ਇੱਦਾਂ ਆਪਰੇਸ਼ਨ ਥੀਏਟਰ 'ਤੇ ਉੱਥੇ ਪਾਇਆ ਆਪਰੇਸ਼ਨ ਕਰਨ ਲਈ, ਤਾਂ ਉਹਨਾਂ ਨੇ ਮੇਰੇ ਟੀਕਾ ਲਾਇਆ, ਅਤੇ ਮੇਰੀ ਬਾਂਹ ਨੀਲੀ ਹੋ ਗਈ, ਅਤੇ ਉਹ ਪਰੇ ਚਲੇ ਗਏ, ਅਤੇ ਮੈਂ ਜਦੋਂ ਬੈੱਡ 'ਤੇ ਪਈ ਅਤੇ ਮੇਰੀ ਅੱਖਾਂ ਨਾ ਮਤਲਬ ਘੁੰਮਣ ਲੱਗ ਗਈਆਂ, ਅਤੇ ਮੇਰਾ ਨਾ ਸਾਹ ਬੰਦ ਹੋ ਗਿਆ, ਅਤੇ ਮੈਂ ਲੱਤਾਂ 'ਚ ਜਾਣ ਸੀ, ਮੈਂ ਲੱਤਾਂ ਮਾਰੀਆਂ ਜ਼ੋਰ ਜ਼ੋਰ ਨਾਲ ਬੈੱਡ 'ਤੇ, ਵੀ ਤੁਹਾਡੇ ਕੋਲ ਸੀ? ਇਹ ਨਹੀਂ ਸੀ, ਕੋਈ ਨਹੀਂ ਸੀ ਮੇਰੇ ਕੋਲ, ਮੈਨੂੰ ਇਹ ਸੀ ਕੋਈ ਮੈਨੂੰ ਸੁਣੇ ਵੀ ਮੈਨੂੰ ਕੁਛ ਹੋ ਰਿਹਾ। ਫਿਰ ਉਹ ਮੁੰਡਾ ਭੱਜਿਆ ਆ, ਜਿਹੜਾ ਮਤਲਬ ਡਾਕਟਰ ਮਤਲਬ ਜਿਹਨਾਂ ਨੇ ਆਪਰੇਸ਼ਨ ਕਰਨਾ ਸੀ, ਇੱਕ ਮੁੰਡਾ ਸੀ, ਉਹ ਭੱਜਿਆ, ਉਹਨੇ ਦੇਖਿਆ, ਉਹ ਮੈਨੂੰ ਵਾਜਾਂ ਮਾਰਨ ਲੱਗ ਗਿਆ, ਮਨਪ੍ਰੀਤ ਕੀ ਹੋਇਆ ਕੀ ਹੋਇਆ, ਮੈਂ ਬੋਲ ਨਹੀਂ ਸਕਦੀ ਸੀ, ਜਾਣੀ ਉਹ ਮੇਰਾ ਕੰਨ ਪੱਟੀ ਜਾਵੇ, ਮੈਨੂੰ ਦਿਖਦਾ ਸਭ ਸੀ, ਸੁਣਦਾ ਸੀਗਾ, ਪਰ ਮੈਂ ਬੋਲ ਨਹੀਂ ਸਕਦੀ ਸੀ, ਮਤਲਬ ਉਹਨਾਂ ਦੇ ਭਾਅ ਦੀ ਮੈਂ ਡੈੱਡ ਹੋ ਗਈ, ਪਰ ਮੈਨੂੰ ਪਤਾ ਸੀ ਮੇਰੇ 'ਚ ਜਾਨ ਹੈਗੀ ਆ ਡਾਕਟਰਾਂ ਦੇ ਭਾਅ ਦੀ। ਹਾਂਜੀ, ਉਹਨਾਂ ਨੂੰ ਇਹ ਸੀ ਹੋ ਗਈ ਡੈੱਡ ਹੋ ਗਈ, ਇਹਨਾਂ ਨੂੰ ਜਾ ਕੇ ਬਾਹਰ ਕਹਿੰਦੇ ਆ ਕਿ ਉਹਨੂੰ ਤਾਂ ਸਾਹ ਦੀ ਬਿਮਾਰੀ ਆ, ਵੀ ਉਹ ਤਾਂ ਹੁਣ ਨਹੀਂ ਬਚੀ, ਵੀ ਉਹਦੀ ਤਾਂ ਡੈੱਥ ਹੋ ਗਈ, ਕਿਉਂ ਮੇਰੇ ਸਾਹ ਇੱਥੇ ਅੜੇ ਸੀ, ਮੈਂ ਬਸ ਇਹੀ ਮਤਲਬ ਮੈਂ ਅੰਦਰੋਂ ਮੇਰੇ ਇਹੀ ਆਵਾਜ਼ ਆਉਂਦੀ ਸੀ, ਬਾਬਾ ਜੀ ਜਾਂ ਤਾਂ ਸਾਹ ਪਾ ਦਿਉ ਜਾਂ ਕੱਢ ਦਿਉ, ਕਿਉਂਕਿ ਮੈਂ ਬਹੁਤ ਔਖੀ ਸੀ। ਅਤੇ ਕੁਦਰਤੀ ਮੈਂ ਕਹਿੰਦੀ ਮਹਾਰਾਜ ਨੇ ਚਲੋ ਮੇਰੀ ਸੁਣ ਲਈ, ਜਦੋਂ ਮੇਰੇ ਸਾਹ ਆਏ ਤਾਂ ਮੈਂ ਇੱਕੋ ਦਮ ਅੱਖਾਂ ਖੋਲੀਆਂ, ਅਤੇ ਜਦੋਂ ਮੈਂ ਇੱਕੋ ਦਮ ਉਹਨਾਂ ਨੇ ਮੈਨੂੰ ਫੜਿਆ, ਅਤੇ ਫਿਰ ਉਹਨਾਂ ਨੇ ਆਕਸੀਜਨ ਲਾਈ ਅੰਦਰੋਂ, ਪਹਿਲਾਂ ਉਹਨਾਂ ਨੇ ਮੈਨੂੰ ਵਾਸ਼ ਵੀ ਕੀਤਾ, ਅਸਰ ਕੱਢਿਆ ਟੀਕੇ ਦਾ, ਫਿਰ ਮੈਂ ਜਾਣੀ ਜਦੋਂ ਮੈਨੂੰ ਇੱਕਦਮ ਸੁਰਤ ਆਈ, ਪਤਾ ਨਹੀਂ ਕਿੰਨੇ ਘੰਟਿਆਂ ਬਾਅਦ ਮੈਨੂੰ ਸੁਰਤ ਆਈ, ਫਿਰ ਜਦੋਂ ਮੈਨੂੰ ਬਾਹਰ ਕੱਢਿਆ ਉਹਨਾਂ ਨੇ,
ਤੇ ਮੇਰੇ ਮੂਹਰੇ ਮੇਰਾ ਭਰਾ ਸੀ ਤੇ ਇਹ ਸੀਗੇ। ਇਹ ਜਦੋਂ ਮੈਨੂੰ ਐਂ ਲੈ ਜਾਂਦੇ ਸੀ ਤੇ ਮੈਂ ਉੱਚੀ ਉੱਚੀ ਰੋਂਦੀ ਸੀ ਵੀ ਮੈਂ ਇੱਦਾਂ ਹੋ ਗਈ ਸੀ। ਇਹ ਮੈਨੂੰ ਕਹਿੰਦੇ ਹੱਥ ਫੇਰ ਕੇ ਸਿਰ 'ਤੇ ਰੋਣਾ ਕੋਈ ਨਹੀਂ, ਕਹਿੰਦੇ ਵੀ ਮੈਂ ਵੀ ਮੈਨੂੰ ਪਤਾ ਤੇਰੇ ਨਾਲ ਕੀ ਹੋਇਆ ਸੀ, ਹੁਣ ਤੂੰ ਠੀਕ ਆ ਰੋ। ਇਹ ਵੀ ਰੋਈ ਜਾਣ, ਇਹਨਾਂ ਦੇ ਹੰਝੂ ਮੇਰੇ ਮੂੰਹ 'ਤੇ ਡਿੱਗੀ ਜਾਣ ਜਦੋਂ ਮੈਨੂੰ ਲਈ ਜਾਣ। ਅਤੇ ਉਸ ਤੋਂ ਬਾਅਦ ਮੇਰਾ ਭਰਾ ਇਹਨਾਂ ਨੂੰ ਚੁੱਪ ਕਰਾਵੇ ਵੀ ਜੀਜਾ ਹੁਣ ਠੀਕ ਆ, ਤੁਸੀਂ ਟੈਨਸ਼ਨ ਨਾ ਲਓ। ਬਸ ਉਸ ਦਿਨ ਤੋਂ ਬਾਅਦ ਇਹਨਾਂ ਨੇ ਮੇਰੀ ਬਹੁਤ ਕੇਅਰ ਕੀਤੀ ਆ, ਬਹੁਤ ਖਿਆਲ ਰੱਖਣਾ ਸ਼ੁਰੂ ਕਰਤਾ ਇਹਨਾਂ ਨੇ। ਫਿਰ ਇਹਨਾਂ ਨੇ ਸ਼ਰਾਬ ਕਿਵੇਂ ਛੱਡੀ ਭੈਣੇ? ਸ਼ਰਾਬ ਇਹਨਾਂ ਨੇ ਜਦੋਂ ਇਹ ਮੈਂ ਐਵੇਂ ਕਹਾਂ, ਮੈਂ ਨਾ ਮੈਨੂੰ ਕਹਿੰਦੇ ਆਖੇ ਤੂੰ ਪਟਿਆਲੇ ਜਾ ਮਾਤਾ ਦੇ, ਉੱਥੇ ਚੜ੍ਹਾ ਕੇ ਆ ਸ਼ਿੰਗਾਰ ਦਾ ਸਮਾਨ, ਕਿਸੇ ਨੇ ਦੱਸਿਆ ਕਹਿੰਦੇ ਆਖੇ ਤੂੰ ਮਾਤਾ ਦੇ ਮੰਦਰ ਜਾ ਅਤੇ ਇਹਨਾਂ ਦੇ ਭਾਰ ਦੇ ਮੁਤਾਬਕ ਪੱਠੇ ਗਊਆਂ ਨੂੰ ਪਾ ਦਾਨ ਕਰਕੇ ਆ। ਮੈਂ ਉਹ ਵੀ ਕੀਤਾ ਅਤੇ ਸ਼ਰਾਬ ਛੱਡ ਦੂੰ? ਹਾਂਜੀ, ਨਹੀਂ ਛੱਡੀ, ਪਰ ਇਹਨਾਂ ਨੇ ਘੱਟ ਮਤਲਬ ਘੱਟ ਗਏ, ਜਮਾਂ ਨਹੀਂ ਛੱਡੀ। ਫਿਰ ਉਸ ਤੋਂ ਬਾਅਦ ਇੱਕ ਦਿਨ ਸ਼ਾਮ ਨੂੰ ਇਹਨਾਂ ਨੇ ਪੀਤੀ ਹੋਈ, ਮੈਂ ਇਹਨੂੰ ਕਿਹਾ, ਮੈਂ ਕਿਹਾ ਤੁਸੀਂ ਬਾਅਦ ਦੀ ਗੱਲ ਆਪਰੇਸ਼ਨ ਤੋਂ ਬਾਅਦ? ਹਾਂਜੀ, ਮੈਂ ਕਿਹਾ ਤੁਸੀਂ ਹੁਣ ਨਹੀਂ ਛੱਡਣੀ, ਮੈਂ ਕਿਹਾ ਇੱਦਾਂ ਪੀਓਗੇ ਤੁਸੀਂ ਸਾਰੀ ਉਮਰ ਦਾਰੂ, ਮੈਂ ਕਿਹਾ ਵੀ ਇੰਨੀ ਜ਼ਿੰਦਗੀ ਲੰਘ ਗਈ, ਆਪਾਂ ਇੰਨੇ ਦੁੱਖ ਦੇਖੇ ਆ। ਸ਼ਾਮ ਨੂੰ ਅਸੀਂ ਐਂ ਤੁਰੇ ਜਾਂਦੇ ਸੀ ਇੱਦਾਂ ਹੀ ਰੋਡ 'ਤੇ, ਆਹੀ ਸੜਕ 'ਤੇ ਉੱਤਰ। ਹਾਂਜੀ, ਅਤੇ ਉਸ ਦਿਨ ਇਹਦੀ ਪੀਤੀ ਹੋਈ ਸੀਗੀ, ਉਹਦੇ ਹੱਥ 'ਚ ਸ਼ਰਾਬ ਦੀ ਬੋਤਲ, ਮੈਨੂੰ ਕਹਿੰਦਾ ਲੈ ਸੁੱਟ ਤੀ, ਕਹਿੰਦਾ ਹੁਣ ਨਹੀਂ ਪੀਂਦਾ। ਮੂੰਹ ਨੂੰ ਬੋਤਲ ਲਾਈ ਥੋੜ੍ਹੀ ਜਿਹੀ ਜਿੰਨੀ ਸੀ ਪੀ ਕੇ, ਕਹਿੰਦਾ ਆਹ ਲੈ ਸੁੱਟਤੀ। ਉਸ ਤੋਂ ਬਾਅਦ ਇਹਨਾਂ ਨੇ ਦਾਰੂ ਨਹੀਂ ਪੀਤੀ, ਉਹਦੇ ਬੋਤਲ ਸੁੱਟਤੀ ਮੂੰਹ ਨੂੰ ਲਾ ਕੇ, ਲਾਸਟ ਵਾਰ ਉਦਨ ਪੀਤੀ ਸ਼ਾਮ ਨੂੰ। ਅੱਛਾ, ਕਿੰਨੇ ਸਾਲ ਇਹ ਤੁਹਾਡੇ ਵਿਆਹ ਤੋਂ ਲੈ ਕੇ ਕਿੰਨੇ ਸਾਲ ਤੱਕ ਇਹ ਦਾਰੂ ਪੀਂਦੇ ਰਹੇ? 5-6 ਸਾਲ ਤਾਂ ਪੂਰੀ ਪੀਤੀ ਇਹਨਾਂ ਨੇ, 6 ਸਾਲ ਦੀ ਪੂਰੀ। ਕਦੇ ਉਹ ਮੌਕਾ ਵੀ ਆਇਆ ਤੁਸੀਂ ਜਦੋਂ ਨਵੇਂ ਵਿਆਹ ਕੇ ਆਏ ਤੇ ਇਹ ਬਾਹਰੋਂ ਰੱਜੇ ਆਉਂਦੇ ਹੋਣ ਜਾਂ ਕਿਸੇ ਨੇ ਤੁਹਾਨੂੰ ਦੱਸਿਆ ਹੋਵੇ ਵੀ ਬਹੁਤ ਦਾਰੂ ਤਾਂ ਡੇਲੀ ਪੀਂਦੇ ਸੀ, ਬਾਹਰੋਂ ਪਤਾ ਲੱਗ ਜਾਂਦਾ ਸੀ। ਅਗਲੇ ਕਹਿੰਦੇ ਸੀ ਉਹ ਠੇਕੇ 'ਤੇ ਬੈਠਾ, ਮੈਨੂੰ ਅਗਲੇ ਨੇ ਘਰੇ ਦੱਸ ਜਾਣਾ ਆ ਕੇ, ਮੇਰੇ ਭਾਅ ਦੀ ਬਣ ਜਾਣੀ। ਮੈਂ ਕਹਿਣਾ ਲੈ ਅੱਜ ਹੁਣ ਜਿਹੜੇ ਪੈਸੇ ਸੀ ਉਹ ਲਾਇਆ, ਵੀ ਘਰੇ ਕੁਛ ਵੀ ਨਹੀਂ ਸੌਦਾ ਪਤਾ। ਮੈਨੂੰ ਕਦੀ ਕਿਸੇ ਦੇ ਮੰਗ ਕੇ ਚਾਹ ਪੀਣੀ, ਕਦੀ ਕਿਸੇ ਦੇ ਵੱਡੇ ਮੁੰਡੇ ਨੇ ਕਹਿਣਾ, ਇਹ ਤਾਂ ਚੱਲ ਦੁੱਧ ਮੇਰਾ ਪੀਂਦਾ ਸੀ, ਵੱਡੇ ਨੇ ਕਹਿਣਾ ਮੰਮਾ ਚਾਹ ਪੀਣੀ ਆ, ਅਤੇ ਮੈਂ ਕਹਿਣਾ ਜਾ ਫਲਾਨੇ ਦੇ ਲਿਆ। ਅਤੇ ਚਲੋ ਸਾਡੇ ਚੰਗੇ ਵੀ ਆ ਕੁਛ ਘਰ, ਉਹਨਾਂ ਨੇ ਦੁੱਧ ਦੇ ਦੇਣਾ, ਪਰ ਕੁਛ ਘਰ ਇਹੋ ਜਿਹੇ ਸੀ ਚਾਹ ਤੋਂ ਵੀ ਜਵਾਬ ਦੇ ਦਿੰਦੇ ਸੀ, ਉਹਨਾਂ ਨੇ ਚਾਹ ਤੋਂ ਵੀ ਜਵਾਬ ਦੇ ਦੇਣਾ। ਪਰ ਯਾਦ ਰਹਿੰਦੀਆਂ ਉਹ ਗੱਲਾਂ ਵੀਰੇ, ਜਦੋਂ ਉਹ ਟਾਈਮ ਦੇਖਿਆ ਮੈਂ। ਕਦੇ ਬਾਈ ਤੁਹਾਨੂੰ ਇਹ ਹਾਲਾਤਾਂ 'ਤੇ ਤਰਸ ਹੀ ਨਹੀਂ ਆਇਆ ਹੈਗਾ ਕਿ ਜਵਾਕ ਕਿਵੇਂ ਕਰਦੇ ਫਿਰਦੇ ਆ ਅਤੇ ਮੈਂ ਸਿਰਫ 250 ਦੀ ਜਿਹੜੀ ਸ਼ਰਾਬ ਲੈਂਦਾ ਪੀਂਦਾ ਅਤੇ ਨਾ ਕੋਈ ਬੱਚਿਆਂ ਦੀ ਪਰਵਾਹ ਨਾ ਕੋਈ ਰੋਟੀ ਦੀ ਪਰਵਾਹ? ਨਹੀਂ, ਆਉਂਦਾ ਤਾਂ ਬਹੁਤ ਸੀ, ਮੈਨੂੰ ਤਾਂ ਆਪ ਨੂੰ ਬਹੁਤ ਆਉਂਦਾ ਸੀ, ਪਰ ਨਹੀਂ ਛੱਡੀ ਨਹੀਂ ਜਾਂਦੀ ਸੀ। ਪਤਾ ਨਹੀਂ ਕੀ ਮਨ 'ਚ ਸੀਗਾ, ਮਨ ਮੇਰਾ ਵੀ ਕਰਦਾ ਸੀਗਾ ਵੀ ਨਹੀਂ ਜ਼ਿੰਦਗੀ, ਕਿਉਂਕਿ ਮੇਰਾ ਪਹਿਲਾਂ ਵਿਆਹ ਹੋਇਆ ਕਰਕੇ ਵੀ ਦੂਰੀ ਵਾਰ ਮਸਾਂ ਘਰ ਵੱਜਿਆ, ਜੇ ਵੀ ਵੇਖ ਗਿਆ ਮੜ ਕੇ ਹੁਣ ਤਾਂ ਆਉਣਾ ਹੀ ਨਹੀਂ, ਰਿਸ਼ਤਾ ਹੀ ਨਹੀਂ ਹੋਣਾ ਗਾ। ਇੱਥੋਂ ਤੀਕ ਵੀ ਮੈਨੂੰ ਰਹਿੰਦਾ ਸੀ ਵੀ ਜੇ ਮੈਂ ਦਾਰੂ ਨਾ ਛੱਡੀ ਤਾਂ ਇੱਕ ਦਿਨ ਮੈਂ ਫਿਰ ਦੁਬਾਰਾ ਵਿਆਹ ਨਹੀਂ ਹੋਣਾ ਗਾ, ਤਾਂ ਛੜਾ ਹੀ ਰਹਿ ਜਾਣਾ। ਅੱਛਾ, ਤਾਂ ਕਰਕੇ ਮੇਰੇ ਇੱਕ ਦਿਨ ਦਿਮਾਗ 'ਚ ਮੈਂ ਕਿਹਾ ਵੀ ਦਾਰੂ ਛੱਡ ਕੇ, ਇਹ ਸਾਰਿਆਂ ਤੋਂ ਵੱਡਾ ਕੋਹੜ ਦਾਰੂ ਦਾ ਹੀ ਆ। ਅੱਛਾ, ਫਿਰ ਤੁਸੀਂ ਕੀ ਕਰਿਆ? ਹਾਂ, ਪਰ ਦਾਰੂ ਬਸ ਛੱਡਤੀ, ਉਦੋਂ ਬਾਅਦ ਪੀਤੀ ਨਹੀਂ, ਇੱਕ ਦਿਨ ਸ਼ਾਮ ਨੂੰ ਪੀਤੀ, ਉਦੋਂ ਬਾਅਦ ਮੈਂ ਕਿਹਾ ਵੀ ਮੈਂ ਦਾਰੂ ਨਹੀਂ ਪੀਣੀ। ਮੁੜ ਕੇ ਖਿਆਲ ਹੀ ਨਹੀਂ ਆਇਆ ਤੁਹਾਡੇ? ਨਾ, ਮੁੜ ਕੇ ਨਹੀਂ ਜਮਾਂ ਹੀ ਦਾ। ਕੋਲੇ ਬੈਠੇ ਪੀਂਦੇ ਰਹੇ? ਹਾਂ, ਵਿਆਹਾਂ ਵੂਹਾਂ 'ਚ ਜਿਵੇਂ ਮਰਜ਼ੀ ਤੁਰਿਆ ਫਿਰ, ਇੰਨਾ ਭਲਾ ਘਰੇ ਪਈ ਰਹੇ ਕੋਈ ਵਾਸਤਾ ਹੀ ਨਹੀਂ। ਅੱਛਾ, ਹੁਣ ਨਹੀਂ ਹੁਣ ਜਿਉਂ 7 ਸਾਲ ਹੋ ਗਏ ਦਾਰੂ, ਲੋਕ ਇਹ ਚੀਜ਼ ਜਾਂ ਮੰਨਦੇ ਨਹੀਂ ਵੀ ਸੀਰੇ ਨੇ ਦਾਰੂ ਛੱਡੀ। ਤੁਹਾਨੂੰ 7 ਸਾਲ ਹੋ ਗਏ ਹੈ? ਹਾਂਜੀ, ਅਤੇ ਪਰ ਲੋਕ ਇਹ ਨਹੀਂ ਮੰਨਦੇ ਗੇ, ਲੋਕ ਹਜੇ ਵੀ ਕਹਿੰਦੇ ਵੀ ਇਹ ਦਾਰੂ ਪੀਂਦਾ, ਕਿਉਂਕਿ ਮੰਨ ਲਓ ਜੇ ਕਿਸੇ ਨੇ ਮੈਨੂੰ 500 ਦਾ ਨੋਟ ਦਿੱਤਾ, ਮੈਂ ਠੇਕਾ ਹੀ ਉੱਥੋਂ ਟੁੱਟੇ ਮਿਲਦੇ ਆ ਸਾਡੇ ਪਿੰਡ 'ਚ, ਉੱਥੇ ਜੇ ਹੱਥ ਨੇ ਜਾ ਵੀ ਵੜਿਆ ਉਹਨਾਂ ਨੇ ਆਖਣਾ ਵੀ ਦਾਰੂ ਲੈ ਕੇ ਘਰੇ ਲਿਜਾ ਕੇ ਚੋਰੀ ਪੀਂਦਾ, ਸਾਡੇ ਕੋਲੇ ਨਹੀਂ ਮੰਨਦਾ ਹੈਗਾ। ਅੱਛਾ, ਉਹ ਹਾਲਾਤ ਫਿਰ ਉਹ ਲੋਕਾਂ ਨੂੰ ਇਹਦਾ ਪਤਾ ਲੱਗਦਾ ਹੋਊ ਪਹਿਲਾਂ ਇਹਦੇ ਹਾਲਾਤ ਕਿਹੋ ਜਿਹੇ ਸੀਗੇ, ਕਿਵੇਂ ਇਹ ਸ਼ਰਾਬ ਨਾਲ ਰੱਜੇ? ਪਹਿਲਾਂ ਮੰਨ ਲਾ ਬਹੁਤ ਜ਼ਿਆਦਾ ਪੀਂਦਾ ਸੀ, ਹੁਣ ਘਟਾਤੀ? ਹਾਂ, ਹੁਣ ਉਹਨਾਂ ਨੂੰ ਇਹ ਸੀ ਵੀ ਘਰੇ ਸ਼ਾਮ ਨੂੰ ਪੀਣ ਲੱਗ ਪਿਆ ਇਹ। ਅੱਛਾ, ਅਜੇ ਵੀ ਕਈ ਵਿੱਚ ਲੋਕ ਹੈਗੇ ਆ ਜੀ। ਅੱਛਾ,
ਕਦੇ ਤੁਹਾਨੂੰ ਇਹਨਾਂ ਦੇ ਤਰਸ ਆਇਆ ਹੈ ਨਹੀਂਗਾ ਬਈ ਉਹ ਮਾਸੂਮ ਸੀ ਇੱਕ ਛੋਟਾ ਜਿਹਾ ਇੱਕ ਇਹ ਸੀਗੇ? ਨਹੀਂ ਤਰਸ ਤਾਂ ਮੈਨੂੰ ਬਹੁਤ ਆਉਂਦਾ ਸੀ ਯਾਰ, ਪਰ ਮੈਂ ਜਦੋਂ ਪੀ ਲੈਂਦਾ ਸੀ ਉਦੋਂ ਤਰਸ ਨਹੀਂ ਆਉਂਦਾ ਸੀ, ਜਦੋਂ ਮੇਰੇ ਲੈ ਜਾਂਦੇ ਸੀ ਉਦੋਂ ਮੈਂ ਫਿਰ ਬਹੁਤ ਇਹਨੂੰ ਕਹਿੰਦਾ ਸੀ ਵੀ ਨਹੀਂ ਜਾਣ ਨਹੀਂ ਮੇਰੀ ਤੂੰ। ਅੱਛਾ ਤੁਸੀਂ ਦੱਸਦੇ ਹੋ ਭੈਣੇ ਵੀ ਇੱਕ ਗੱਲ ਤੁਸੀਂ ਸਾਨੂੰ ਹੋਰ ਵੀ ਦੱਸੀ ਸੀ ਕਿ ਤੁਸੀਂ ਲੜ ਕੇ ਇਹਨਾਂ ਨਾਲ ਇਹ ਸ਼ਰਾਬ ਦੇ ਘਰੇ ਰੱਜੇ ਪਏ ਸੀ ਅਤੇ ਤੁਸੀਂ ਆਪਦੇ ਪੇਕਿਆਂ ਨੂੰ ਜਾ ਰਹੇ ਸੀਗੇ, ਇਹਨਾਂ ਨੂੰ ਕੋਈ ਸੁਰਤ ਨਹੀਂ ਹੁੰਦੀ ਸੀ ਮੈਨੂੰ ਇਹ ਛੱਡ ਕੇ ਜਾ ਰਹੇ, ਮੈਨੂੰ ਮੋੜ ਕੇ ਲਿਆਏ ਫਿਰ ਕੀ ਗੱਲ ਬਾਤ ਸੀ ਉਹ? ਮੈਂ ਇਹ ਨਾ ਪਏ ਸੀਗੇ ਸ਼ਰਾਬ ਨਾਲ ਰੱਜੇ, ਮੈਂ ਕਿਹਾ ਹੁਣ ਮੌਕਾ ਦੇ ਵੀ ਸੁਰਤ ਤਾਂ ਜਾਣ ਨਹੀਂ ਦਿੰਦਾ ਇਹ ਨਾ, ਮੈਂ ਕਿਹਾ ਮੈਂ ਬੱਸ ਚੜ੍ਹ ਗਈ ਜਿਹੜੀ ਹੁਣ ਫਰੀਦਕੋਟ ਨੂੰ ਜਾਂਦੀ ਆ, ਮੈਂ ਬੱਸ ਚੜ੍ਹ ਗਈ ਅਤੇ ਇਹਨਾਂ ਨੂੰ ਆ ਗਈ ਸੁਰਤ, ਕਿਸੇ ਨੇ ਆ ਕੇ ਕਹਿ ਤਾ ਉਹ ਤਾਂ ਗਈ, ਅਤੇ ਇਹਨਾਂ ਨੇ ਕੀ ਕੀਤਾ ਪਿੰਡ ਦੇ ਜਿਹੜੇ ਬੰਦੇ ਆ ਹੈ ਨਾ ਪੰਚਾਇਤ ਮੈਂਬਰ ਆ ਉਹਨਾਂ ਨੂੰ ਕਹਿੰਦੇ ਗੱਡੀ ਕੱਢੋ ਵੀ ਆਪਾਂ ਲੈ ਕੇ ਆਈਏ, ਮੈਂ ਹਾਲੇ ਬੱਸ 'ਚ ਜਾ ਕੇ ਬੈਠੀ ਹਾਂ, ਮੈਂ ਟਿਕਟ ਲੈ ਲਈ, ਇਹਨਾਂ ਨੇ ਮੈਨੂੰ ਬੱਸ 'ਚੋਂ ਲਾ ਲਿਆ, ਕਹਿੰਦੇ ਚੱਲ ਚੱਲ ਥੱਲੇ ਉੱਤਰ, ਮੈਂ ਕਿਹਾ ਨਹੀਂ ਮੈਂ ਤਾਂ ਰਹਿਣਾ ਨਹੀਂ, ਹੁਣ ਮੈਂ ਰੌਲਾ ਵੀ ਨਹੀਂ ਪਾ ਸਕਦੀ ਸੀ, ਮੇਰਾ ਸੁਭਾਅ ਇਹੋ ਜਿਹਾ, ਮੈਂ ਕਿਹਾ ਨਹੀਂ ਮੈਂ ਨਹੀਂ ਜਾਣਾ, ਮੈਂ ਹੌਲੀ ਕਿਤੇ ਨੇ ਕਿਹਾ, ਕਹਿੰਦੇ ਨਹੀਂ ਨਹੀਂ ਉੱਤਰ ਥੱਲੇ ਉੱਤਰ ਉੱਤਰ ਥੱਲੇ, ਮੈਨੂੰ ਕਹਿੰਦੇ ਬੱਸ 'ਚੋਂ, ਮੈਂ ਫਿਰ ਬਸ਼ਰਮ ਜੀ ਹੋ ਗਈ ਹੈ ਨਾ, ਮੈਂ ਕਿਹਾ ਕੀ ਰੌਲਾ ਪਾਉਣਾ ਇਹਨਾਂ ਨੂੰ, ਫਿਰ ਲੋਕ ਇਹਨਾਂ ਨੂੰ ਨਾ ਕੁਛ ਕਹਿਣ, ਮੈਂ ਵੀ ਨਹੀਂ ਬਰਦਾਸ਼ਤ ਕਰ ਸਕਦੀ ਸੀ ਵੀ ਇਹਨੂੰ ਕੁਛ ਕਹੇ ਕੋਈ, ਅਤੇ ਮੈਂ ਫਿਰ ਬੱਸ 'ਚੋਂ ਉੱਤਰਿਆ ਸੀ ਮੁੰਡਾ ਲੈ ਕੇ। ਤੁਹਾਡੇ ਮਨ 'ਚ ਇਹ ਡਰ ਵੀ ਸੀਗਾ ਹੈ ਨਾ ਵੀ ਇਹ ਵਗ ਨਾ ਜਾਵੇ, ਇੱਕ ਵਾਰ ਵਗ ਗਈ ਹੱਥੋਂ ਲੰਘ ਗਈ ਫਿਰ ਮੁੜ ਕੇ ਇਹਨੇ ਆਉਣਾ ਨਹੀਂ ਹੈਗਾ, ਘਰ ਜੁੜ ਜੂਗਾ, ਇਹ ਗੱਲ ਦਾ ਫਿਕਰ ਵੀ ਹੈਗਾ ਸੀ? ਹਾਂ ਇਹ ਵੀ ਰਹਿੰਦਾ ਸੀ, ਪਰ ਮੈਨੂੰ ਇੰਨਾ ਪਤਾ ਸੀ ਵੀ ਜਦੋਂ ਮੈਂ ਜਾਵੜਿਆ ਲੁਧਿਆਣੇ ਇਹਨੇ ਮੇਰੇ ਨਾਲ ਉਦੋਂ ਹੀ ਤੁਰ ਪੈਣਾ, ਮੈਂ ਤੁਰ ਪੈਂਦੀ ਸੀ, ਇਹਨਾਂ ਨੇ ਜਦੋਂ ਜਾਣਾ ਨਾ ਮੰਮੀ ਮੇਰੀ ਨੇ ਕਹਿਣਾ ਦੇਖ ਲਾ ਇਹਨੂੰ, ਕਹਿਣਾ ਉਹਦੀ ਬਣ ਗਈ ਜਦੋਂ ਆ ਗਿਆ, ਮੈਂ ਕਹਿਣਾ ਮੰਮੀ ਕੋਈ ਗੱਲ ਨਹੀਂ, ਮੈਨੂੰ ਤਰਸ ਆ ਜਾਂਦਾ ਸੀ ਇਹਨਾਂ 'ਤੇ, ਮੈਨੂੰ ਤਰਸ ਬਹੁਤ ਆਉਂਦਾ ਸੀ ਕਿਉਂਕਿ ਇਹ ਇਕੱਲੇ ਰਹੇ ਆ ਸ਼ੁਰੂ ਤੋਂ, ਮਾਂ ਪਿਓ ਤੋਂ ਵੀ ਅੱਡ ਰਹੇ ਆ ਅਤੇ ਇਕੱਲੇ ਇਕੱਲੇ ਜੇ ਰਹੇ ਆ ਇਹ, ਅਤੇ ਮੈਨੂੰ ਜਦੋਂ ਇਹਨਾਂ ਨੇ ਆਪਣੀ ਦੱਸੀਆਂ ਗੱਲਾਂ ਕਹਾਣੀ ਦੱਸੀ ਵੀ ਇੱਦਾਂ ਇੱਦਾਂ ਮੈਂ ਇਕੱਲਾ ਰਹਿੰਦਾ ਸੀਗਾ ਮਾਂ ਪਿਓ ਤੋਂ ਅੱਡ ਹੀ ਸ਼ੁਰੂ ਤੋਂ, ਮਤਲਬ ਚਾਚੇ ਕੇ ਘਰੇ ਰਹਿਣਾ ਇਹਨਾਂ ਨੇ, ਅਤੇ ਮੈਂ ਫਿਰ ਮੈਂ ਕਹਿੰਦਾ ਨਹੀਂ ਇਹਨਾਂ ਦਾ ਕੌਣ ਆ ਹੈ ਨਾ ਜੇ ਮੈਂ ਵੀ ਛੱਡ ਕੇ ਚਲੀ ਗਈ, ਮੈਂ ਕਿਹਾ ਨਹੀਂ ਕੋਈ ਗੱਲ ਨਹੀਂ ਮੈਂ ਇਹਨਾਂ ਨੂੰ ਲੋਟ ਕਰ ਲੂੰਗੀ। ਅੱਛਾ ਇੱਕ ਗੱਲ ਤਾਂ ਹੈ ਤੁਹਾਡਾ ਇੰਨਾ ਕੁ ਪਿਆਰ ਰਿਹਾ ਹੈ ਨਾ ਵੀ ਚਾਹੇ ਇਹਨਾਂ ਨੇ ਤੁਹਾਨੂੰ ਕੁੱਟ ਲਿਆ ਚਾਹੇ ਇਹਨਾਂ ਨੇ ਤੁਹਾਨੂੰ ਮਾਰ ਲਿਆ ਤੇ ਤੁਸੀਂ ਇਹਨਾਂ ਦੇ ਇੱਕ ਕਹਿਣ ਤੇ ਵਾਪਸ ਆ ਜਾਂਦੇ ਸੀ? ਹਾਂ ਮੈਂ ਆ ਜਾਂਦੀ ਸੀ ਬਹੁਤ, ਮੈਂ ਕੁੱਟਿਆ ਤਾਂ ਇਹਨਾਂ ਨੇ ਮੈਨੂੰ ਪਹਿਲਾਂ ਬਹੁਤ, ਪਰ ਮੈਂ ਫਿਰ ਮੈਂ ਕਹਿਣਾ ਨਹੀਂ ਮੇਰਾ ਬੰਦਾ ਆ, ਮੈਂ ਕਹਿਣਾ ਨਹੀਂ ਹੁਣ ਮੇਰਾ ਅਸਲ 'ਚ, ਮੈਂ ਡੈਡੀ ਮੰਮੀ ਨੇ ਕਹਿਣਾ ਲੈ ਦੇਖ ਲਾ ਹੈ ਨਾ ਤੂੰ ਮਾੜਾ ਜਿਹਾ ਆਉਂਦਾ ਆ ਤੂੰ ਫਿਰ ਮੈਨੂੰ ਉਹਦੀ ਬਣ ਜਾਂਦੀ ਆ, ਕਹਿੰਦੇ ਦੇਖ ਲਾ ਪਰਮਿੰਦਰ ਮੰਮੀ ਨੂੰ ਕਹਿਣਾ, ਮੈਂ ਕਿਹਾ ਨਹੀਂ ਮੰਮੀ ਮੈਂ ਜਾਣਾ ਹੀ ਜਾਣਾ, ਕਹਿਣਾ ਫਿਰ ਕੋਈ ਨਹੀਂ ਸਾਨੂੰ ਨਾ ਫੋਨ ਕਰੀ ਤੂੰ, ਸਾਨੂੰ ਨਾ ਫੋਨ ਲਾ ਕੇ ਦੱਸੀ ਵੀ ਤੈਨੂੰ ਇਹਨੇ ਮਾਰਿਆ ਜਾਂ ਇਹਨੇ ਕੁਛ ਕਿਹਾ, ਮੈਂ ਕਿਹਾ ਮੈਂ ਤੁਹਾਨੂੰ ਨਹੀਂ ਕਹਿੰਦੀ, ਫਿਰ ਮੈਂ ਇਹਨਾਂ ਨੂੰ ਕਹਿਣਾ ਵੀ ਛੱਡਤਾ। ਅੱਛਾ ਫਿਰ ਇਹਨੇ ਜੇ ਮੈਨੂੰ ਮਾਰਨਾ ਵੀ ਤਾਂ ਮੈਂ ਕਹਿਣਾ ਹੀ ਹਟ ਗਈ, ਹੁਣ ਇਹ ਪਤਾ ਜੇ ਇਹਨਾਂ ਨੂੰ ਮੇਰੇ 'ਤੇ ਗੁੱਸਾ ਆਉਂਦਾ ਨਾ ਇਹਨਾਂ ਨੂੰ ਪਤਾ ਵੀ ਇਹ ਬਿਮਾਰ ਰਹਿੰਦੀ ਆ ਹੈ ਨਾ, ਮੇਰੇ ਹੁਣ ਵੀ ਆਪਰੇਸ਼ਨ ਹੋਇਆ, ਹੁਣ 2 ਸਾਲ ਪਹਿਲਾਂ ਮੇਰਾ ਹੋਇਆ ਆਪਰੇਸ਼ਨ ਇੱਕ ਹੋਰ, ਇਹਨਾਂ ਨੇ ਮੇਰੇ 'ਤੇ ਐਂ ਹੱਥ ਚੱਕ ਲੈਣਾ ਅਤੇ ਰੋਕ ਲੈਣਾ ਐਂ ਕਰ ਲੈਣਾ ਵੀ ਚੁੱਪ ਕਰ ਜਾ, ਜੇ ਗੁੱਸਾ ਆ ਵੀ ਜਾਣਾ ਨਾ ਇਹਨਾਂ ਨੇ ਹੱਥ ਰੋਕ ਲੈਂਦੇ ਆ, ਮੈਨੂੰ ਕਹਿੰਦੇ ਨਹੀਂ ਕੁਛ, ਗੁੱਸਾ ਜ਼ਰੂਰ ਕਰ ਲੈਂਦੇ, ਲੜਾਈ ਝਗੜੇ ਹੁੰਦੇ ਹੀ ਆ ਹੈ ਨਾ ਪਰਿਵਾਰਾਂ 'ਚ, ਪਰ ਇਹ ਨਹੀਂ ਵੀ ਨਾ ਤਾਂ ਮੈਂ ਕਦੀ ਮੰਮੀ ਡੈਡੀ ਨੂੰ ਦੱਸਿਆ ਨਾ ਇਹਨਾਂ ਨੇ ਆਪਦੇ ਪਰਿਵਾਰ 'ਚ ਕਦੀ ਮੇਰੀ ਗੱਲ ਕੀਤੀ ਆ ਵੀ ਲੈ ਐਂ ਕਰਦੀ ਆ, ਅਸੀਂ ਦੋਨਾਂ ਨੇ ਆਪਸ 'ਚ ਨਿਬੇੜ ਲੈਣੀ। ਕਦੇ ਕੋਈ ਇਹੋ ਜਿਹਾ ਮੌਕਾ ਆਇਆ ਹੋਵੇ ਜਿਹੜਾ ਹੱਦ ਹੀ ਕਰਤੀ ਹੋਵੇ ਇਹਨਾਂ ਨੇ? ਜਿਵੇਂ ਹੱਦ ਉਦੋਂ ਹੀ ਕੀਤੀ ਸੀ ਵੀਰੇ ਜਦੋਂ ਇਹਨਾਂ ਨੇ ਮੈਨੂੰ ਬਲੱਡ ਕੱਢਿਆ ਸੀ ਮੂੰਹ 'ਚੋਂ ਖੂਨ ਆ ਗਿਆ ਸੀ, ਮੈਨੂੰ ਮਾਰਿਆ ਸੀ ਕੁਛ ਉਦੋਂ ਇਹਨਾਂ ਨੇ, ਬਸ ਹੱਥੀਆਂ ਮੁੱਕੇ ਮਾਰੇ ਸੀ ਇਹਨਾਂ ਨੇ ਮੇਰੇ, ਮਤਲਬ ਬਹੁਤ ਬੁਰੀ ਤਰ੍ਹਾਂ ਮਾਰਿਆ ਸੀ, ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਕਦੀ ਹੱਥ ਨਹੀਂ ਲਾਇਆ ਫਿਰ। ਅੱਛਾ ਕਦੇ ਦਿਮਾਗ 'ਚ ਇਹ ਖਿਆਲ ਨਹੀਂ ਆਇਆ ਹੈਗਾ ਵੀ ਚੱਲ ਜਿੱਥੇ ਪਹਿਲਾਂ ਛੱਡਤਾ ਪਰਿਵਾਰ ਦੂਜਾ ਇਹ ਵੀ ਛੱਡ ਦਿੰਦੇ ਹਾਂ ਵੀ ਜ਼ਿੰਦਗੀ ਤਾਂ ਸਖਾਲੀ ਹੋ ਜੂਗੀ? ਖਿਆਲ ਤਾਂ ਮੇਰੇ ਐਂ ਆਇਆ ਸੀ ਵੀ ਇੱਕ ਪਹਿਲੇ ਵਿਆਹ 'ਚੋਂ ਜਵਾਕ ਸੀਗਾ ਹੈ ਨਾ, ਇੱਕ ਹੁਣ ਹੋਇਆ ਸੀ ਜਦੋਂ ਇਹਨਾਂ ਨਾਲ ਵਿਆਹ ਹੋਇਆ, ਫਿਰ ਮੈਨੂੰ ਐਂ ਸੀ ਮੈਂ 2 ਬੱਚੇ ਲੈ ਕੇ ਮਾਂ ਪਿਓ 'ਤੇ ਫਿਰ ਕਿਉਂ ਦਰ 'ਤੇ ਜਾ ਕੇ ਬੈਠਾ ਹੈ ਨਾ ਬੋਝ ਬਣ ਕੇ, ਵੀ ਉੱਥੇ ਵੀ ਹੁਣ ਅਕਸਰ ਭਰਾ ਭਰਜਾਈ ਵੀ ਉਹਦੇ ਬੱਚੇ ਸੀ, ਮੈਨੂੰ ਇਹ ਸੀ ਮੈਂ ਵੀ ਜਾ ਕੇ ਬਹਿ ਗਈ ਵਿੱਚ, ਉਨੀ ਕੁ ਜਗ੍ਹਾ ਆ ਘਰ 'ਚ ਹੈ ਨਾ, ਇੱਕ ਕਮਰਾ ਸੀ ਸਾਡੇ, ਅਤੇ ਮੈਂ ਕਿਹਾ ਐਵੇਂ ਮੈਂ ਕਿਉਂ, ਮੈਂ ਸਮਝੌਤਾ ਕਰ ਲਿਆ ਆਪਣੇ ਘਰ ਜਿਵੇਂ ਮਰਜ਼ੀ ਆ ਆਪਦੇ ਘਰ ਰਾਣੀ ਆ ਮੈਂ,
ਚਾਹੇ ਥੋੜੀ ਖਾ ਲਾ। ਮੈਨੂੰ ਮੇਰੇ ਮੰਮੀ ਡੈਡੀ, ਜੇ ਮੈਂ ਜਾਵਾਂ ਨਾ, ਮੇਰੇ ਮੰਮੀ ਡੈਡੀ ਭਾਵੇਂ ਮੈਨੂੰ ਕਹਿ ਦੇਣਗੇ ਵੀ ਤੂੰ ਇੰਨੀ ਦੇਰ ਤੱਕ ਸੁੱਤੀ ਪਈ ਆ, ਉੱਠਦੀ ਨਹੀਂ, ਇਸ ਬੰਦੇ ਨੇ ਮੈਨੂੰ ਅੱਜ ਤੀਕ ਨਹੀਂ ਆਵਾਜ਼ ਮਾਰੀ ਸੁੱਤੀ ਪੀ ਨੂੰ, ਇਹਨਾਂ ਚਾਹ ਵੀ ਮੈਨੂੰ ਬਣਾ ਕੇ ਬੈੱਡ ਤੇ ਦੇਣੀ ਇਹਨਾਂ ਨੇ। ਇਹ ਉਦੋਂ ਬਾਅਦ ਦੀ ਗੱਲ ਹੈ, ਸ਼ਰਾਬ ਛੱਡਣ ਦੇ ਪਹਿਲਾਂ? ਸ਼ਰਾਬ ਛੱਡਣ ਤੋਂ ਬਾਅਦ ਦੀ ਗੱਲ। ਅੱਛਾ, ਹੁਣ ਇੰਨਾ ਪਿਆਰ ਹੋ ਗਿਆ? ਹਾਂਜੀ, ਹੁਣ ਮੈਨੂੰ ਚਾਹ ਵੀ ਬੈੱਡ ਤੇ ਮਿਲਦੀ ਆ, ਇਹਨਾਂ ਨੇ ਮੈਨੂੰ ਕਦੀ ਆਵਾਜ਼ ਨਹੀਂ ਮਾਰਨੀ। ਸਗੋਂ ਮੇਰੀ ਬੀਬੀ ਸੱਸ ਮੇਰੀ ਆਊਗੀ, ਕਿਉਂਕਿ ਸੁੱਤੀ ਪਈ ਆ, ਕਹੂਗਾ ਠਾਈ ਨਾ ਉਹਨੂੰ, ਇੱਧਰ ਆ ਜਾ ਤੂੰ, ਬੀਬੀ ਨੂੰ ਕਹੂਗਾ, ਬੀਬੀ ਕਹਿੰਦੀ ਲੈ ਕੀ ਕਰਦਾ, ਕਿਉਂਕਿ ਉਹਨੂੰ ਆਵਾਜ਼ ਨਾ ਮਾਰੀ, ਉਹਨੂੰ ਪਈ ਰਹਿਣ ਦੇ, ਕਿਉਂਕਿ ਦਵਾਈ ਖਾਧੀ ਹੁੰਦੀ ਆ। ਕਿਉਂਕਿ ਕਈ ਵਾਰੀ ਮੈਨੂੰ ਮੇਰੇ ਜਦੋਂ ਵੀਰੇ ਮਤਲਬ ਸ਼ਰਾਬ ਇਹਨਾਂ ਨੇ ਛੱਡਤੀ, ਵਧੀਆ ਚਲੋ ਅਸੀਂ ਰਹਿਣ ਲੱਗ ਗਏ ਹੈ ਨਾ, ਉਸ ਤੋਂ ਬਾਅਦ ਇੱਥੋਂ ਤਾਂ ਮੈਂ ਸੌਖੀ ਹੋ ਗਈ, ਮਤਲਬ ਮੇਰੇ ਪੇਕਿਆਂ 'ਚੋਂ ਨਾ ਮੈਂ ਬਹੁਤ ਉੱਥੋਂ ਵੀ ਦੁੱਖ ਦੇਖਿਆ ਵਾ। ਮੇਰੀ ਭਾਬੀ ਦੀ ਡੈਥ ਹੋ ਗਈ, ਭਰਜਾਈ ਮੇਰੀ ਕਰੋਨਾ 'ਚ ਪੂਰੀ ਹੋ ਗਈ, ਉਹਦੇ ਦੋ ਬੱਚੇ ਆ ਛੋਟੇ ਛੋਟੇ। ਫਿਰ ਉਸ ਤੋਂ ਬਾਅਦ ਭਾਬੀ ਦੇ 2 ਸਾਲ ਬਾਅਦ ਉਸੇ ਮਹੀਨੇ 'ਚ ਮਈ 'ਚ ਮੇਰਾ ਭਰਾ ਦਾ ਐਕਸੀਡੈਂਟ ਹੋ ਗਿਆ ਵੀ, ਹਾਂ ਵੀ ਉਹ ਚਲਾ ਗਿਆ, ਮੇਰੇ ਤੋਂ ਛੋਟਾ ਸੀਗਾ। ਚੱਲ ਛੱਡ, ਕੋਈ ਨੀ, ਚੁੱਪ ਕਰ ਬਸ, ਛੱਡ ਕੋਈ ਨੀ। ਤੁਹਾਡਾ ਇਕਲੌਤਾ ਸਾਲਾ ਸੀ ਵੀਰੇ ਉਹ? ਹਾਂਜੀ, ਇਕੱਲਾ ਹੀ ਸੀ। ਸੌਰੀ ਵੀਰੇ। ਕੋਈ ਗੱਲ ਨੀ, ਕੋਈ ਗੱਲ ਨੀ, ਮੈਂ ਉਹ ਨਾਮ ਵੀ ਨਹੀਂ ਲੈ ਸਕਦੀ, ਮੈਂ ਉਹਦਾ ਨਾਮ ਵੀ ਲੈਣੀ, ਮੈਨੂੰ ਬਹੁਤ ਪਿਆਰਾ ਸੀ ਉਹ। ਤੁਹਾਡੇ 3 ਭੈਣਾਂ ਤੋਂ ਬਾਅਦ ਹੋਇਆ ਸੀ ਨਾ? ਮੇਰੇ ਤੋਂ ਬਾਅਦ ਹੋਇਆ ਸੀ, ਸਾਡੇ ਤੋਂ ਛੋਟੀ ਭੈਣ। ਤੁਸੀਂ 3 ਭੈਣ ਭਰਾ ਸੀ? ਹਾਂਜੀ, 4। 4 ਹੁਣ ਅਸੀਂ 3 ਭੈਣਾਂ ਹੀ ਰਹਿ ਗਈਆਂ। ਮਤਲਬ ਦੋ ਜਦੋਂ ਉਹਦੀ ਡੈਥ ਹੋਈ ਆ ਨਾ, ਬਾਈਕ ਤੋਂ ਡਿੱਗ ਗਿਆ ਉਹ, ਉਹਨੂੰ ਕਿਸੇ ਨੇ ਨਹੀਂ ਚੱਕਿਆ, ਉੱਥੇ ਪਿਆ ਰਿਹਾ। ਕਿਸੇ ਆਟੋ ਵਾਲੇ ਨੇ ਜਦੋਂ ਮਤਲਬ ਉਹਦੀ ਡੈਥ ਹੀ ਹੋ ਗਈ, ਉਹਨੂੰ ਚੱਕ ਕੇ ਸਿਵਲ 'ਚ ਉੱਥੇ ਦਾਖਲ ਕਰਾ ਤਾ, ਕਿਸੇ ਨੇ ਉਹਦੀ ਮਦਦ ਨਹੀਂ ਕਰੀਗੀ। 2 ਦਿਨ ਪਹਿਲਾਂ ਮੇਰੀ ਗੱਲ ਹੋਈ ਆ, ਮੈਨੂੰ ਕਹਿੰਦਾ ਭੈਣੇ ਮੈਂ ਤੈਨੂੰ ਛੱਡ ਸਕਦਾ, ਮੈਂ ਕਦੇ ਨਹੀਂ ਤੈਨੂੰ ਛੱਡਦਾ। ਹੁਣ ਵੀ ਉਹਦੀਆਂ ਗੱਲਾਂ ਮੇਰੀਆਂ ਕੰਨਾਂ 'ਚ ਗੂੰਜਦੀਆਂ ਨੇ। ਉਹਨੇ ਜ਼ਿਆਦਾ ਮੈਨੂੰ ਹਰਾਤ, ਉਸ ਤੋਂ ਬਾਅਦ ਹੀ ਮੈਨੂੰ ਮਤਲਬ ਡਿਪਰੈਸ਼ਨ ਦੀ ਦਵਾਈ ਚੱਲਣ ਲੱਗ ਗਈ ਮੇਰੀ। ਮਤਲਬ ਬਹੁਤ ਮੈਂ ਡਿਲੀਟ ਕਰਤਾ ਸੀ ਇੰਸਟਾਗ੍ਰਾਮ, ਮੈਂ ਬਣਾਉਂਦੀ ਸੀ ਪਹਿਲਾਂ ਵੀ ਰੀਲਾਂ, ਯੂਟਿਊਬ 'ਤੇ ਮੈਂ ਸਭ ਡਿਲੀਟ ਕਰਤਾ। ਮੈਂ ਕਿਹਾ ਮੇਰਾ ਭਰਾ ਮੁੱਕ ਗਿਆ, ਮੈਂ ਵੀ, ਮੈਂ ਕਿਹਾ ਮੇਰਾ ਕੁਛ ਨਹੀਂ ਰਿਹਾ। ਇਹਨਾਂ ਨੇ ਮੈਨੂੰ ਕਹਿਣਾ ਤੂੰ ਆਪਣੇ ਬੱਚੇ ਦੇਖ ਹੈ ਨਾ, ਵੀ ਉਹ ਤਾਂ ਚਲਾ ਗਿਆ, ਪਰ ਭਰਾ ਭਰਾ ਹੀ ਹੁੰਦੇ ਹੈ ਨਾ, ਦਿਨ ਤਿਉਹਾਰ 'ਤੇ ਵੀ ਯਾਦ ਆਉਂਦੇ ਆ। ਹੁਣ ਜਦੋਂ ਰੱਖੜੀ ਲੰਘਦੀ ਆ, ਕੋਈ ਹੋਰ ਤਿਉਹਾਰ ਹੁੰਦਾ, ਹੁਣ ਮੇਰੀ ਰਸੋਈ 'ਤੇ ਲੈਂਟਰ ਪਿਆ ਨਾ, ਉਸ ਦਿਨ ਮੈਂ ਬਹੁਤ ਰੋਈ, ਕਿਉਂਕਿ ਮੇਰਾ ਭਰਾ ਕਹਿੰਦਾ ਹੁੰਦਾ ਸੀਗਾ, ਉਹਦਾ ਸੁਪਨਾ ਸੀਗਾ ਮੈਨੂੰ, ਉਹਨੇ ਕਹਿਣਾ ਮੋਟੋ ਆਖੇ ਮੈਂ ਤੇਰਾ ਘਰ ਬਣਾ ਕੇ ਜਾਊਂਗਾ, ਮਹੀਨਾ ਰਹਿ ਕੇ ਤੇਰੀ ਰਸੋਈ ਪਾ ਕੇ ਦਊਂਗਾ, ਤੇਰੀ ਮੈਂ ਲੈਂਟਰ ਪਵਾ ਕੇ ਕਮਰਾ ਪੱਕਾ ਕਰਕੇ ਦਊਂਗਾ। ਉਹ ਮੈਨੂੰ ਜਦੋਂ ਗੱਲਾਂ ਯਾਦ ਆਉਂਦੀਆਂ ਫਿਰ ਬਹੁਤ ਮਨ ਦੁਖੀ ਹੁੰਦਾ ਵੀ ਉਹਦਾ ਅੱਧ ਵਿਚਾਲੇ ਸਭ ਕੁਛ ਛੱਡ ਗਿਆ। ਅੱਛਾ, ਹੁਣ ਤੁਹਾਡੇ ਭਰਾ ਦੇ ਬੇਟੇ ਰਹਿ ਗਏ? ਬੇਟਾ ਬੇਟੀ ਆ, ਉਹਦੇ 2 ਬੱਚੇ ਆ, ਕੁੜੀ ਮੁੰਡਾ। ਅੱਛਾ ਅੱਛਾ, ਇੱਕ ਗੱਲ, ਤੁਸੀਂ ਜਿਵੇਂ ਪਹਿਲਾਂ ਦੁੱਖ ਦੇਖ ਲਏ, ਫਿਰ ਉਦੋਂ ਬਾਅਦ ਥੋੜ੍ਹਾ ਸਖਾਲਾ ਟਾਈਮ ਤੁਹਾਡੇ 'ਤੇ ਆਇਆ, ਤਾਂ ਫਿਰ ਉਦੋਂ ਬਾਅਦ ਪੇਕਿਆਂ ਦੀ ਮਾਰ ਪਈ? ਹਾਂਜੀ, ਭਰਾ ਦਾ ਜ਼ਿਆਦਾ, ਮੈਨੂੰ ਮੇਰੇ ਭਾਬੀ ਦਾ, ਵੀਰੇ ਦਾ, ਕਿਉਂਕਿ ਮੈਂ ਤਾਂ ਇਹੀ ਕਹੂੰਗੀ ਹੈ ਨਾ, ਚਾਹੇ ਮੂੰਹੋਂ ਨਾ ਬੁਲਾਉਣ ਭਰਾ ਭਰਜਾਈਆਂ, ਜਿਵੇਂ ਜਿੱਥੇ ਵੀ ਸੌਖੇ ਰਹਿਣ, ਭਾਵੇਂ ਮੂੰਹੋਂ ਨਾ ਕਿਸੇ ਨਾਲ ਬੋਲਣ, ਵੀ ਰੱਬ ਉਹਨਾਂ ਨੂੰ ਦੁੱਖ ਨਾ ਇਹੋ ਜਿਹਾ ਦਿਖਾਵੇ ਭੈਣ ਭਰਾਵਾਂ ਦਾ ਕਿਸੇ ਨੂੰ। ਅੱਛਾ ਵੀਰੇ, ਫਿਰ ਤੁਹਾਨੂੰ ਇਹ ਗਲਤੀਆਂ ਦਾ ਅਹਿਸਾਸ ਹੋਇਆ, ਇਹ ਤਾਂ ਹੀ ਇਹਨਾਂ ਨਾਲ ਇੰਨਾ ਮੋਹ ਪ੍ਰੇਮ ਜਿਤਾਉਣਾ ਸ਼ੁਰੂ ਕਰਿਆ ਤੁਸੀਂ? ਹਾਂਜੀ, ਮੈਨੂੰ ਇਹ ਸੀ, ਮੈਂ ਕਿਹਾ ਵੀ ਇੰਨੀ ਦਾਰੂ ਪੀਂਦਾ ਰਿਹਾ ਵੀ ਮੈਨੂੰ ਇਹ ਛੱਡ ਕੇ ਉਦੋਂ ਨਹੀਂ ਗਈ, ਫਿਰ ਵੀ ਆ ਜਾਂਦੀ ਸੀ, ਮੇਰੇ ਇੱਕ ਆਵਾਜ਼ ਨਾਲ ਜੇ ਫੋਨ ਲਾਤਾ, ਇਹਨੇ ਕਹਿ ਦੇਣਾ ਆ ਜਾ ਕੋਈ ਨਹੀਂ, ਆ ਕੇ ਲੈ ਜਾ ਮੈਨੂੰ। ਅਤੇ ਹੁਣ ਰਿਸ਼ਤਾ ਚੰਗਾ ਤੁਹਾਡਾ? ਹਾਂ, ਵਧੀਆ। ਅੱਛਾ ਫਿਰ ਇਹ ਇੰਸਟਾਗ੍ਰਾਮ 'ਤੇ ਉਹ ਕਿਵੇਂ ਮਾਹੌਲ ਬਣਿਆ, ਇੰਸਟਾਗ੍ਰਾਮ 'ਤੇ ਤੁਹਾਡੀ ਫੈਨ ਫੋਲੋਇੰਗ ਕਿਵੇਂ ਬਣੀ?
ਇੰਸਟਾਗ੍ਰਾਮ ਤੇ ਮੇਰੇ 1500 ਫੋਲੋਵਰ ਸੀਗੇ ਪਹਿਲਾਂ ਬਣਾਉਂਦੇ ਸੀ ਹਾਂਜੀ ਬਣਾਉਂਦੀ ਸੀਗੀ ਮੈਂ ਰੀਲਾਂ ਉਹ ਮੈਨੂੰ ਪਹਿਲਾਂ ਇਹਦਾ ਪਤਾ ਨਹੀਂ ਸੀ ਸਾਲ ਕੁ ਹੋਇਆ ਮੈਨੂੰ ਬਣਾਉਂਦੀ ਨੂੰ ਸਾਲ ਡੇਢ ਸਾਲ ਤੇ ਮੈਨੂੰ ਇੰਸਟਾਗ੍ਰਾਮ ਬਾਰੇ ਮੈਂ ਟਿਕਟੋਕ ਬਣਾਉਂਦੀ ਸੀ ਟਿਕਟੋਕ ਤੇ ਅਸੀਂ ਮਤਲਬ ਟਿਕਟੋਕ ਤੇ ਪੂਰੀ ਵਾਇਰਲ ਹੋ ਗਈਆਂ ਜਦੋਂ ਵੀਡੀਓ ਬੈਨ ਹੋ ਗਿਆ 2019 ਚ ਸਾਡੀ ਵੀਡੀਓ ਵਾਇਰਲ ਹੋਈ ਉਹ ਬੈਨ ਹੋ ਗਿਆ ਉਸ ਤੋਂ ਬਾਅਦ ਇੰਸਟਾਗ੍ਰਾਮ ਤੇ ਮੈਨੂੰ ਕਿਸੇ ਨੇ ਦੱਸਿਆ ਹੈ ਨਾ ਕਹਿੰਦੇ ਇੱਥੇ ਵੀ ਰੀਲਾਂ ਬਣਦੀਆਂ ਮੈਂ ਬੈਠੀ ਰਹੀ ਮੈਂ ਨਹੀਂ ਬਣਾਇਆ ਕੁਛ ਵੀ ਪਹਿਲਾਂ ਫਿਰ ਮੈਨੂੰ ਜਦੋਂ ਇੰਸਟਾਗ੍ਰਾਮ ਦਾ ਪਤਾ ਲੱਗਾ ਮੈਂ ਰੀਲਾਂ ਸ਼ੁਰੂ ਕਰਤੀਆਂ ਮੈਨੂੰ ਇਹਦਾ ਪਤਾ ਨਹੀਂ ਸੀ ਕਿਵੇਂ ਬਣਦੀ ਹੈ ਮੇਰੀ ਛੋਟੀ ਭੈਣ ਨੇ ਸਮਝਾਇਆ ਕਹਿੰਦੀ ਇੱਦਾਂ ਇੱਦਾਂ ਰੀਲ ਪਾਉਂਦੇ ਆ ਮੈਂ ਕਿਹਾ ਠੀਕ ਆ ਮੈਂ ਰੀਲਾਂ ਪਾਉਣੀਆਂ ਸ਼ੁਰੂ ਕਰਤੀਆਂ ਅਤੇ ਨਹੀਂ ਵਾਇਰਲ ਹੋਈਆਂ ਫਿਰ ਥੋੜ੍ਹਾ ਕੁ ਚਿਰ ਪਹਿਲਾਂ ਮੀਨ ਮਤਲਬ ਜਿੱਦੇ ਰੀਲ ਵਾਇਰਲ ਹੋਈ ਜਦੋਂ ਮਤਲਬ ਆਹ ਰੀਲ ਮਤਲਬ ਤਿੰਨ ਹਫ਼ਤੇ ਪਹਿਲਾਂ ਹੈ ਨਾ 3 ਹਫ਼ਤੇ ਹੋਏ ਆ ਹਜੇ 3 ਹਫ਼ਤੇ ਪਹਿਲਾਂ ਜਦੋਂ ਅਸੀਂ ਰੀਲ ਪਾਈ ਇੱਕ ਮੈਂ ਅੱਕ ਗਈ ਮੈਂ ਕਿਹਾ ਸਭ ਕੁਝ ਡਿਲੀਟ ਕਰ ਦਿਉ ਹੈ ਨਾ ਮੈਂ 100 ਰੀਲਾਂ ਡਿਲੀਟ ਕਰਤੀਆਂ ਫਨੀ ਅਸੀਂ ਬਣਾਈਆਂ ਦੋਨਾਂ ਨੇ ਐਕਟਿੰਗ ਕਰਕੇ ਉਸ ਤੋਂ ਬਾਅਦ ਜਦੋਂ ਮੇਰੀ ਇੱਕ ਚੌਲਾਂ ਦੀ ਰੀਲ ਹੈ ਨਾ ਮੈਂ ਚੌਲ ਖਾਂਦੀ ਖਾਂਦੀ ਨੇ ਮੇਰੇ ਦਿਮਾਗ 'ਚ ਆਇਆ ਮੈਂ ਗਾਈਸ ਗਾਈਸ ਤਾਂ ਕਹਿੰਦੀ ਸੀ ਮੈਂ ਕਿਹਾ ਗਾਈਸ ਗਾਈਸ ਹੈਲੋ ਗਾਈਸ ਗਾਈਸ ਵੀਰੇ ਵੀਰਾ ਨਿਕਲ ਗਿਆ ਮੂੰਹ 'ਚ ਮੇਰੇ ਮੈਂ ਤਾਂ ਵੀਰਾ ਮੈਨੂੰ ਵਧੀਆ ਲੱਗਦਾ ਕਿਉਂਕਿ ਮੇਰਾ ਭਰਾ ਹੈ ਨਹੀਂ ਹੈ ਨਾ ਮੈਨੂੰ ਵੀਰਾ ਕਹਿਣਾ ਵਧੀਆ ਲੱਗਦਾ ਅਤੇ ਮੈਂ ਕਹਿੰਦਾ ਗਾਈਸ ਵੀਰੇ ਚੌਲ ਖਾ ਲਓ ਉਹ ਵੀਡੀਓ ਵਾਇਰਲ ਹੋ ਗਈ ਉਹ ਜਦੋਂ ਮੈਂ ਚੈੱਕ ਕੀਤੀ ਰੀਲ ਮੈਨੂੰ ਸਾਰਿਆਂ ਨੇ ਸੈਂਡ ਕੀਤੀਆਂ ਰੋਸਟ ਕੀਤੀਆਂ ਹੋਈਆਂ ਕਹਿੰਦੇ ਤੇਰੀ ਰੀਲ ਰੋਸਟ ਕਰੀ ਵੀ ਆ ਦੇਖ ਕਿਸੇ ਨੇ ਮੁੰਡਿਆਂ ਨੇ ਦੋ ਤਿੰਨ ਜਣੇ ਨੇ ਜਦੋਂ ਮੈਂ ਦੇਖਿਆ 5 ਮਿਲੀਅਨ ਮੈਂ ਹੈਰਾਨ ਹੋ ਗਈ ਮੇਰਾ ਇੰਨੀ ਖੁਸ਼ ਹੋਈ ਜਦੋਂ ਮੇਰੇ ਫੋਲੋਵਰ ਵੱਧ ਗਏ ਮੈਂ ਕਿਹਾ ਹਾਏ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ 10,000 ਫੋਲੋਵਰ ਹੋ ਗਏ ਆਪਣੇ 10K ਮੈਂ ਕਿਹਾ ਆਪਾਂ ਕੇਕ ਕੱਟੀਏ ਇਹ ਕਹਿੰਦੇ ਨਹੀਂ ਹਜੇ ਆਪਣੇ ਕੋਲ ਪੈਸੇ ਨਹੀਂ ਸਾਡੇ ਕੋਲ ਪੈਸੇ ਵੀ ਹੈ ਨਹੀਂ ਸੀ ਕੇਕ ਕੱਟਣ ਨੂੰ ਇਹ ਕਹਿੰਦੇ ਪੈਸਾ ਨਹੀਂ ਤੇ ਲੈ ਮਨਪ੍ਰੀਤ ਆਪਣੇ ਖੰਡ ਚਾਹ ਤਾਂ ਘਰੇ ਹੈ ਨਹੀਂ ਗੀ ਹੈ ਨਾ ਆਪਾਂ ਕੇਕ ਕੱਟਦੇ ਸੋਹਣੇ ਲੱਗਦੇ ਹਾਂ ਅਤੇ ਮੈਂ ਕਿਹਾ ਚਲੋ ਠੀਕ ਆ ਕਹਿੰਦੇ ਦਵਾਈ ਨੂੰ ਤੇਰੀ ਨੂੰ ਪੈਸੇ ਨਹੀਂ ਫਿਰ ਸਾਨੂੰ ਮੈਸੇਜ ਆਇਆ ਬਾਹਰੋਂ ਕਿਸੇ ਦਾ ਅਤੇ ਕਮੈਂਟ ਕੀਤਾ ਕਹਿੰਦੇ ਮਾੜਾ ਜਿਹਾ ਗੱਲ ਕਰੋ ਮਨਪ੍ਰੀਤ ਤੁਹਾਨੂੰ ਮੈਸੇਜ ਨਹੀਂ ਹੁੰਦਾ ਪਿਆ ਮੈਂ ਉਹਨਾਂ ਦੀ ਆਈਡੀ ਚੱਕੀ ਮੈਂ ਕਿਹਾ ਹਾਂਜੀ ਵੀਰੇ ਅਤੇ ਉਹ ਮੈਨੂੰ ਕਹਿੰਦੇ ਆਖੇ ਆਪਣਾ ਅਕਾਊਂਟ ਨੰਬਰ ਭੇਜ ਭੈਣੇ ਮੈਂ ਕਿਹਾ ਠੀਕ ਆ ਵੀਰੇ ਮੁੰਡਾ ਸੀਗਾ ਅਮਰੀਕਾ ਤੋਂ ਅਤੇ ਮੈਂ ਉਹਨਾਂ ਨੂੰ ਅਕਾਊਂਟ ਭੇਜਤਾ ਉਹਨਾਂ ਨੇ 7,000 ਰੁਪਇਆ ਸਾਡੇ ਖਾਤੇ 'ਚ ਪਾ ਤਾ ਅਤੇ ਮੈਨੂੰ ਕਹਿੰਦਾ ਲੈ ਭੈਣੇ ਜੋ ਮਰਜ਼ੀ ਲੈ ਲਾ ਚੱਲ ਦਵਾਈ ਬੂਟੀ ਲਿਆ ਫਿਰ ਅਸੀਂ ਸ਼ਹਿਰ ਗਏ ਅਸੀਂ ਦਵਾਈ ਲਿਆਂਦੀ ਫਿਰ ਮੁੰਡੇ ਨੂੰ ਸੂਟ ਲਿਆ ਕੇ ਦਿੱਤੇ ਇਹਦੇ ਕੋਲ ਸੂਟ ਹੈ ਨਹੀਂ ਸੀ ਮੇਰੇ ਕੋਲ ਹੈ ਨਹੀਂ ਸੀ ਵਧੀਆ ਮੈਂ ਵਧੀਆ ਸੂਟ ਲਿਆਈ ਸਾਡੇ ਵਿਆਹ ਸੀਗਾ ਘਰ ਦੇ ਵਿੱਚ ਅਤੇ ਅਸੀਂ ਪਹਿਲਾਂ ਜਾਣੀ ਇਹੀ ਸੋਚੀ ਜਾਂਦੇ ਸੀ ਅਸੀਂ ਕਿੱਥੋਂ ਕਰਾਂਗੇ ਸਾਡੇ ਕੋਲ ਕੱਪੜੇ ਹੈ ਨਹੀਂ ਨਾ ਇਹਨਾਂ ਕੋਲ ਮੇਰੇ ਮੈਂ ਵੀ ਵੀਰੇ ਸਹੀ ਦੱਸਾਂ ਮੈਂ ਮਤਲਬ ਭੈਣਾਂ ਨੇ ਦੇ ਦੇਣੇ ਟਾਈਮ ਪਾਸ ਕਰਿਆ ਮੈਂ ਕਦੀ ਮੰਮੀ ਨੇ ਦੇ ਦੇਣਾ ਸੂਟ ਬਣਾ ਕੇ ਇਹਨਾਂ ਦੇ ਵੱਲੋਂ ਤਾਂ ਇੱਧਰੋਂ ਤਾਂ ਘਰ ਦਾ ਹੀ ਚੱਲਦਾ ਸੀ ਸਾਡਾ ਗੁਜ਼ਾਰਾ ਆ ਮੈਂ ਕੱਪੜਾ ਨਹੀਂ ਕਦੀ ਖਰੀਦਿਆ ਸੀ ਮੇਰੀਆਂ ਭੈਣਾਂ ਦੇ ਦਿੰਦੀਆਂ ਸੀਗੀਆਂ ਸਹੇਲੀਆਂ ਦੇ ਦਿੰਦੀਆਂ ਸੀ ਪਾ ਲੈਂਦੀ ਸੀ ਟਾਈਮ ਪਾਸ ਕਰ ਲੈਂਦੀ ਸੀਗੀ ਅਤੇ ਨਾ ਮੈਨੂੰ ਸ਼ੌਂਕ ਹੀ ਸੀਗਾ ਵੀ ਮੈਂ ਇੱਦਾਂ ਕੱਪੜੇ ਰਿਵਾਜ਼ ਆ ਗਿਆ ਮੈਂ ਉਹ ਬਣਾ ਲਵਾਂ ਆਹ ਬਣਾ ਲਵਾਂ ਨਾ ਮੈਂ ਜਿਹੋ ਜਿਹੇ ਹੈਗੇ ਮੈਂ ਉਹ ਪਾ ਕੇ ਮੈਂ ਉਹਦੇ 'ਚ ਟਾਈਮ ਪਾਸ ਕੀਤਾ ਅੱਛਾ ਹਾਂਜੀ ਉਹ ਤੁਹਾਡੀ ਰੀਲ ਉਹ ਤੁਹਾਡਾ ਇੱਕ ਡਾਇਲੋਗ ਹੀ ਬਹੁਤ ਮਸ਼ਹੂਰ ਹੋ ਗਿਆ ਹਾਂ ਗਾਇਸ ਬੋਲਦੇ ਵੀ ਬਹੁਤ ਸੋਹਣਾ ਤੁਸੀਂ ਬਣੇ ਗਾਇਸ ਵੀਰੇ ਉਹ ਸਹੀ ਗੱਲ ਆ ਉਹ ਸਾਰਿਆਂ ਨੇ ਪਸੰਦ ਕੀਤਾ ਮੈਨੂੰ ਸਾਰੇ ਫੋਨ ਕਰਦੇ ਕਹਿੰਦੇ ਪਾਕਿਸਤਾਨ 'ਚ ਜੰਮੂ ਦੂਰ ਦੂਰ ਤੱਕ ਮੈਨੂੰ ਮੈਸੇਜ ਆਉਂਦੇ ਆ ਕਹਿੰਦੇ ਅਸੀਂ ਤੁਹਾਡੀ ਵੀਡੀਓ ਸਾਡੇ ਸਾਰੇ ਗਾਇਸ ਵੀਰੇ ਹੀ ਕਹਿੰਦੇ ਇੱਕ ਦੂਜੇ ਨੂੰ ਬਾਹਰੋਂ ਵੀ ਕੋਈ ਕਰਦਾ ਨਾ ਮੈਸੇਜ ਕੁੜੀਆਂ ਕਹਿਣਗੀਆਂ ਭੈਣੇ ਅਸੀਂ ਤਾਂ ਇੱਥੇ ਜੋਬ 'ਤੇ ਵੀ ਇੱਕ ਦੂਜੇ ਨੂੰ ਗਾਇਸ ਵੀਰੇ ਹੀ ਕਹਿੰਦੇ ਆ ਅੱਛਾ ਬਈ ਤੁਹਾਨੂੰ ਪਿੰਡ ਵਾਲਿਆਂ ਨੇ ਨਹੀਂ ਆਖਿਆ ਵੀ ਯਾਰ ਤੇਰੀ ਘਰ ਵਾਲੀ ਵੀਡੀਓ ਬਣਾਉਂਦੀ ਹੈਗੀ ਹਾਂ ਨਹੀਂ ਬਹੁਤ ਆਖਿਆ ਸੀ ਪਹਿਲਾਂ ਆਉਂਦੇ ਰਹੇ ਆ ਮੈਂ ਕਿਹਾ ਵੀ ਕੋਈ ਗੱਲ ਨਹੀਂ ਆਖੀ ਜਾਂਦੇ ਮੈਨੂੰ ਕਿਸੇ ਬੰਦੇ ਨੇ ਕਿਹਾ ਸੀ ਉਹਦਾ ਜੇ ਕੋਈ ਇੱਕ ਦਿਨ ਟਾਈਮ ਇਹੋ ਜਾਊਗਾ ਆਉਂਦਾ ਵਧੀਆ ਕੰਮ ਬਣ ਜੂਗਾ ਮੰਨ ਲਾ ਹੁਣ ਤਾਂ ਵੀ ਇੱਕ ਟਾਈਮ ਪਾਸ ਹੀ ਸੀ ਭੁੱਖੇ ਮਰਨ ਵਾਲਾ ਹੀ ਕੰਮ ਸੀ ਜੇ ਦੁੱਧ ਲਿਆਂਦਾ ਖੰਡ ਨਹੀਂ ਖੰਡ ਚਾਹ ਨਹੀਂ ਕੋਈ ਨਾ ਕੋਈ ਚੀਜ਼ ਘਟੀ ਰਹਿੰਦੀ ਸੀ ਉਹ ਮੈਨੂੰ ਤਾਂ ਰੀਲਾਂ ਪਾਈ ਜਾਂਦੇ ਕਿਤੇ ਨਾ ਕਿਤੇ ਤੁਹਾਡਾ ਟਾਈਮ ਮਹਾਰਾਜ ਨੇ ਜਿੱਦੇ ਹੱਥ ਰੱਖਿਆ ਨਾ ਸਿਰ 'ਤੇ ਉਹਦੇ ਬਦਲ ਜਾਣਾ ਕਈ ਤਾਂ ਖੁਸ਼ ਨੇ ਕਈ ਦੁਖੀ ਨੇ
ਵੀ ਰੀਲ ਵਾਇਰਲ ਹੋ ਗਈ ਇਹ ਸੋਖ ਪਹਿਲਾਂ ਭੁੱਖੇ ਮਰਦੇ ਸੀ ਹੁਣ ਸੌਖੀ ਰੋਟੀ ਖਾਂਦੇ ਆ ਕਈ ਦੁਖੀ ਵੀ ਆ ਵੀਰੇ ਸਹੀ ਗੱਲ ਹੈ ਸੱਚਾਈ ਆ ਪਰ ਆਪਾਂ ਨੂੰ ਤੁਸੀਂ ਦੁੱਖ ਵੀ ਬਹੁਤ ਦੇਖੇ ਹਾਂਜੀ ਬਹੁਤ ਮੈਂ ਕਹਿੰਦੀ ਹਾਂ ਦੁਖੀ ਸਭ ਦੁਨੀਆ ਆ ਸਾਰੇ ਦੁਖੀ ਆਪਾਂ ਜੇ ਦੇਖੇ ਨਾ ਪਰ ਮੈਂ ਕਹਿੰਦੀ ਹਾਂ ਪਰ ਮੇਰੇ ਜਿਹਦੇ ਤਨ ਤੇ ਲੱਗੀਆਂ ਕਹਿੰਦੇ ਉਹੀ ਜਾਣੇ ਹਨਾ ਦੁੱਖ ਬਹੁਤ ਦੇਖੇ ਸਾਡਾ ਸ਼ੋਰ ਬਿਮਾਰ ਹੋ ਗਿਆ ਸੀ ਇਹ ਵੀ ਮੈਨੂੰ ਤਾਂ 7 ਸਾਲ ਹੋ ਗਏ ਕਿ 8 ਨੂੰ ਮੇਰੇ ਦਾਰੂ ਛੱਡਣ ਤੋਂ ਕੁਛ ਚਿਰ ਪਹਿਲਾਂ ਉਦੋਂ ਵੀ ਅਸੀਂ ਥਾਂ ਜਿਹੜਾ ਸੀ ਨਾ ਲੰਮਾ ਜ਼ਿਆਦਾ ਸੀ ਅੱਧਾ ਥਾਂ ਵੇਚ ਕੇ ਇਹਦਾ ਇਲਾਜ ਕਰਾਇਆ ਅੱਛਾ ਤੁਹਾਡੇ ਬੇਟੇ ਦਾ ਹਾਂਜੀ ਉਹਦੇ 'ਤੇ ਖੂਨ ਲੈਟਰੀਨ ਰਾਹੀਂ ਖੂਨ ਆਉਂਦਾ ਸੀ ਡਾਕਟਰ ਨੇ ਦਵਾਈ ਦਿੱਤੀ 1000 ਰੁਪਈਏ ਦੇ ਲੈ ਕੇ ਮੁੜਿਆ ਏ ਅਤੇ ਖੂਨ ਫਿਰ ਨਾ ਬੰਦ ਆਇਆ ਫਿਰ ਆਉਂਦੇ ਦਾਖਲ ਕਰਨਾ ਪੈਣਾ ਦਾਖਲ ਕਰਨ ਨੂੰ ਪੈਸੇ ਹੈ ਨਾ ਕਿਉਂਕਿ 1000 ਰੁਪਈਆ ਸੀਗਾ ਉਹਦੇ ਨਾਲ ਦਵਾਈ ਲਿਆਏ ਫਿਰ ਥਾਂ ਵੇਚ ਕੇ ਉਹ ਵੀ ਬੇਈਮਾਨੀਆਂ ਹੋਈਆਂ ਘਾਟੇ ਨਾਲ ਹੀ ਵਿਕਿਆ ਚੱਲ ਚੋਰ ਬਚ ਗਿਆ ਆਪਾਂ ਨੂੰ ਤਾਂ ਇਹ ਆ ਵੀ ਚੱਲ ਮੈਂ ਅਸੀਂ ਕਿਹਾ ਜਵਾਕ ਬਚ ਜੇ ਹਾਂ ਵੀ ਜਾਇਦਾਦ ਤਾਂ ਤੁਸੀਂ ਇਹਨਾਂ ਨੂੰ ਕਦੇ ਹੁਣ ਕਹਿੰਦੇ ਹੁੰਦੇ ਹੋ ਵੀ ਤੂੰ ਮੇਰਾ ਉਹ ਵਕਤ ਸਾਥ ਨਹੀਂ ਛੱਡਿਆ ਹੈਗਾ ਹਨਾ ਜੇ ਕੋਈ ਹੋਰ ਔਰਤ ਹੁੰਦੀ ਤਾਂ ਉਹ ਛੱਡ ਕੇ ਚਲੀ ਜਾਂਦੀ ਜਿਸ ਹਿਸਾਬ ਨਾਲ ਮੈਂ ਤਸ਼ੱਦਦ ਕਰੇ ਤੇ ਮੈਂ ਇਹ ਗੱਲ ਮੈਂ ਹੁਣ ਮੰਨਦਾ ਗਲਤੀ ਮੈਂ ਮੰਨਦਾ ਹੁਣ ਅੱਜ ਵੀ ਮੈਂ ਭਾਂਡੇ ਮਾਂਜਦਾ ਕਿਉਂਕਿ ਇਹ ਤੋਂ ਕੰਮ ਨਹੀਂ ਹੁੰਦਾ ਜੋ ਵੀ ਕੰਮ ਆ ਸਾਰਾ ਬੋਕਰ ਝਾੜੂ ਸਭ ਮੈਂ ਕਰਦਾ ਲੋਕ ਮੈਨੂੰ ਝੇਡਾਂ ਕਰਦੇ ਆ ਵੀ ਯਾਰ ਇਹ ਜਨਾਨੀ ਤੋਂ ਕੰਮ ਨਹੀਂ ਕਰਾਉਂਦਾ ਆਪ ਕਰ ਮੈਂ ਕਿਹਾ ਵੀ ਉਹਦੇ ਪ੍ਰੇਸ਼ਨ ਹੋਏ ਉਹ ਕਰਨ ਯੋਗੀ ਕੁਛ ਨਹੀਂ ਗੀ ਵੀ ਜੇ ਉਹ ਕਰੂਗੀ ਟੀਕਾ ਲਵਾਉਣਾ ਪਊਗਾ ਉੱਥੇ ਹੀ ਗੱਲ ਆ ਜਾਣੀ ਇਹਦੇ ਨਾਲੋਂ ਮੈਂ ਹੀ ਉਹਦੇ ਨਾਲ 2 ਮਿੰਟ ਲਾ ਕੇ ਭਾਂਡੇ ਭੁੰਡੇ ਨਵੇੜ ਦਿੰਦਾ ਮੈਂ ਅੱਛਾ ਇਹ ਭਾਂਡੇ ਕੱਪੜੇ ਸਾਰੇ ਇਹ ਔਰਤਾਂ ਵਾਲੇ ਕੰਮ ਆਪ ਕਰਦੇ ਵੀ ਇਹ ਕਰਦੇ ਇਹ ਗੱਲ ਹੈ ਕੱਪੜੇ ਵੀ ਇਹੀ ਤੋਂ ਕਿਉਂਕਿ ਮੇਰੇ ਨਾ ਕਈ ਵਾਰੀ ਦਰਦ ਸ਼ੁਰੂ ਹੋ ਜਾਂਦਾ ਪੇਟ 'ਚ ਬਹੁਤ ਜ਼ਿਆਦਾ ਕਈ ਵਾਰੀ ਮੇਰਾ ਅੱਧਾ ਸਿਰ ਦੁਖਣ ਲੱਗ ਜਾਂਦਾ ਇੱਕ ਮੈਨੂੰ ਸਾਹ ਜਦੋਂ ਨਾ ਮੇਰਾ ਸਾਹ ਚੜ੍ਹ ਜਾਂਦਾ ਮੇਰੀਆਂ ਨਾੜਾਂ ਟੱਪਾ ਲੱਗ ਜਾਂਦੀ ਧੜਕਣ ਵੱਧ ਜਾਂਦੀ ਆ ਜਦੋਂ ਧੜਕਣ ਵੱਧ ਜਾਂਦੀ ਆ ਫਿਰ ਮੈਨੂੰ ਡਾਕਟਰ ਨੇ ਵੀ ਕਿਹਾ ਵੀ ਧੜਕਣ ਨਹੀਂ ਵਧਣ ਦੇਣੀ ਜ਼ਿਆਦਾ ਧੜਕਣ ਵੱਧ ਜਾਂਦੀ ਆ ਮੇਰੀ ਫਿਰ ਹਾਰਟ ਬੀਟ ਫਿਰ ਮੇਰੇ ਤੋਂ ਮੈਨੂੰ ਇਹ ਹੁੰਦਾ ਵੀ ਮੈਂ ਮੈਂ ਪੈ ਜਾਂ ਮੈਂ ਕੁਛ ਨਾ ਕਰਾਂ ਫਿਰ ਇਹ ਮੈਨੂੰ ਆਪ ਹੀ ਕਹਿ ਦਿੰਦੇ ਆ ਵੀ ਨਹੀਂ ਤੂੰ ਕਿ ਵੈਸੇ ਤਾਂ ਮੈਂ ਹੀ ਕਰਦੀ ਹਾਂ ਕਿਤੇ ਜਦੋਂ ਮੇਰੀ ਜ਼ਿਆਦਾ ਹਾਲਤ ਖਰਾਬ ਹੋ ਜਾਂਦੀ ਹੈ ਇਹੀ ਕਰਦੇ ਇਹਨਾਂ ਨੇ ਕੱਪੜੇ ਤਾਂ ਇਹਨਾਂ ਕੱਪੜੇ ਇਹੀ ਧੋਂਦੇ ਆ ਕਿਉਂਕਿ ਮੈਂ ਤਾਂ ਹੁੰਦਾ ਹੀ ਕੱਪੜੇ ਤਾਂ ਮੈਂ ਧੋ ਹੀ ਨਹੀਂ ਸਕਦੀ ਮਸ਼ੀਨ ਭਾਂਡੇ ਵੀ ਇਹੀ ਮਾਂਜਦੇ ਭਾਂਡੇ ਵੀ ਇਹੀ ਮਾਂਜਦੇ ਫਿਰ ਲੋਕ ਟੱਚਰਾਂ ਨਹੀਂ ਕਰਦੇ ਭਾਂਡੇ ਤੁਹਾਨੂੰ ਕਰਦੇ ਆ ਆਪਦੇ ਘਰ ਦੇ ਹੀ ਕਹਿ ਦਿੰਦੇ ਆ ਲੈ ਇਹ ਭਾਂਡੇ ਮਾਂਜਦਾ ਆ ਭੈੜਾ ਲੱਗਦਾ ਆ ਵੀਡੀਓ 'ਚ ਵੀ ਦਿਖਾਉਂਦਾ ਆ ਊਂ ਮਾਂਜੀ ਜਾਵੇ ਆਖੇ ਲੋਕਾਂ ਨੂੰ ਦਿਖਾਵੇ ਦਿਖਾਉਂਦਾ ਆ ਅਤੇ ਭਾਂਡੇ ਧੋਂਦਾ ਮੈਂ ਕਿਹਾ ਫਿਰ ਕੀ ਹੋ ਗਿਆ ਜੇ ਧੋਂਦੇ ਆ ਸਾਡੇ ਕਿਹੜਾ ਕਰਨ ਵਾਲਾ ਕੋਈ ਹੋਰ ਅੱਜ ਜ਼ਿੰਦਗੀ ਸਿਖਾਲੀ ਹੈ ਭੈਣੇ ਫਿਰ ਬਹੁਤ ਮੈਂ ਕਹਿੰਦੀ ਹਾਂ ਵਾਹਿਗੁਰੂ ਜੀ ਦਾ ਮੈਂ ਇੰਨਾ ਸ਼ੁਕਰ ਕਰਦੀ ਹਾਂ ਸਾਡੇ ਦਿਨ ਫੇਰੇ ਵੀਰੇ ਇੰਨਾ ਦੁੱਖ ਦੇਖਿਆ ਇੰਨਾ ਔਖਾ ਟਾ ਮੈਂ ਕਹਿੰਦੀ ਜਿੱਦਾਂ ਸਾਡੇ ਦਿਨ ਫੇਰੇ ਆ ਸਭ ਦੇ ਫੇਰੇ ਮਾਲਕ ਚਲੋ ਕਿਸੇ ਨੂੰ ਦੁੱਖ ਨਾ ਦਿਖਾਵੇ ਹੁਣ ਜ਼ਿੰਦਗੀ ਪਟੜੀ ਤੇ ਆਉਣ ਲੱਗ ਗਈ ਪਟੜੀ ਤੇ ਆਉਣ ਲੱਗੀ ਹੁਣ ਮੇਰੇ ਸ਼ੌਂਕ ਪੂਰੇ ਹੁੰਦੇ ਪਏ ਆ ਮੇਰਾ ਰਸੋਈ ਦਾ ਚਾਅ ਸੀ ਉਹ ਪੂਰਾ ਹੁੰਦਾ ਪਿਆ ਵਾ ਚਲੋ ਭੈਣੇ ਬੇਨਤੀ ਤਾਂ ਅਸੀਂ ਇਹੀ ਕਰਦੇ ਹਾਂ ਕਿ ਜਿਹੜੇ ਲੋਕ ਇਹ ਇੰਟਰਵਿਊ ਦੇਖਦੇ ਹਨਾ ਤੁਹਾਡੇ ਨਾਲ ਸੰਪਰਕ ਕਰਨ ਜਾ ਸਕਦੇ ਹਨਾ ਹਾਂਜੀ ਤੇ ਤੁਸੀਂ ਹੋਰ ਖੁਸ਼ੀਆਂ ਮਾਣੋ ਹੋਰ ਆਪਦੇ ਸ਼ੌਂਕ ਪੂਰੇ ਕਰ ਸਕੋ ਹਨਾ ਤੇ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਅੱਛਾ ਇੱਕ ਮੈਨੂੰ ਹੋਰ ਗੱਲ ਦੱਸਿਓ ਕਿ ਕਦੇ ਇਹ ਪਰਮਾਤਮਾ ਨਾਲ ਗਲਾ ਸ਼ਿਕਵਾ ਹੋਇਆ ਇੰਨੀਆਂ ਸੱਟਾਂ ਇੱਕ ਬੰਦੇ ਨੇ ਜਰ ਜਾਣੀਆਂ ਇੰਨੀਆਂ ਸੱਟਾਂ ਬੰਦੇ ਤੇ ਲੱਗ ਜਾਣੀਆਂ ਨਹੀਂ ਮੈਂ ਵੀਰੇ ਮੈਨੂੰ ਹੋਰ ਕੋਈ ਮੈਂ ਇੰਨਾ ਮੈਂ ਆਪਣੇ 'ਤੇ ਵੀ ਜਿਹੜਾ ਮੈਨੂੰ ਦੁੱਖ ਆਇਆ ਬਸ ਇੱਕ ਮੈਨੂੰ ਇਹੀ ਗਿਲਾ ਆਇਆ ਵੀ ਮੇਰਾ ਭਰਾ ਕਿਉਂ ਚਲਾ ਗਿਆ ਚਲੋ ਮੈਨੂੰ ਸੱਚੀ ਇਹੀ ਆ ਬਸ ਵੀ ਉਹ ਨਾ ਜਾਂਦਾ ਚਲੋ ਹੋਰ ਭੈਣੇ ਤੁਹਾਡੇ ਬਹੁਤ ਭਰਾ ਬਣ ਜਾਣਗੇ ਹਨਾ ਬਹੁਤ ਭੈਣ ਭਰਾਵਾਂ ਮਿਲੇ ਆ ਹਾਂਜੀ ਬਹੁਤ ਸਾਰੇ ਕਹਿੰਦੇ ਅਸੀਂ ਤੇਰੇ ਭਰਾ ਆ ਮੈਨੂੰ ਬਹੁਤ ਚੰਗਾ ਲੱਗਦਾ ਹਨਾ ਜਦੋਂ ਸਾਰੇ ਕਹਿੰਦੇ ਆ ਵੀ ਅਸੀਂ ਤੇਰੇ ਵੀਰ ਆ ਹਨਾ ਬੈਠੇ ਕਮੈਂਟਾਂ 'ਚ ਵੀ ਮੈਨੂੰ ਬਹੁਤ ਕਮੈਂਟ ਆਉਂਦੇ ਇੱਦਾਂ ਦੇ ਵੀ ਅਸੀਂ ਤੇਰੇ ਭਰਾ ਵਾਂ ਤੂੰ ਚਿੰਤਾ ਨਾ ਕਰ ਅਤੇ ਬਾਕੀ ਜਿਹੜਾ ਉਹ ਸੀਗਾ ਉਹ ਹੀ ਸੀਗਾ ਹਨਾ ਪਰ ਫਿਰ ਵੀ ਚਲੋ ਅਗਲੇ ਹੌਸਲਾ ਦਿੰਦੇ ਆ ਹਨਾ ਤੁਹਾਡੀ ਇੰਟਰਵਿਊ ਦੇਖ ਕੇ ਬਹੁਤ ਸਾਰੇ ਲੋਕਾਂ 'ਤੇ ਜਿਹੜੀ ਥੋੜ੍ਹਾ ਲੋਕਾਂ ਨੂੰ ਲੱਗਦਾ ਕਿ
ਇਸ ਤਰੀਕੇ ਦੀ ਵੀਡੀਓ ਬਣਾਉਂਦੀਆਂ। ਮੈਨੂੰ ਲੱਗਦਾ ਕਿ ਸਾਨੂੰ ਵੀ ਇਹੀ ਗੱਲ ਲੱਗਦੀ ਹੈ ਕਿਤੇ ਨਾ ਕਿਤੇ ਇਹ ਛਵੀ ਜ਼ਰੂਰ ਲੋਕਾਂ ਸਾਹਮਣੇ ਸਾਫ਼ ਹੋਊਗੀ, ਹੈ ਨਾ, ਵੀ ਕਿ ਦਰਦ ਭੁਲਾਉਣ ਲਈ, ਦੁੱਖ ਭੁਲਾਉਣ ਲਈ ਤੁਸੀਂ ਇਹ ਵੀਡੀਓ ਬਣਾਉਣ ਲੱਗੇ, ਹੈ ਨਾ, ਅਤੇ ਕਿਵੇਂ ਤੁਸੀਂ ਕਿਹੜੀਆਂ ਕਿਹੜੀਆਂ ਤੰਗੀਆਂ ਤੁਰਸ਼ੀਆਂ 'ਚੋਂ ਲੰਘੇ ਅਤੇ ਕਿਵੇਂ ਅੱਜ ਚੰਗੀ ਜ਼ਿੰਦਗੀ ਜੀ ਸਕੇ, ਹੈ ਨਾ। ਹਾਂਜੀ, ਇਹ ਮੈਨੂੰ ਇਸ ਲਈ ਨਹੀਂ ਰੋਕਦੇ, ਇਹ ਮੈਨੂੰ, ਮੈਂ ਕਿਉਂਕਿ ਮੈਂ ਬਾਹਰ ਵੀ ਨਹੀਂ ਕਿਸੇ ਦੇ ਕੋਲ ਜਾਂਦੀ, ਮੈਂ ਘਰ ਹੀ ਰਹਿੰਦੀ ਹਾਂ, ਮੈਂ ਬਾਹਲਾ ਕਿਸੇ ਦੇ ਕੋਲ ਬਹਿੰਦੀ ਨਹੀਂ, ਖੜ੍ਹਦੀ, ਆਪਣਾ ਅੰਦਰ ਪਈ ਰਹਿੰਦੀ, ਦਵਾਈ ਖਾਧੀ ਪੈਗੀ, ਤਾਂ ਮੈਂ ਇਹ ਮੈਨੂੰ ਕਹਿੰਦੇ ਬਸ ਤੂੰ ਟੈਨਸ਼ਨ ਨਹੀਂ ਲੈਣੀ ਹੈਗੀ, ਤੂੰ ਵੀਡੀਓ ਬਣਾ ਜਿਵੇਂ ਦੀ ਮਰਜ਼ੀ ਬਣਾ, ਬਸ ਇੰਨਾ ਵੀ ਕੋਈ ਸ਼ਿਕਾਇਤ ਲਾਂਭਾ ਨਹੀਂ ਆਉਣਾ ਚਾਹੀਦਾ। ਮੈਂ ਕਿਹਾ ਉਹ ਅੱਜ ਤੀਕ ਆਇਆ ਵੀ ਨਹੀਂ ਇੰਨਾ, ਮੇਰਾ ਕੋਈ ਇਹਨਾਂ ਨੂੰ ਲਾਂਭਾ। ਇਹ ਤੁਸੀਂ ਡਿਪਰੈਸ਼ਨ 'ਚੋਂ ਨਿਕਲਣ ਲਈ ਇਹ ਰਾਹ ਚੁਣਿਆ? ਹਾਂ, ਬਸ ਮੈਂ ਜਦੋਂ ਇਕੱਲੀ ਪਈ ਸੋਚੀ ਜਾਂਦੀ ਰਹਿੰਦੀ ਸੀ, ਰੋਈ ਜਾਂਦੀ ਸੀ, ਮੇਰੀ ਭੈਣਾਂ ਵੀ ਕਹਿਣ ਲੱਗੀ, ਵੱਡੀ ਭੈਣ ਦੀਦੀ ਨੇ ਕਹਿਣਾ ਮੀਨੂੰ ਤੂੰ ਵੀਡੀਓ ਬੰਦ ਕਰਤੀਆਂ, ਕੋਈ ਨਹੀਂ ਪੁੱਤ ਤੂੰ ਬਣਾ, ਤੈਨੂੰ ਤੂੰ ਕਿਹੜਾ ਗਲਤ ਵੀਡੀਓ ਬਣਾਉਂਦੀ ਆ, ਕੋਈ ਗਲਤ ਮੈਸੇਜ ਦਿੰਦੀ ਆ ਕਿਸੇ ਨੂੰ, ਫਨੀ ਵੀਡੀਓ ਹੁੰਦੀਆਂ ਹਾਸੇ ਵਾਲੀਆਂ ਆਪਾਂ ਬਣਾਉਂਦੇ ਹਾਂ ਵੀਰੇ, ਵਧੀਆ ਆਪਾਂ ਆਪਣਾ ਸਰੀਰ ਢੱਕ ਕੇ ਕੋਈ ਕਿਸੇ ਨੂੰ ਕੋਈ ਉਹ ਵੀ ਇਹ ਪਰਿਵਾਰ 'ਚ ਦੇਖਣ ਵਾਲੀਆਂ ਹੁੰਦੀਆਂ। ਬੱਚੇ ਵੀ ਮੇਰੀ ਵੀਡੀਓ ਇੰਨੀ ਪਸੰਦ ਕਰਦੇ, ਮੈਂ ਕਹਿੰਦੀ ਹਾਂ ਬੱਚੇ ਮੇਰੇ ਫੈਨ ਆ, ਬਾਹਰੋਂ ਬਾਹਰਲੇ ਮੁਲਕੋਂ ਵੀਡੀਓ ਦੇਖਦੀਆਂ ਕੁੜੀਆਂ ਲਾਈਵ 'ਚ ਆਉਂਦੇ, ਨਿੱਕੇ ਨਿੱਕੇ ਜਵਾਕ ਵੀ ਕਹਿੰਦੇ ਸਾਨੂੰ ਤੁਹਾਡੀ ਵੀਡੀਓ ਬਹੁਤ ਵਧੀਆ ਲੱਗਦੀ ਆ। ਚਲੋ, ਚੰਗੀ ਗੱਲ ਹੈ ਭੈਣੇ, ਤੁਸੀਂ ਹੋਰ ਤਰੱਕੀਆਂ ਕਰੋ। ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਦੋਨਾਂ ਨੇ ਬਾਈ, ਤੁਹਾਡਾ ਵੀ ਧੰਨਵਾਦ ਵੀਰੇ, ਤੁਸੀਂ ਸਾਨੂੰ ਇਹ ਮੌਕਾ ਦਿੱਤਾ ਸਾਰੇ ਸਾਹਮਣੇ, ਕਿਉਂਕਿ ਅਸੀਂ ਤੁਹਾਡੀ ਕਹਾਣੀ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਸੀ ਕਿ ਇੱਕ ਹਾਸੇ ਚਿਹਰੇ ਪਿੱਛੇ ਕੀ ਕੀ ਦੁੱਖ ਨੇ, ਕੀ ਕੀ ਪਿੱਛੇ ਕਹਾਣੀ। ਹਾਂਜੀ, ਅਗਲਾ 15 ਸਕਿੰਟ ਦੀ ਵੀਡੀਓ ਦੇਖ ਕੇ ਅਗਲਾ ਅੰਦਾਜ਼ਾ ਲਗਾ ਲੈਂਦਾ ਨਾ ਵੀ ਇਹ ਪਤਾ ਨਹੀਂ ਕਿੰਨੇ, ਹਾਂ, ਪਰ ਇੰਨਾ ਆਪਣੇ ਆਪ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰੀ ਦੀ ਆ, ਕਿਉਂਕਿ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਕਦੋਂ ਖਤਮ ਹੋ ਜਾਣੀ ਆ, ਕਿਉਂਕਿ ਜੇ ਆਪਾਂ 24 ਘੰਟੇ ਮਰੂ ਮਰੇ ਕਰੀ ਜਾਵਾਂਗੇ ਮਿਲਣਾ ਕੁਛ ਨਹੀਂ ਵੀਰੇ, ਮਰੂ ਮਰੂ ਸ਼ਿਕਾਇਤਾਂ ਕਰਨ ਤੋਂ ਮਤਲਬ ਬੈਟਰ ਆ ਆਪਾਂ ਆਪਣੇ ਆਪ ਨੂੰ ਖੁਸ਼ ਰੱਖੀਏ, ਮਹਾਰਾਜ ਦਾ ਨਾਂ ਲਈਏ, ਜ਼ਿੰਦਗੀ ਫੇਰ ਸੌਖੀ ਹੁੰਦੀ ਆ। ਚਲੋ, ਤੁਸੀਂ ਅੱਜ ਚੰਗੀ ਜ਼ਿੰਦਗੀ ਜਿਉ ਰਹੇ ਹੋ, ਖੁਸ਼ ਹੋ, ਹੈ ਨਾ। ਹਾਂਜੀ, ਬਹੁਤ ਖੁਸ਼ ਹਾਂ ਵੀਰੇ, ਮੈਂ ਹੁਣ ਬਹੁਤ ਖੁਸ਼ ਹਾਂ ਇਸ ਟਾਈਮ, ਮੈਨੂੰ ਵੀ ਅੱਜ ਮੇਰੇ ਤੁਸੀਂ ਵੀ ਆਏ, ਮੈਂ ਉਦੋਂ ਜ਼ਿਆਦਾ ਖੁਸ਼ ਹੋ ਗਈ, ਸੱਚੀ ਮੈਂ ਬਹੁਤ ਖੁਸ਼ ਹਾਂ। ਇਹ ਆਹ ਚੀਜ਼ ਹੈ ਨਾ ਜਿਹੜੀ, ਇਹ ਮੈਂ ਇਮੈਜਿਨ ਕੀਤੀ ਸੀ, ਮਤਲਬ ਸੋਚੀ ਸੀ, ਸੁਪਨਾ ਸੀ, ਮੈਂ ਜਦੋਂ ਇੰਟਰਵਿਊ ਦੇਖਦੀ ਹੁੰਦੀ ਸੀ, ਮੈਂ ਸੋਚਦੀ ਹੁੰਦੀ ਸੀ ਮੇਰੀ ਵੀ ਇੰਟਰਵਿਊ ਹੋਊਗੀ, ਕਿਤੇ ਮੈਂ ਵੀ ਟੀ ਵੀ ਜਾਊਂਗੀ ਸਾਰਿਆਂ ਸਾਹਮਣੇ, ਉਹ ਅੱਜ ਸੁਪਨਾ, ਇੱਕ ਤਰ੍ਹਾਂ ਦਾ ਸੁਪਨਾ ਵੀ ਪੂਰਾ ਹੋ ਗਿਆ ਸਾਰਾ। ਚਲੋ, ਚੰਗੀ ਗੱਲ ਹੈ ਭੈਣੇ, ਤੁਸੀਂ ਬਹੁਤ ਤਰੱਕੀਆਂ ਕਰੋ, ਤੇ ਬਾਈ ਤੁਸੀਂ ਚੰਗਾ ਇਸੇ ਤਰੀਕੇ ਨਾਲ ਭੈਣ ਹੋਰਾਂ ਦਾ ਸਾਥ। ਹਾਂਜੀ, ਬਹੁਤ ਸਾਥ ਦਿੰਦੇ ਆ ਵੀਰੇ ਇਹ ਮੇਰਾ। ਹਾਂਜੀ, ਤੁਹਾਡਾ ਹੀ ਪਿਆਰ ਬਣਿਆ ਰਹੇ, ਮੈਂ ਕਹਿੰਦੀ ਆ ਆਪਾਂ ਚਲੋ ਪਹਿਲਾਂ ਪਹਿਲਾਂ ਜਿਵੇਂ ਮਰਜ਼ੀ ਰਹੇ, ਹੁਣ ਜਿਵੇਂ ਮੇਰੇ ਨਾਲ ਰਹਿੰਦੇ ਜੀਵਨ ਸਾਥੀ ਹੋਵੇ ਤਾਂ ਇੰਨਾ ਅਰਗਾ ਹੋਵੇ, ਤੇ ਭਾਵੇਂ ਗਰੀਬ ਹੋਵੇ, ਜੀਵਨ ਸਾਥੀ ਇਹੋ ਸਾਰੇ ਕਹਿੰਦੇ ਆ ਮੈਨੂੰ, ਵੀਡੀਓ 'ਚ ਕਮੈਂਟ ਵੀ ਆਉਂਦੇ ਆ ਵੀ ਜੀਵਨ ਸਾਥੀ ਵੀ ਤੁਹਾਡਾ ਬਹੁਤ ਸਾਥ ਦਿੰਦੇ ਆ, ਇਹੋ ਜਿਹੇ ਹੋਣੇ ਚਾਹੀਦੇ। ਕਿਆ ਬਾਤ, ਹਾਂਜੀ, ਬਹੁਤ ਸ਼ੁਕਰੀਆ ਬਾਈ ਸਮਾਂ ਦਿੱਤਾ ਗੱਲਬਾਤ ਕਰਨ ਲਈ। ਕੋਈ YouTube ਚੈਨਲ, ਤੁਹਾਡਾ Facebook ਪੇਜ, Instagram ਕੁਝ ਵੀ ਆਉ? YouTube ਚੈਨਲ ਮੇਰਾ ਹੈਗਾ ਮੀਨੂ ਸਿਰਾ ਵਲੌਗ, ਤੇ Instagram ਸਭ ਨੂੰ ਪਤਾ ਹੀ ਆ ਮੀਨੂ ਸਿਰਾ 89 ਉਹ ਵੀ। ਠੀਕ ਹੈ ਜੀ, ਸ਼ੁਕਰੀਆ। ਸੋ ਇੱਕ ਹੱਸਦੇ ਚਿਹਰੇ ਪਿੱਛੇ ਕਹਾਣੀ ਦਿਖਾਈ ਕਿ ਇੱਕ ਹੱਸਦੇ ਚਿਹਰੇ ਪਿੱਛੇ ਕੀ ਕੀ ਦੁੱਖ ਤਕਲੀਫਾਂ ਨੇ। ਵੀਡੀਓ ਚੰਗੀ ਲੱਗੀ ਕਮੈਂਟ ਕਰਕੇ, ਸ਼ੇਅਰ ਕਰਕੇ ਜ਼ਰੂਰ ਦੱਸ ਦਿਓ, ਅਤੇ ਜਾਂਦੇ ਜਾਂਦੇ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਓ, ਅਤੇ ਜੇ ਤੁਹਾਡੀ ਵੀ ਜ਼ਿੰਦਗੀ ਦੀ ਕੋਈ ਐਸੀ ਕਹਾਣੀ ਜਿਹੜੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ, ਤੁਹਾਡੇ ਇੰਸਟਾਗ੍ਰਾਮ ਆਈ ਡੀ ਦਾ ਲਿੰਕ ਆ, ਉਹਦੇ ਉੱਤੇ ਮੈਸੇਜ ਕਰਕੇ ਸਾਡੇ ਨਾਲ ਗੱਲਬਾਤ ਰਾਬਤਾ ਜ਼ਰੂਰ ਕਾਇਮ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ, ਦੇਖਦੇ ਰਹੋ ਘੰਟਾ।